ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੀ ਹਿਸਟਰੀ ਲੈਕਚਰ ਸੀਰੀਜ਼ ਦੇ ਵਿੱਚ ਮੈਂ ਰਿਕੁਐਸਟ ਕਰਾਂਗਾ ਜਿਹੜੇ ਦੋਸਤਾਂ ਨੂੰ ਵੇਖ ਰਹੇ ਨੇ ਪਲੀਜ਼ ਇਸ ਵੀਡੀਓ ਨੂੰ ਸ਼ੇਅਰ ਕਰ ਦੇਣ ਤਾਂ ਕਿ ਬਾਕੀ ਲੋਕ ਵੀ ਇਸ ਪ੍ਰੋਗਰਾਮ 'ਚ ਸ਼ਾਮਲ ਹੋ ਜਾਣ ਔਰ ਅਸੀਂ ਅੱਜ ਦੀ ਗੱਲਬਾਤ ਜਿਹੜੀ ਉਹਨੂੰ ਸ਼ੁਰੂ ਕਰ ਸਕੀਏ। ਹਿਸਟਰੀ ਲੈਕਚਰ ਸੀਰੀਜ਼ ਦੇ ਅਸੀਂ ਹੁਣ ਤਕਰੀਬਨ 55 ਲੈਕਚਰਸ ਅਸੀਂ ਕੰਪਲੀਟ ਕਰਨ ਵਾਲੇ ਕਰ ਲਏ ਨੇ ਔਰ ਇਸੇ ਤਰ੍ਹਾਂ ਹੀ ਅਸੀਂ ਸ਼ਹਿਰਾਂ ਦੀਆਂ ਵੀ ਬਹੁਤ ਸਾਰੇ ਸ਼ਹਿਰ ਵੀ ਸਾਡੇ ਨਾਲ ਕੰਪਲੀਟ ਹੁੰਦੇ ਜਾ ਰਹੇ ਨੇ ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਮਜ਼ੀਦ ਇਹਦੇ ਵਿੱਚ ਜਿਹੜੇ ਸਾਡੇ ਸੈਗਮੈਂਟ ਅਜੇ ਪਿੱਛੇ ਨੇ ਜਿਹੜੇ ਪਾਈਪਲਾਈਨ 'ਚ ਨੇ ਉਹਨਾਂ ਨੂੰ ਵੀ ਅਸੀਂ ਜਲਦ ਅਜ਼ ਜਲਦ ਜਿਹੜਾ ਨਾ ਉਹ ਲੈ ਕੇ ਆ ਸਕੀਏ ਔਰ ਅਸੀਂ ਇੱਕ ਲੈ ਇੱਕ ਜਿਹੜਾ ਪੰਜਾਬ ਦੀ ਹਿਸਟਰੀ ਦਾ ਇੱਕ ਅੱਛਾ ਆਰਕਾਈਵ ਹੈ ਉਹਨੂੰ ਬਣਾਉਣ ਦੇ ਵਿੱਚ ਕਿਸੇ ਹੱਦ ਤੱਕ ਕਾਮਯਾਬ ਹੋ ਜਾਈਏ ਇਹਨਾਂ ਚੀਜ਼ਾਂ ਨੂੰ ਇਕੱਠਿਆਂ ਕਰਨ ਦੇ ਵਿੱਚ ਜਿਹੜੀਆਂ ਆਸਤਾ ਆਸਤਾ ਗਵਾਚਦੀਆਂ ਨੇ। ਅੱਜ ਦਾ ਜਿਹੜਾ ਟੌਪਿਕ ਹੈ ਅੱਜ ਦਾ ਤੁਸੀਂ ਜਿਸ ਤਰ੍ਹਾਂ ਟੌਪਿਕ ਪੜ੍ਹ ਲਿਆ ਪੰਜਾਬੀ ਲਿਟਰੇਚਰ ਦੇ ਹਵਾਲੇ ਨਾਲ ਅੱਜ ਜਿਹੜੇ ਸਾਡੇ ਨਾਲ ਅੱਜ ਮਹਿਮਾਨ ਨੇ ਮੈਂ ਉਹਨਾਂ ਦੇ ਨਾਲ ਉਹਨਾਂ ਦੇ ਹਵਾਲੇ ਨਾਲ ਤੁਹਾਡੇ ਨਾਲ ਕੋਈ ਗੱਲਬਾਤ ਜਿਹੜੀ ਹੈ ਨਾ ਉਹ ਸਾਂਝੀ ਕਰਨਾ ਚਾਹਾਂਗਾ। ਉਹ ਅੱਜ ਅਸੀਂ ਜਿਸ ਤਰ੍ਹਾਂ ਤੁਹਾਨੂੰ ਪਹਿਲੇ ਦੱਸਿਆ ਕਿ ਅਸੀਂ ਹਿਸਟਰੀ ਲੈਕਚਰ ਸੀਰੀਜ਼ ਦੇ ਵਿੱਚ ਚਾਹ ਰਹੇ ਹਾਂ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਬਿਹਤਰ ਆਰਕਾਈਵਸ ਬਣਾ ਸਕੀਏ। ਅੱਜ ਜਿਸ ਤਰ੍ਹਾਂ ਇੰਟਰੋਗੇਟਿੰਗ ਮਾਡਰਨਿਟੀ ਇਨ ਪੰਜਾਬੀ ਲਿਟਰੇਚਰ ਅੱਜ ਸਾਡਾ ਟੌਪਿਕ ਹੈ। ਅੱਜ ਸਾਡੇ ਨਾਲ ਸਾਡੇ ਰਿਸੋਰਸ ਪਰਸਨ ਸਾਡੇ ਬਹੁਤ ਹੀ ਪਿਆਰੇ ਔਰ ਸਾਡੇ ਸਮਝ ਲਓ ਕਿ ਬਹੁਤ ਇੰਟੈਲੀਜੈਂਟ ਜਿਹੜੇ ਸਾਡੇ ਅੱਜ ਰਿਸੋਰਸ ਪਰਸਨ ਡਾਕਟਰ ਯਾਦਵਿੰਦਰ ਸਿੰਘ ਜੀ ਅੱਜ ਸਾਡੇ ਨਾਲ ਨੇ। ਜਨਾਬ ਦਾ ਤਾਰਫ ਕਰਵਾਉਂਦਾ ਜਾਵਾਂ ਕਿ ਅਸਿਸਟੈਂਟ ਪ੍ਰੋਫੈਸਰ ਨੇ ਡਿਪਾਰਟਮੈਂਟ ਆਫ ਪੰਜਾਬੀ ਯੂਨੀਵਰਸਿਟੀ ਆਫ ਦਿੱਲੀ ਦੇ ਵਿੱਚ। ਜਨਾਬ ਦੀ PhD ਜਿਹੜੀ ਹੈ ਉਹ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਹੈ ਔਰ ਇਹਨਾਂ ਦੇ ਏਰੀਆ ਆਫ ਇੰਟਰਸਟ ਜਿਹੜਾ ਹੈ ਉਹ ਮਾਡਰਨ ਪੰਜਾਬੀ ਲਿਟਰੇਚਰ ਹੈ। ਅੱਜ ਕੱਲ੍ਹ ਦੀ ਅਗਰ ਅਸੀਂ ਗੱਲ ਕਰੀਏ ਤਾਂ ਅੱਜ ਕੱਲ੍ਹ ਉਹਨਾਂ ਜਿਹੜਾ ਪ੍ਰੋਜੈਕਟ ਜਿਹਦੇ ਤੋਂ ਕੰਮ ਕਰ ਰਹੇ ਨੇ ਉਹ ਉਹਨਾਂ ਦਾ ਹੈ ਵੇ ਜਿਹੜੀ ਇੱਕ ਮੋਨੋਗ੍ਰਾਫ ਕਰ ਰਹੇ ਨੇ ਅਮੈਰੀਕਨ ਪੈਲਸਟੀਨੀਅਨ ਜਿਹੜਾ ਥਿੰਕਰ ਐਡਵਰਡ ਸੈਦ ਦੇ ਉਹਦੇ ਹਵਾਲੇ ਨਾਲ ਅੱਜ ਕੱਲ੍ਹ ਕੰਮ ਕਰ ਰਹੇ ਨੇ ਔਰ ਅੱਜ ਦਾ ਜਿਹੜਾ ਸਾਡੇ ਨਾਲ ਉਹ ਲੈਕਚਰ ਦੀ ਗੱਲਬਾਤ ਅੱਜ ਦੇ ਜਿਹੜੇ ਲੈਕਚਰ ਦੇ ਹਵਾਲੇ ਨਾਲ ਸਾਡੇ ਨਾਲ ਗੱਲਬਾਤ ਸਾਂਝੀ ਕਰਨਗੇ। ਸੋ ਮੈਂ ਦਰਖਾਸਤ ਕਰਾਂਗਾ ਜਨਾਬ ਪ੍ਰੋਫੈਸਰ ਡਾਕਟਰ ਯਾਦਵਿੰਦਰ ਹੋਰਾਂ ਨੇ ਕਿ ਉਹ ਵੀ ਆਉਣ ਤੇ। ਜੀ ਸਰ ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਵਿੱਚ। ਸਰ ਬਹੁਤ ਬਹੁਤ ਸ਼ੁਕਰੀਆ ਤਹੇਜ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਸਰ ਬਹੁਤ ਸ਼ੁਕਰੀਆ ਸਰ, ਤੁਸੀਂ ਸਾਨੂੰ ਟਾਈਮ ਦਿੱਤਾ ਔਰ ਅੱਜ ਇੱਕ ਅਸੀਂ ਅੱਜ ਬੜੇ ਖੁਸ਼ ਹਾਂ ਕਿ ਇੱਕ ਬਹੁਤ ਖੂਬਸੂਰਤ ਜਿਹੜੀ ਗੱਲਬਾਤ ਸਾਨੂੰ ਸੁਣਨ ਨੂੰ ਮਿਲੇਗੀ। ਸੋ ਸਰ ਸਕਰੀਨ ਤੁਹਾਡੇ ਕੋਲ ਹੈ ਤੇ ਅਸੀਂ ਮਿਲਾਂਗੇ ਤੁਹਾਡੀ ਟਾਕ ਤੋਂ ਬਾਅਦ ਕੁਝ ਸਵਾਲਾਂ ਦੇ। ਜੀ ਸਰ ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ ਤੌਹੀਦ ਜੀ, ਖੋਲਾ ਚੀਮਾ ਜੀ ਤੇ ਯੰਗ ਲਾਇਲਪੁਰ ਹਿਸਟੋਰੀਅਨ ਕਲੱਬ ਦੀ ਸਾਰੀ ਟੀਮ। ਤੁਸੀਂ ਮੌਕਾ ਦਿੱਤਾ ਮੈਨੂੰ ਦੂਜੀ ਵਾਰ ਇਸ ਆਡੀਅੰਸ ਨੂੰ ਰੂਬਰੂ ਹੋਣ ਦਾ ਤੇ ਆਪਣੀ ਗੱਲ ਜਿਹੜੀ ਹੈ ਉਹ ਇਸ ਪਲੇਟਫਾਰਮ ਤੋਂ ਕਹਿਣ ਦਾ। ਤਾਂ ਜਿੱਥੋਂ ਤੱਕ ਮੇਰੇ ਅੱਜ ਦੇ ਟੌਪਿਕ ਦਾ ਸਵਾਲ ਹੈ, ਮੈਂ ਅੱਜ ਇੰਟਰੋਗੇਟਿੰਗ ਮਾਡਰਨਿਟੀ ਇਨ ਪੰਜਾਬੀ ਲਿਟਰੇਚਰ ਇਸ ਵਿਸ਼ੇ ਤੇ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ। ਮੁੱਢਲੇ ਤੌਰ ਦੇ ਉੱਤੇ ਇਸ ਲੈਕਚਰ ਦੇ ਵਿੱਚ ਜਿਹੜਾ ਮੇਰਾ ਖਾਸ ਤੌਰ ਦੇ ਉੱਤੇ ਪੰਜਾਬੀ ਅਦਬ ਦੇ ਵਿੱਚ ਜਿਹੜਾ ਆਧੁਨਿਕਤਾ ਬਾਰੇ ਇੱਕ ਰਵਾਇਤੀ ਸੋਚ ਹੈ ਉਹ ਸੋਚ ਕਿਸ ਤਰ੍ਹਾਂ ਦੀ ਹੈ ਤੇ ਉਸ ਸੋਚ ਦੇ ਉੱਤੇ ਕੁਝ ਸਵਾਲ ਜਿਹੜੇ ਹੈਗੇ ਆ ਉਹ ਮੈਂ ਤੁਹਾਡੇ ਸਾਹਮਣੇ ਰੱਖਾਂਗਾ। ਤਾਂ ਬੁਨਿਆਦੀ ਤੌਰ ਦੇ ਉੱਤੇ ਜਿਹੜੀ ਸਾਡੀ ਰਵਾਇਤੀ ਸੋਚ ਹੈ ਮਾਡਰਨਿਟੀ ਨੂੰ ਲੈ ਕੇ ਉਹ ਇਹ ਆ ਕਿ ਮਾਡਰਨਿਟੀ ਜਿਹੜੀ ਹੈਗੀ ਆ ਇੱਕ ਵੈਸਟਰਨ ਫੈਨੋਮੇਨਾ ਔਰ ਖਾਸ ਤੌਰ ਦੇ ਉੱਤੇ ਜਦੋਂ ਕਲੋਨੀਅਲ ਪੀਰੀਅਡ ਸ਼ੁਰੂ ਹੁੰਦਾ ਤਾਂ ਕਲੋਨੀਅਲ ਪੀਰੀਅਡ ਦੇ ਨਾਲ ਅਸੀਂ ਇਸ ਜਿਹੜੀ ਹੈਗੀ ਆ ਮਾਡਰਨਿਟੀ ਉਹਦੇ ਨਾਲ ਜੁੜਦੇ ਹਾਂ। ਹਿਸਟੋਰੀਕਲ ਵਿਊ ਪੁਆਇੰਟ ਅਗਰ ਦੇਖਿਆ ਜਾਵੇ ਤਾਂ ਉਹਦੇ 'ਚ ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਆ ਕਿ ਬਰਤਾਨਵੀ ਨੁਕਤਾ ਨਿਗਾਹ ਦੇ ਅਸਰ ਹੇਠ ਜਿਹੜੀ ਸਾਡੀ ਤਾਰੀਖ ਆ ਉਸਦਾ ਇੱਕ ਨਵਾਂ ਦੌਰ ਸ਼ੁਰੂ ਹੁੰਦਾ। ਇਹਦੇ ਨਾਲ ਸਾਡੇ ਸੋਚਣ ਵਿਚਾਰਨ ਦੇ ਢੰਗ ਤਰੀਕੇ ਜਿਹੜੇ ਨੇ ਉਹ ਪੂਰੀ ਤਰ੍ਹਾਂ ਨਾਲ ਬਦਲ ਜਾਂਦੇ ਆ। ਖਾਸ ਤੌਰ ਦੇ ਉੱਤੇ ਡਾਰਵਿਨ, ਮਾਰਕਸ ਤੇ ਫ੍ਰਾਇਡ ਦੇ ਵਿਚਾਰਾਂ ਦੇ ਨਾਲ ਜਿਹੜਾ ਹੈ ਪੱਛਮੀ ਜੀਵਨ 'ਚ ਜਿਹੜੀ ਤਬਦੀਲੀ ਆਈ ਉਹਦਾ ਅਸਰ ਸਾਡੇ ਹਿੰਦੁਸਤਾਨੀ ਬਗੇ ਸਗੀਰ 'ਤੇ ਵੀ ਹੁੰਦਾ ਔਰ ਮੱਧਕਾਲ ਦੇ ਵਿੱਚ ਜਿਹੜੀ ਸਾਡੀ ਟ੍ਰੈਡੀਸ਼ਨਲ ਵਿਚਾਰ ਚੱਲ ਰਹੇ ਸੀ ਉਹਨਾਂ ਦੀ ਥਾਂ ਦੇ ਉੱਤੇ ਸਾਡੇ ਅੰਦਰ ਤਰਕ ਨਾਲ ਸੋਚਣ ਦੀ ਸੂਝ ਵਿਕਸਿਤ ਹੁੰਦੀ ਆ। ਇਹ ਇੱਕ ਰਵਾਇਤੀ ਸੋਚ ਆ ਜਿਹੜੀ ਮਾਡਰਨਿਟੀ ਨੂੰ ਲੈ ਕੇ ਸਾਡੇ ਦਰਮਿਆਨ ਜਾਂ ਸਾਡੀ ਸਾਰੀ ਦੀ ਸਾਰੀ ਥਿੰਕਿੰਗ ਪ੍ਰੋਸੈਸ ਦੇ ਵਿੱਚ ਜਿਹੜੀ ਹੈਗੀ ਆ ਉਹ ਖਾਸ ਤੌਰ ਦੇ ਉੱਤੇ ਇਹ ਚੱਲਦੀ ਹੈਗੀ ਆ। ਔਰ ਇਹ ਮੰਨਿਆ ਜਾਂਦਾ ਕਿ 1833 ਦੇ ਵਿੱਚ ਜਦੋਂ ਲਾਰਡ ਮੈਕਾਲੇ ਨੇ ਆਪਣੀ ਸਿੱਖਿਆ ਨੀਤੀ ਲਾਗੂ ਕੀਤੀ ਤਾਂ ਹੌਲੀ ਹੌਲੀ 20ਵੀਂ ਸਦੀ ਤੱਕ ਪਹੁੰਚਦੇ ਪਹੁੰਚਦੇ ਉਸਦਾ ਸਾਰੇ ਇਹ ਜਿਹੜਾ ਸਬ ਕੌਂਟੀਨੈਂਟ ਆ ਉਹਦੇ ਉੱਤੇ ਅਸਰ ਹੋਣਾ ਸ਼ੁਰੂ ਹੋ ਗਿਆ ਤੇ ਯੂਰਪੀ ਮਾਡਰਨਿਟੀ ਦੀ ਜਿਹੜੀ ਰੇਲ ਗੱਡੀ ਸੀ ਉਸ ਰੇਲ ਗੱਡੀ ਦੇ ਉੱਤੇ ਅਸੀਂ ਹਿੰਦੁਸਤਾਨੀ ਵੀ ਸਵਾਰ ਹੋ ਗਏ।
और जदों असी गल करते हैं इकनोमिक टर्म्स के विच तां असी कह दिंदे हां कि साडे कोल इक पुराना निजाम सी जगीरदारी निजाम, उहदी थां दे उत्ते असी सरमाएदारी निजाम आ गया। सियासत दे तौर दे उत्ते जदों असी देखदे हां तां असी इह सोचदे हां कि राजशाही सी साडे कोल पहलां, ते राजशाहियां दी थां दे उत्ते जमहूरीयत दा जिहड़ा है उह बोलबाला हो गया। जित्थों तक लिटरेचर दा ताल्लुक है, लिटरेचर बारे भी एक रवायती किस्म की सोच यह बनी हुई है कि जिहड़ा मध्यकाल दा जिहड़ा साडा साहित सी उहदा केंद्र जां उहदा धुरा जिहड़ा सी उह रब सी, रब दे आले दुआले सारा साहित जिहड़ा है वह घूम रहा सी, ते साडा गुरमत ते सूफी कविता जिहड़ी लिखी जा रही सी वह उहदे आले दुआले, या ईवन जिहड़ा किस्सा भी लिखा जा रहा सी उहदे च भी किते ना किते वह रब नाल ही गलबात हो रही सी। और जिहड़ा आधुनिक तौर दे उत्ते साहित जिहड़ा लिखिया जाना शुरू होया उहदे विच उहदियां फॉर्म जिहड़ियां ने उह बदल गईयां, कविता लिखी जाण लग गई, कहानी नावल नवा रूप आया साडे कोल, नाटक नवे तरीके नाल आया। तो इस तरह दे नाल असीं सोचते हाँ कि छापेखाने दे नाल ते पछमी अदब नाल राबता कायम करन तो बाद पंजाबी अदब का एक नवा दौर शुरू हुंदा, ते इस दौर नूं ही असीं मॉडर्न पंजाबी लिटरेचर जां आधुनिक पंजाबी अदब कह दिंदे। तो कुल मिला के जिहड़ी वैस्ट दे विच जिहड़ी सोच या अप्रोच डिवेलप हुई जिहड़ी इह कहिंदी है, जिहदे बारे नीचे ने कदे कहा सी कि गॉड इज़ डैड एंड वी हैव किल्ड हिम, उस नुक्ते दे आधार दे उत्ते असीं इह मान लैंदे हां कि तीजी दुनिया दे बछिंदे भी यूरप की इस मॉडर्निटी जिहड़ी हैगी आ उहदे पिछे लग गए, ते उहदे आधार दे उत्ते उहदे हिसाब नाल ही असीं अपना सारे दा सारी सोच जिहड़ी हैगी आ उह बनाई मॉडर्निटी दे हवाले नाल। तो बुनियादी तौर दे उत्ते जिहड़ी गल मैं कहनी चाहुंदा उह इह आ कि साडी सोच दे विच हाले तक इह गल बैठी हुई आ कि वी आर द कंज्यूमरस नॉट द प्रोड्यूसरस ऑफ मॉडर्निटी, कि असीं उहदे खपतकार तां है आ, असीं उहनूं वरत्या तां है, पर प्रोड्यूस करन वाले कोई होर सी, उहनां तों तीजी दुनिया च आई ते इत्थे असीं उस नूं उवें ही अपना लिया। तो इह जिहड़ा बुनियादी इक ढांचा बनिया होया, मैं इस नूं थोड़ा जिहा चैलेंज करन की कोशिश करांगा अज्ज दी गल्लबात दे विच, ते मेरी गल्लबात दा जिहड़ा मकसद है उह पंजाबी अदब दे हवाले नाल मॉडर्निटी दे बारे च बनी हुई इस रवायती सोच बारे कुछ बुनियादी सवाल खड़े करना। मसलन पहला सवाल यह आ कि पछम च जिवें मॉडर्निटी रवायत दे विरोध विचों पैदा हुंदी है, कि साडे हवाले नाल भी उही सच है, कि साडा अपनी ट्रडिशन नाल रिश्ता उस किस्म दा ही है जिस किस्म दा वैस्टर्न मॉडर्निटी दा रहा है, नंबर एक। नंबर दो दे उत्ते दूजा सवाल यह है कि की असीं 20वीं सदी च अपने साहित सभ्याचार अंदर वापरी इस सिफती तब्दीली नूं सिर्फ वैस्टर्न कलोन मनीए, यानी कि जिस तरह दे नाल उन्हां ने कीता असीं हूब हू, साडे इक आम तौर दे उत्ते धारणा है कि जो कुछ पछम च वापरदा 20-50 सालां बाद उह साडे इत्थे वापरदा है, कि असीं इस नूं वैस्टर्न कलोन मन के इस तों खेड़ा छुड़ा सकदे हाँ। तीजा सवाल यह पैदा हुंदा कि साडे लई मॉडर्निटी दे उही अर्थ ने जिहड़े मगरबी लोकां लई सन, खास करके उदों जदों मॉडर्निटी बस्तीवाद दे गिलाफ च लपेट के सानूं दित्ती गई, कि मॉडर्निटी जिहड़ी हैगी आ उहदे नाल नाल कलोनिज़म वी तां आया, इन्हां दोवां दे विचकार साडा रवैया किस तरह डिवेलप होया। चौथा सवाल जिहड़ा है उह इह है कि की असीं बिना किसी हील हुज्जत दे इस मॉडर्निटी नूं स्वीकार कर लिया, और जां असीं हुंगारे ते नाबरी दे रले मिले प्रतिक्रमां दे नाल इहदे सामने आए। तो कुल मिला के जिहड़ी मेरी इह गल्लबात आ उह इन्हां चार सवालां दे आले दुआले ही घूमेगी, और मैं इस हवाले नाल ही मॉडर्निटी दे कंसैप्ट नूं साडे लिटरेचर दे परसपैक्टिव तों किवें समझिया जावे या किवें असीं समझ सकदे हाँ इहदे बारे कुछ बुनियादी कुछ कह सकते हैं, या कुछ इदां कह सकते हैगे हाँ कि कुछ खिंडियां पुंडियां गल्लां जिहड़ियां हैगियां ने उह तुहाडे नाल सांझियां करांगा। तो मेरी इस गल्लबात दे दो हिस्से ने, पहला हिस्सा जिहड़ा है उह इह है कि यूरप दे विच जिहड़ी मॉडर्निटी पैदा हुंदी आ उहदा थरैटिकल प्रोसैस की है, उहदी तस्वीरकशी करन दी मैं पहले हिस्से च कोशिश करूंगा, ते फिर मैं देखांगा कि इहदा साडे इत्थों दे सारे दे सारे निज़ाम दे नाल किस तरह दा इक राबता बनता है। और दूजा जिहड़ा इस गल्लबात दा जिहड़ा दूजा हिस्सा है उह पंजाबी अदब दे हवाले नाल इस मॉडर्निटी दे प्रोसैस नूं समझण दी कोशिश आ, और इस दे वी अगे दो हिस्से ने। पहला मैं मध्यकाली पंजाबी साहित दे विचों खास तौर दे उत्ते गुरु नानक बाणी नूं सेंटर दे विच रख के अपनी गल कहण दी कोशिश करूंगा, और फिर उस तों बाद मैं जिहड़ा कलोनियल पीरियड जिहड़ा है उहदे विच जिहड़ा मॉडर्निटी दा जिहड़ा सरोकार है ने उह किस किस्म दे ने उहदे बारे मैं अपनी गल तुहाडे नाल सांझी करूंगा। तो मैं हुण बुनियादी तौर दे उत्ते अपनी जिहड़ी मुढ़ली गल्लबात है जिहड़ा पहला सवाल मैं तुहाडे सामने रख्या कि की यूरोपी मॉडर्निटी दा जिहड़ा थरैटिकल प्रोसैस है उह किस तरह दे नाल चलदा है उहदे बारे मैं अपनी गल तुहाडे नाल सांझी करन लग्गिया।
ਹੁਣ ਜਿੱਥੋਂ ਤੱਕ ਪੱਛਮ ਦੇ ਵਿੱਚ ਵੀ ਮਾਡਰਨਿਟੀ ਉਹਦੇ ਬਾਰੇ ਇੱਕ ਬਹੁਤ ਲੰਮੀ ਬਹਿਸ ਆ ਔਰ ਪੋਸੀਬਲ ਨਹੀਂ ਹੈ ਕਿ ਅਸੀਂ ਇੱਕ ਗੱਲਬਾਤ ਦੇ ਵਿੱਚ ਉਹ ਉਹਦੇ ਉੱਤੇ ਗੱਲ ਕਰ ਸਕੀਏ ਪਰ ਜਦੋਂ ਮੈਂ ਇੱਥੇ ਗੱਲ ਕਰ ਰਿਹਾ ਤਾਂ ਮੇਰਾ ਮਸਲਾ ਜਿਹੜਾ ਹੈ ਉਹ 18ਵੀਂ ਸਦੀ ਦੇ ਵਿੱਚ ਜਿਹੜੀ ਇੱਕ ਐਨਲਾਈਟਨਮੈਂਟ ਪ੍ਰੋਸੈਸ ਜਿਹੜਾ ਹੈ ਯੂਰਪ ਦੇ ਵਿੱਚ ਸ਼ੁਰੂ ਹੁੰਦਾ ਹੈ ਉਹਦੇ ਹਵਾਲੇ ਨਾਲ ਆਪਣੀ ਗੱਲਬਾਤ ਨੂੰ ਮੈਂ ਸ਼ੁਰੂ ਕਰਦਾ ਉਸ ਦੇ ਵਿੱਚ ਮੈਂ ਸਭ ਤੋਂ ਪਹਿਲਾਂ 1784 ਤੋਂ ਆਪਣੀ ਗੱਲ ਸ਼ੁਰੂ ਕਰਦਾ ਜਦੋਂ ਜਰਮਨ ਦਾ ਫਿਲਾਸਫਰ ਹੋਇਆ ਇੱਕ ਜਿਸ ਨੂੰ ਅਸੀਂ ਇਮੈਨੁਅਲ ਕਾਂਤ ਕਹਿੰਦੇ ਹਾਂ ਉਹਨੇ ਇੱਕ ਲੇਖ ਲਿਖਿਆ ਸੀ ਜਿਹੜਾ ਜਰਮਨ ਭਾਸ਼ਾ 'ਚ ਪਹਿਲਾਂ ਛਪਿਆ ਤੇ ਬਾਅਦ ਦੇ ਵਿੱਚ ਉਹਦੀ ਅੰਗਰੇਜ਼ੀ ਦੇ ਵਿੱਚ ਟਰਾਂਸਲੇਸ਼ਨ ਛਪੀ ਉਹ ਉਸ ਦਾ ਨਾਂ ਸੀ ਵਟ ਇਜ਼ ਐਨਲਾਈਟਨਮੈਂਟ ਬਹੁਤ ਸਾਰੇ ਲੋਕ ਤੁਸੀਂ ਇਹਦੇ ਬਾਰੇ ਜਾਣਦੇ ਹੋ ਤੁਸੀਂ ਇਹਦੇ ਬਾਰੇ ਸੁਣਿਆ ਹੋਏਗਾ ਇਸ ਲੇਖ ਨੂੰ ਪੱਛਮੀ ਮਾਡਰਨਿਟੀ ਦੇ ਹਵਾਲੇ ਦੇ ਨਾਲ ਇਹ ਮੰਨਿਆ ਜਾਂਦਾ ਹੈਗਾ ਕਿ ਮਾਡਰਨਿਟੀ ਨੂੰ ਐਸਟੈਬਲਿਸ਼ ਕਰਨ ਵਾਲੀਆਂ ਲਿਖਤਾਂ ਦੇ ਵਿੱਚੋਂ ਇਹ ਬਹੁਤ ਅਹਿਮ ਲਿਖਤ ਹੈਗੀ ਹੈ ਹੁਣ ਇਸ ਲੇਖ ਦੇ ਵਿੱਚ ਜਿਹੜਾ ਕਾਂਤ ਹੈ ਉਹ ਕਹਿਣਾ ਕੀ ਚਾਹੁੰਦਾ ਉਹ ਕਹਿੰਦਾ ਹੈ ਇਸ ਲੇਖ ਦੇ ਵਿੱਚ ਕਿ ਐਨਲਾਈਟਨਡ ਹੋਣ ਦਾ ਮਤਲਬ ਹੈ ਵੱਡੇ ਹੋਣਾ ਬੱਚਿਆਂ ਤੋਂ ਬਾਹਰ ਹੋਣਾ ਟ੍ਰੈਡੀਸ਼ਨ ਦੇ ਬੋਝ ਤੋਂ ਮੁਕਤ ਹੋਣਾ ਜਿਵੇਂ ਵੱਡਾ ਹੋ ਕੇ ਬੱਚਾ ਆਪਣੇ ਮਾਂ ਪਿਓ ਤੇ ਡਿਪੈਂਡ ਨਹੀਂ ਰਹਿੰਦਾ ਉਸੇ ਤਰ੍ਹਾਂ ਆਧੁਨਿਕ ਬੰਦਾ ਰਵਾਇਤੀ ਸੋਚ ਦੀ ਜਕੜਬੰਦੀ ਤੋਂ ਆਜ਼ਾਦ ਹੋ ਜਾਂਦਾ ਉਹ ਆਪਣੇ ਫੈਸਲਿਆਂ ਲਈ ਅਤੀਤ ਵੱਲ ਨਹੀਂ ਝਾਕਦਾ ਹੈ ਤਰਕ ਨਾਲ ਆਪਣੇ ਫੈਸਲੇ ਲੈਣ ਦੇ ਕਾਬਲ ਬਣਦਾ ਇਹ ਗੱਲਾਂ ਉਹ ਉਹਦੇ ਵਿੱਚ ਕਰ ਰਿਹਾ ਮੈਂ ਕੋਟ ਕਰਦਾ ਉਹਨੂੰ ਥੋੜਾ ਜਿਹਾ ਕੋਟ ਵੈਨ ਮੈਨ ਇਜ਼ ਨਾਟ ਐਨਲਾਈਟਨਡ ਹੀ ਡਸ ਨਾਟ ਇੰਪਲੋਏ ਹਿਸ ਓਨ ਪਾਵਰਸ ਆਫ ਰੀਜ਼ਨਿੰਗ ਬਟ ਰਾਦਰ ਐਕਸੈਪਟਸ ਦਾ ਗਾਰਡਨਸ਼ਿਪ ਆਫ ਅਦਰਸ ਐਸ ਹੀ ਇਜ਼ ਟੋਲਡ ਹੀ ਡਸ ਨਾਟ ਫੀਲ ਦਾ ਨੀਡ ਟੂ ਐਕੁਆਇਰ ਨੌਲੇਜ ਅਬਾਊਟ ਦਾ ਵਰਲਡ ਬਿਕੋਜ ਐਵਰੀਥਿੰਗ ਇਜ਼ ਰਿਟਨ ਇਨ ਦਾ ਹੋਲੀ ਬੁੱਕਸ ਐਂਡ ਦੋਸ ਹੂ ਹੈਵ ਐਕਟਡ ਐਸ ਗਾਰਡੀਅਨਸ ਆਫ ਸੁਸਾਇਟੀ ਹੈਵ ਵਾਂਟਡ ਇਟ ਦੈਟ ਵੇ It was in their interest that most people should prefer to remain depend on them rather than become self-reliant. It is in this present age that for the first time the need for self-reliance has been generally acknowledged. To kul mila ke jehdi gal kaant kehna chahunda oh eh kehna chahunda hai ke assi tradition to khehda chhadaya taan assi modernity jehdi hegi aa oh liyandi ਔਰ ਇਸ ਲੇਖ ਦੇ ਉੱਤੇ ਮਿਸ਼ੇਲ ਫੂਕੋ ਇੱਕ ਟਿੱਪਣੀ ਕਰਦਾ ਉਹ ਕਹਿੰਦਾ ਕਿ ਕਾਂਤ ਦਾ ਇਹ ਪਹਿਲਾ ਲੇਖ ਆ ਜਿਹੜਾ ਵੈਸਟਰਨ ਫਲਸਫੇ ਦੇ ਵਿੱਚ ਵੱਢ ਮਾਰਦਾ ਉਹ ਇਸ ਕਰਕੇ ਆ ਕਿਉਂਕਿ ਉਹ ਪਹਿਲਾ ਇਹੋ ਜਿਹਾ ਚਿੰਤਕ ਆ ਜੇ ਪਲੈਟੋ ਤੋਂ ਲੈ ਕੇ ਇੱਕ ਪਰੰਪਰਾ ਚੱਲਦੀ ਰਹੀ ਆ ਕਿ ਉਹ ਜਦੋਂ ਵੀ ਗੱਲ ਕਰਦੇ ਆ ਤਾਂ ਉਹਨਾਂ ਕੋਲ ਕੋਈ ਅਤੀਤ ਦਾ ਇੱਕ ਪਲੇਟਫਾਰਮ ਮੌਜੂਦ ਹੁੰਦਾ ਜਿਹਦੇ 'ਤੇ ਉਹ ਆਪਣੀ ਗੱਲ ਕਹਿੰਦੇ ਆ ਔਰ ਉਸ ਨੂੰ ਆਧਾਰ ਬਣਾ ਕੇ ਹੀ ਪਲੈਟੋ ਸੁਕਰਾਤ ਤੇ ਇਸ ਤਰ੍ਹਾਂ ਐਰਿਸਟੋਟਲ ਦੀ ਇੱਕ ਤਰ੍ਹਾਂ ਦੀ ਗੱਲਬਾਤ ਪਿੱਛੋਂ ਚੱਲਦੀ ਹੈਗੀ ਆ ਲੇਕਿਨ ਕਾਂਤ ਪਹਿਲਾ ਅਜਿਹਾ ਚਿੰਤਕ ਆ ਜਿਹੜਾ ਆਪਣੇ ਜਿਹੜੇ ਕੰਟੈਂਪਰਰੀ ਹਾਲਾਤ ਨੇ ਉਹਨਾਂ ਵਿੱਚੋਂ ਆਪਣੀ ਗੱਲ ਕਹਿ ਰਿਹਾ ਉਹ ਕਿਸੇ ਪਾਸਟ ਦੇ ਉੱਤੇ ਡਿਪੈਂਡ ਨਹੀਂ ਹੈ ਉਹ ਕਿਸੇ ਫਿਊਚਰ ਦਾ ਕੋਈ ਯੂਟੋਪੀਆ ਨਹੀਂ ਕ੍ਰੀਏਟ ਕਰ ਰਿਹਾ ਕਿਸੇ ਇਨਕਲਾਬ ਦੀ ਕੰਸੋਲ ਨਹੀਂ ਦੇ ਰਿਹਾ ਹੈ ਉਹਦਾ ਸਾਰਾ ਧਿਆਨ ਸਿਰਫ ਤੇ ਸਿਰਫ ਇਸ ਟਾਈਮ ਪੀਰੀਅਡ ਦੇ ਉੱਤੇ ਆ ਜਿਸ ਟਾਈਮ ਪੀਰੀਅਡ ਦੇ ਵਿੱਚ ਉਹ ਚੱਲ ਰਿਹਾ ਤਾਂ ਜਿਹੜੀ ਵੈਸਟ ਦੀ ਇੱਕ ਦਾਰਸ਼ਨਿਕ ਪਰੰਪਰਾ ਜਿਹੜੀ ਹਮੇਸ਼ਾ ਭੂਤਕਾਲ ਯਾਨੀ ਕਿ ਅਤੀਤ ਵਰਤਮਾਨ ਤੇ ਮੁਸਤਕਬਿਲ ਦੀ ਗੱਲ ਕਰਦੀ ਆ ਉਹ ਉਹਦੇ ਤੋਂ ਵੱਖਰੀ ਕਿਸਮ ਦਾ ਜਿਹੜਾ ਹੈਗਾ ਉਹਦੇ ਤੋਂ ਗੱਲ ਕਰ ਰਿਹਾ ਹੈ ਉਹ ਨਾ ਤਾਂ ਪੁਰਾਤਨਤਾ ਜਾਂ ਮੱਧਕਾਲ ਨੂੰ ਇੱਕ ਝਟਕੇ ਨਾਲ ਖਤਮ ਕਰ ਰਿਹਾ ਤੇ ਨਾ ਹੀ ਕੋਈ ਨਵੇਂ ਇਨਕਲਾਬ ਦੀ ਕੰਸੋ ਦੇ ਰਿਹਾ ਇਸ ਕਰਕੇ ਫੂਕੋ ਇਹ ਮੰਨਦਾ ਹੈਗਾ ਕਿ ਉਹਦਾ ਇਹ ਲੇਖ ਮਾਡਰਨਿਟੀ ਬਾਰੇ ਸਭ ਤੋਂ ਅਹਿਮ ਲਿਖਤਾ ਪਰ ਜਿੱਥੋਂ ਤੱਕ ਮੈਂ ਸੋਚਦਾ ਮੈਂ ਇਹ ਮੰਨਦਾ ਕਿ ਫੂਕੋ ਦੇ ਸਰਟੀਫਿਕੇਟ ਦੇ ਬਾਵਜੂਦ ਟ੍ਰੈਡੀਸ਼ਨ ਨੂੰ ਡਿਸਕਾਰਡ ਕਰਨ ਦਾ ਮਸਲਾ ਪੱਛਮੀ ਸਮਾਜਾਂ ਲਈ ਕੋਈ ਨਵਾਂ ਨਹੀਂ ਰਿਹਾ ਹੈ ਇਹਦੇ ਲਈ ਜੇ ਤੁਸੀਂ ਦੇਖੋ ਤਾਂ ਫਰਾਇਡ ਦੇ ਸਾਰੇ ਕਨਸੈਪਚੁਅਲ ਫਰੇਮਵਰਕ ਜਿਹੜਾ ਬਣਿਆ ਉਹ ਯੂਨਾਨੀ ਮਿੱਥਾਂ ਨੂੰ ਲੈ ਕੇ ਬਣਿਆ ਔਰ ਇਹਦੇ ਵਿੱਚੋਂ ਸਭ ਤੋਂ ਇੰਪੋਰਟੈਂਟ ਮਿੱਥ ਜਿਹੜੀ ਅਸੀਂ ਸਾਰੇ ਜਾਣਦੇ ਹਾਂ ਈਡੀਪਸ ਦੀ ਮਿੱਥ ਆ ਈਡੀਪਸ ਨੂੰ ਜਿਹੜਾ ਫਰਾਇਡ ਹੈ ਉਹ ਪੂਰੀ ਦੀ ਪੂਰੀ ਵੈਸਟਰਨ ਜਿਹੜੀ ਸਾਰੀ ਦੀ ਸਾਰੀ ਮਾਡਰਨ ਸੁਸਾਇਟੀ ਆ ਉਹਦਾ ਆਰਕੀਟਾਈਪ ਮੰਨਦਾ ਹੈ ਕਿ ਪਿਓ ਦਾ ਕਤਲ ਕਰਨ ਦਾ ਮਨਸੂਬਾ ਕਿਤੇ ਨਾ ਕਿਤੇ ਬੱਚੇ ਦੇ ਮਨ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਿਆ ਹੁੰਦਾ ਬੱਚਾ ਆਪਣੇ ਟ੍ਰੈਡੀਸ਼ਨ ਨੂੰ ਰੱਦ ਕਰਨਾ ਚਾਹੁੰਦਾ ਉਹਨੂੰ ਡਿਸਕਾਰਡ ਕਰਨਾ ਚਾਹੁੰਦਾ ਹੈ ਇਹ ਕਿਤੇ ਨਾ ਕਿਤੇ ਵੈਸਟਰਨ ਆਰਕੀਟਾਈਪ ਹੈ ਜਿਹੜਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਦੀਆਂ ਤੋਂ ਮੌਜੂਦ ਰਿਹਾ ਹੁਣ ਦੂਜੇ ਪਾਸੇ ਜੇ ਤੁਸੀਂ ਸਾਡੇ ਇਸ ਸਬ ਕੰਟੀਨੈਂਟ ਦੇ ਵਿੱਚ ਦੇਖੋ ਇੱਥੋਂ ਦੀਆਂ ਮਿੱਥਾਂ ਨੂੰ ਦੇਖੋ ਤਾਂ ਇੱਥੋਂ ਦੀਆਂ ਮਿੱਥਾਂ ਬਿਲਕੁਲ ਵੱਖਰੀ ਕਿਸਮ ਦੀਆਂ ਨੇ ਮਸਲਨ ਮੈਂ ਇੱਕ ਮਿੱਥ ਦੀ ਤੁਹਾਡੇ ਨਾਲ ਹਵਾਲਾ ਸਾਂਝਾ ਕਰਨਾ ਚਾਹਾਂਗਾ ਇਹ ਮਿੱਥ ਜਿਹੜੀ ਹੈ ਇਸ ਨੂੰ ਯਯਾਤੀ ਇੱਕ ਰਾਜਾ ਹੋਇਆ ਉਹਦੇ ਨਾਂ ਨਾਲ ਅਸੀਂ ਜਾਣਦੇ ਹਾਂ ਅਗਰ ਤੁਸੀਂ ਭਗਵਤ ਪੁਰਾਣ ਪੜ੍ਹੋ ਜਾਂ ਮਹਾਭਾਰਤ ਦੇ ਵਿੱਚ ਵੀ ਜਿਹੜੀ ਹੈਗੀ ਆ ਇਹ ਕਥਾ ਜਿਹੜੀ ਹੈਗੀ ਆ ਉਹ ਮਿਲਦੀ ਆ ਹੁਣ ਇਸ ਕਥਾ ਦੇ ਵਿੱਚ ਕੀ ਹੈ ਕਿ ਬੁਨਿਆਦੀ ਤੌਰ ਦੇ ਉੱਤੇ ਜਿਹੜਾ ਯਯਾਤੀ ਹੈ ਉਹ ਸ਼ੁਕਰਾਚਾਰੀ ਹੈ ਇੱਕ ਦੈਂਤਾਂ ਦਾ ਗੁਰੂ ਹੈ ਉਸਦੀ ਕੁੜੀ ਨਾਲ ਉਸਦਾ ਨਿਕਾਹ ਹੋਇਆ ਹੈ ਲੇਕਿਨ ਉਸਦੇ ਸੰਬੰਧ ਕਿਸੇ ਹੋਰ ਦਾਸੀ ਨਾਲ ਬਣ ਜਾਂਦੇ ਆ ਜਦੋਂ ਇਸ ਬਾਰੇ ਉਸਦੀ ਪਤਨੀ ਦੇਵਯਾਨੀ ਸ਼ੁਕਰਾਚਾਰੀਆ ਨੂੰ ਦੱਸਦੀ ਆ ਤਾਂ ਸ਼ੁਕਰਾਚਾਰੀਆ ਉਸਨੂੰ ਸ਼ਰਾਪ ਦੇ ਦਿੰਦਾ ਹੈ ਇਸ ਗੱਲ ਦਾ ਕਿ ਉਹ 1000 ਸਾਲ ਦਾ ਬੁੱਢਾ ਹੋ ਜਾਵੇ
ਇਹ ਬੁੱਢਾ ਹੋਣਾ ਨਹੀਂ ਚਾਹੁੰਦਾ, ਕੋਈ ਵੀ ਆਦਮੀ ਬੁੱਢਾ ਨਹੀਂ ਹੋਣਾ ਚਾਹੁੰਦਾ ਹੈ, ਤਾਂ ਉਹ ਇਹ ਕਹਿੰਦਾ ਕਿ ਮੈਨੂੰ ਇਸ ਤੋਂ ਮੁਕਤ ਕਰੋ। ਤਾਂ ਉਹ ਜਿਹੜਾ ਦੈਂਤਾਂ ਦਾ ਗੁਰੂ ਹੈ ਉਹ ਕਹਿੰਦਾ ਕਿ ਮੁਕਤ ਤਾਂ ਹੋ ਸਕਦਾ, ਲੇਕਿਨ ਇੱਕ ਸ਼ਰਤ ਹੈ ਕਿ ਤੇਰਾ ਇਹ ਜੋ ਹੈ ਸਰਾਪ, ਇਸ ਨੂੰ ਕੋਈ ਜੋ ਹੈ ਤੇਰਾ ਪੁੱਤਰ ਇਸ ਨੂੰ ਆਪਣੇ ਸਿਰ ਤੇ ਲੈ ਲਵੇ। ਤਾਂ ਉਸਦਾ ਇੱਕ ਪੁੱਤਰ ਹੈ ਪੁਰੂ, ਜਿਹੜਾ ਕਿ ਉਸਦੀ ਦੂਜੀ ਪਤਨੀ ਤੋਂ ਹੈ, ਉਹ ਉਸਨੂੰ ਆਪਣੇ ਸਿਰ ਤੇ ਲੈ ਲੈਂਦਾ, ਉਹ ਬਜ਼ੁਰਗ ਹੋ ਜਾਂਦਾ ਤੇ ਇਹ ਜਵਾਨ ਹੋ ਜਾਂਦਾ ਹੈ। ਇਹ ਮਿਥਕ ਕਹਾਣੀ ਹੈ, ਲੇਕਿਨ ਇਸ ਮਿਥਕ ਕਹਾਣੀ ਚੋਂ ਸਮਝਣ ਵਾਲੀ ਗੱਲ ਸਾਡੇ ਲਈ ਕੀ ਆ ਕਿ ਇੱਥੇ ਪਿਤਾ ਦੇ ਲਈ ਪੁੱਤਰ ਜੋ ਹੈ ਆਪਣੀ ਜਵਾਨੀ ਨੂੰ ਦਾਅ ਦੇ ਉੱਤੇ ਲਾ ਰਿਹਾ। ਦੂਜੀ ਸਾਡੀ ਕਹਾਣੀ ਦੇਖੋ, ਰਾਮਚੰਦਰ ਬਨਵਾਸ ਜਾਂਦੇ ਆ, ਤਾਂ ਉਹ ਸਾਰੇ ਦਾ ਸਾਰਾ ਆਪਣੇ ਪਿਤਾ ਦਾ ਵਚਨ ਜੋ ਹੈ ਦਸ਼ਰਥ ਦਾ, ਉਹ ਪੂਰਾ ਕਰਨ ਦੇ ਲਈ ਬਨਵਾਸ ਦੇ ਵਿੱਚ ਜਾਂਦੇ ਹੈਗੇ ਆ। ਕੋਨਾਰਕ ਦੇ ਮੰਦਿਰ ਦੇ ਵਿੱਚ ਜਿਹੜਾ ਹੈਗਾ ਉਹ ਇੱਕ ਪੁੱਤਰ ਜੋ ਹੈ ਉਹਨੂੰ ਪੂਰਾ ਕਰਨ ਦੇ ਲਈ ਖੁਦ ਕੁਰਬਾਨੀ ਕਰਦਾ ਤਾਂ ਕਿ ਉਹਦਾ ਪਿਤਾ ਬਦਨਾਮ ਨਾ ਹੋ ਜਾਵੇ ਜਿਹੜਾ ਹੈ। ਹਸਨ ਹੁਸੈਨ ਦੀ ਕੁਰਬਾਨੀ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਇਹ ਸਾਰੀਆਂ ਆਪਣੀ ਪਰੰਪਰਾ ਲਈ ਆਪਣੇ ਪੂਰਵਜਾਂ ਲਈ ਕੀਤੀਆਂ ਹੋਈਆਂ ਕੁਰਬਾਨੀਆਂ। ਤਾਂ ਬੁਨਿਆਦੀ ਤੌਰ ਦੇ ਉੱਤੇ ਜਿਹੜੀ ਗੱਲ ਮੈਂ ਜਿਹੜਾ ਆਰਗੂਮੈਂਟ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਉਹ ਇਹ ਆ ਕਿ ਸਾਡੇ ਲਈ ਪਰੰਪਰਾ ਜਾਂ ਟ੍ਰੈਡੀਸ਼ਨ ਨੂੰ ਰੱਦ ਕਰ ਦੇਣਾ ਉਨਾ ਸੌਖਾ ਉਨਾ ਆਸਾਨ ਨਹੀਂ ਹੈ ਜਿੱਦਾਂ ਯੂਨਾਨ ਦੀਆਂ ਮਿੱਥਾਂ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਮੌਜੂਦ ਰਿਹਾ। ਤੋ ਸਵਾਲ ਹੁਣ ਇਹ ਪੈਦਾ ਹੁੰਦਾ ਕਿ ਸਾਡੀ ਪਰੰਪਰਾ ਵਿੱਚ ਅਜਿਹਾ ਕੀ ਮੌਜੂਦ ਹੈ ਜਿਸ ਨਾਲ ਅਸੀਂ ਪੱਛਮ ਦੇ ਅੰਨੇਵਾਹ ਪਿਛਲੱਗ ਬਣਨ ਦੀ ਥਾਂ ਦੇ ਉੱਤੇ ਇਹ ਸੋਚੀਏ ਕਿ ਸਾਡੀਆਂ ਆਪਣੀਆਂ ਜਿਹੜੀਆਂ ਜੜ੍ਹਾਂ ਹੈਗੀਆਂ ਨੇ ਉਹਨਾਂ ਦੇ ਵਿੱਚੋਂ ਅਸੀਂ ਆਪਣੇ ਕਿਸੇ ਮਾਡਰਨ ਕੰਟੈਕਸਟ ਨੂੰ ਤਲਾਸ਼ ਸਕਦੇ ਹਾਂ, ਜੇ ਤਲਾਸ਼ ਸਕਦੇ ਹਾਂ ਤਾਂ ਉਹ ਕਿਸ ਕਿਸਮ ਦੇ ਨਾਲ ਤਲਾਸ਼ ਸਕਦੇ ਹਾਂ। ਸਵਾਲ ਇਹ ਵੀ ਆ ਕਿ ਆਧੁਨਿਕਤਾ ਜਿਹੜੀ ਨੂੰ ਵੈਸਟਰਨ ਸਾਰੀ ਦੀ ਸਾਰੀ ਥਿੰਕਿੰਗ ਪ੍ਰੋਸੈਸ ਨੇ ਸਾਰੇ ਸੰਸਾਰ ਦੇ ਸਿਰ ਮੜ ਦਿੱਤਾ ਤੇ ਇਹ ਰੌਲਾ ਪਾਇਆ ਕਿ ਬਰਾਬਰੀ, ਭਾਈਚਾਰਾ, ਜਮਹੂਰੀਅਤ ਤੇ ਸੈਕੂਲਰਿਜ਼ਮ, ਇਹ ਸਾਰੇ ਸੋਹਣੇ ਸੋਹਣੇ ਸ਼ਬਦ ਵਰਤ ਕੇ ਇਸ ਨੂੰ ਪ੍ਰਚਾਰਿਆ। ਇਹ ਇਕੱਲੀ ਥੋੜਾ ਆਈ ਆ ਸਾਡੇ ਕੋਲ, ਇਹਦੇ ਨਾਲ ਨਾਲ ਕਲੋਨਲਿਜ਼ਮ ਵੀ ਤਾਂ ਆਇਆ। ਵੈਸਟ ਦੇ ਵਿੱਚ ਇਹੋ ਜਿਹਾ ਮਸਲਾ ਨਹੀਂ ਸੀ, ਉੱਥੇ ਸਾਰੀਆਂ ਚੀਜ਼ਾਂ ਆਈਆਂ ਤਾਂ ਲੱਗਿਆ ਕਿ ਹਾਂ ਇਹ ਸਾਰੀਆਂ ਚੀਜ਼ਾਂ ਦੇ ਸਾਰੇ ਮਸਲਿਆਂ ਦਾ ਹੱਲ ਜਿਹੜਾ ਹੈ ਉਹ ਮਾਡਰਨਿਟੀ ਦੇ ਵਿੱਚ ਪਿਆ ਹੋਇਆ ਹੈਗਾ। ਲੇਕਿਨ ਸਾਡੇ ਲਈ ਜਿਹੜਾ ਮਾਡਰਨਿਟੀ ਦਾ ਇਤਿਹਾਸ ਹੈ ਉਹ ਬਸਤੀਵਾਦ ਦੇ ਇਤਿਹਾਸ ਦੇ ਨਾਲ ਰਲਗੱਡ ਹੈ। ਅਗਰ ਇਹ ਦੋਵੇਂ ਚੀਜ਼ਾਂ ਰਲਗੱਡ ਨੇ ਤਾਂ ਫਿਰ ਅਸੀਂ ਇਹਦੇ ਵਿੱਚੋਂ ਕਿਵੇਂ ਇੱਕ ਦੂਜੇ ਨੂੰ ਨਿਖੇੜ ਸਕਾਂਗੇ। ਹੁਣ ਕਲੋਨਲਿਜ਼ਮ ਆ ਇੱਕ ਪਾਸੇ, ਉਹ ਜਬਰ ਤੇ ਦਮਨ ਦਾ ਸੂਚਕ ਆ, ਦੂਜੇ ਪਾਸੇ ਆਧੁਨਿਕਤਾ ਬਰਾਬਰੀ ਤੇ ਭਾਈਚਾਰੇ ਦੀ ਸੂਚਕ ਆ। ਇਹ ਡਾਇਲੈਕਟਿਕਸ ਦੇ ਵਿੱਚ ਦੋਵੇਂ ਸਾਨੂੰ ਮਿਲ ਰਹੀਆਂ ਨੇ, ਇਹ ਸਾਨੂੰ ਇਕੱਲੇ ਇਕੱਲੇ ਇੱਕ ਆਸਪੈਕਟ ਦੇ ਰੂਪ ਦੇ ਵਿੱਚ ਨਹੀਂ ਮਿਲ ਰਹੀਆਂ ਹੈਗੀਆਂ। ਸੋ ਇਤਿਹਾਸ ਦੇ ਨੁਕਤਾ ਨਿਗਾਹ ਤੋਂ ਮੱਧਕਾਲ ਤੇ ਆਧੁਨਿਕਤਾ ਦਾ ਫਰਕ ਇਕੱਲਾ ਇਹ ਨਹੀਂ ਹੈ ਕਿ ਇੱਕ ਪੁਰਾਣਾ ਸਮਾਂ ਸੀ ਤੇ ਇੱਕ ਆਧੁਨਿਕ ਸਮਾਂ ਤੇ ਅਸੀਂ ਪੁਰਾਣੀਆਂ ਸਾਰੀਆਂ ਸੋਚਾਂ ਤੋਂ ਮੁਕਤੀ ਪਾ ਕੇ ਇੱਕ ਨਵੇਂ ਯੁੱਗ 'ਚ ਦਾਖਲ ਹੋ ਗਿਆ ਜਿਵੇਂ ਕਾਂਤ ਕਹਿੰਦਾ। ਮਸਲਾ ਸਾਡੇ ਲਈ ਵੱਖਰੇ ਕਿਸਮ ਦਾ, ਸਾਡੇ ਕਲਚਰਲ ਪਰਸਪੈਕਟਿਵ ਦਾ, ਔਰ ਸਾਡੇ ਕਲਚਰਲ ਪਰਸਪੈਕਟਿਵ ਜਦੋਂ ਅਸੀਂ ਦੇਖਦੇ ਹਾਂ ਤਾਂ ਜਦੋਂ ਮਾਡਰਨਿਟੀ ਆਉਂਦੀ ਆ ਅਸੀਂ ਰਿਸੀਵਿੰਗ ਐਂਡ ਦੇ ਉੱਤੇ ਹਾਂ, ਰਿਸੀਵਿੰਗ ਐਂਡ ਦੇ ਉੱਤੇ ਹੋਣ ਕਰਕੇ ਅਸੀਂ ਇੱਕ ਪਾਵਰ ਰਿਲੇਸ਼ਨ ਦੇ ਵਿੱਚ ਵੀ ਬੱਝੇ ਹੋਏ ਹਾਂ ਵੈਸਟ ਦੇ ਨਾਲ, ਉਸ ਪਾਵਰ ਰਿਲੇਸ਼ਨ ਦੇ ਵਿੱਚ ਅਸੀਂ ਉਹਨਾਂ ਤੋਂ ਹਮੇਸ਼ਾ ਊਣੇ ਹਾਂ, ਤੇ ਊਣੇ ਹੋਣ ਕਰਕੇ ਜਿਹੜੇ ਟਾਈਮ ਫਰੇਮਵਰਕ ਦੇ ਵਿੱਚ ਮਾਡਰਨਿਟੀ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ 20ਵੀਂ ਸਦੀ ਸਾਡੇ ਕੋਲ ਆਉਂਦੀ ਆ ਤੇ ਉਹਨਾਂ ਦੀ ਮਦਦ ਦੇ ਨਾਲ ਆਉਂਦੀ ਆ, ਮਸਲਾ ਉਹਨਾਂ ਸੁਖਾਲਾ ਨਹੀਂ ਹੈ। ਇਹਦੇ ਲਈ ਅਗਰ ਮੈਂ ਇੱਕ ਹੋਰ ਥਰੈਟੀਕਲ ਥੋੜ੍ਹੀ ਜਿਹੀ ਗੱਲ ਕਰਨੀ ਚਾਹਾਂ ਤਾਂ ਇੱਕ ਥਿੰਕਰ ਹੈ ਜੋਹਾਨਸ ਫੇਬੀਅਨ, ਬੇਸਿਕਲੀ ਐਂਥਰੋਪੋਲੋਜਿਸਟ ਹੈ, ਬਹੁਤ ਲੋਕਾਂ ਨੇ ਸ਼ਾਇਦ ਸੁਣਿਆ ਹੋਵੇ, ਉਹਦੀ ਕਿਤਾਬ ਹੈ ਟਾਈਮ ਐਂਡ ਦਾ ਅਦਰ। ਹੁਣ ਇਸ ਕਿਤਾਬ ਦੇ ਵਿੱਚ ਉਹ ਟਾਈਮ ਦੀ ਵੰਡ ਕਰਦਾ ਕਿ ਟਾਈਮ ਨੂੰ ਦੋ ਤਰ੍ਹਾਂ ਦੇ ਨਾਲ ਪੜਿਆ ਜਾ ਸਕਦਾ। ਇੱਕ ਟਾਈਮ ਜਿਹੜਾ ਹੈਗਾ ਉਹਨੂੰ ਉਹ ਕਹਿੰਦਾ ਟੈਲੋਲੋਜੀਕਲ ਟਾਈਮ, ਇਹ ਸਿੱਧਾ ਟਾਈਮ ਆ ਜਿਹੜਾ ਅਸੀਂ ਆਮ ਤੌਰ ਦੇ ਉੱਤੇ ਮੰਨਦੇ ਹਾਂ, ਜਿਹਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਪਾਸਟ ਤੋਂ ਪ੍ਰੈਜੈਂਟ ਤੇ ਪ੍ਰੈਜੈਂਟ ਤੋਂ ਫਿਊਚਰ ਦੇ ਵਿੱਚ ਬੰਦਾ ਜਾਂਦਾ ਹੈਗਾ, ਇਸ ਕਿਸਮ ਦਾ ਟਾਈਮ ਹੈਗਾ। ਲੇਕਿਨ ਦੂਜਾ ਇੱਕ ਟਾਈਮ ਆ ਜਿਸਨੂੰ ਉਹ ਇਲੈਕਟ੍ਰੋਨਿਕ ਟਾਈਮ ਕਹਿੰਦਾ ਹੈ, ਇਹਦੇ ਵਿੱਚ ਉਹ ਕਹਿੰਦਾ ਕਿ ਅਤੀਤ, ਵਰਤਮਾਨ, ਮੁਸਤਕਬਿਲ, ਇਹ ਸਾਰੀਆਂ ਚੀਜ਼ਾਂ ਇੱਕ ਦੂਜੇ 'ਚ ਰੜਗੱਡ ਹੋ ਜਾਂਦੀਆਂ ਨੇ, ਇਹਦੇ 'ਚ ਇਹਨਾਂ ਨੂੰ ਨਿਖੇੜ ਸਕਣਾ ਮੁਮਕਿਨ ਨਹੀਂ ਹੁੰਦਾ। ਹੁਣ ਯੂਰਪੀ ਅਵਚੇਤਨ ਦੇ ਵਿੱਚ ਉਹ ਦੱਸਦਾ ਕਿ ਇਹ ਦੋਵੇਂ ਟਾਈਮ ਨਾ ਬਹੁਤ ਗਹਿਰੇ ਸਮਾਏ ਹੋਏ ਨੇ, ਜਦੋਂ ਆਪਣੇ ਬਾਰੇ ਖੁਦ ਦੇ ਬਾਰੇ ਗੱਲ ਕਰਦੇ ਆ ਤਾਂ ਟੈਲੋਲੋਜੀਕਲ ਟਾਈਮ ਦੀ ਗੱਲ ਕਰਦੇ ਆ, ਔਰ ਜਦੋਂ ਉਹ ਏਸ਼ੀਆ ਤੇ ਅਫਰੀਕਾ ਦੇ ਕਬੀਲਿਆਂ ਬਾਰੇ ਗੱਲ ਕਰਨੀ ਸ਼ੁਰੂ ਕਰਦੇ ਆ ਤਾਂ ਇਲੈਕਟ੍ਰੋਨਿਕ ਟਾਈਮ ਦੇ ਉੱਤੇ ਆ ਜਾਂਦੇ ਆ। ਹੁਣ ਤੁਸੀਂ ਜੋਸਫ ਕੋਨਾਰਡ ਦਾ ਜੇਕਰ ਹਰਟ ਆਫ ਡਾਰਕਨੈਸ ਪੜਿਆ ਹੋਵੇ ਤਾਂ ਉਹਦਾ ਇੱਕ ਪਾਤਰ ਆ ਚਾਰਲਸ ਮਾਰਲੋ, ਕਾਂਗੋ ਦਰਿਆ ਦੇ ਉੱਤੇ ਤੁਸੀਂ ਦੇਖਿਆ ਹੋਣਾ ਕਿ ਉਹ ਤੁਰਿਆ ਫਿਰਦਾ ਅਫਰੀਕੀ ਕਬੀਲਿਆਂ, ਔਰ ਜਦੋਂ ਅਫਰੀਕੀ ਕਬੀਲਿਆਂ ਬਾਰੇ ਗੱਲ ਕਰਦਾ ਤਾਂ ਉਹ ਪਾਸਟ ਦੇ ਵਿੱਚ ਚਲਾ ਜਾਂਦਾ, ਜਦੋਂ ਉਹ ਆਪਣੇ ਬਾਰੇ ਗੱਲ ਕੋਈ ਕਰਨੀ ਸ਼ੁਰੂ ਕਰ ਦਿੰਦਾ ਤਾਂ ਉਹ ਪ੍ਰੈਜੈਂਟ ਦੇ ਵਿੱਚ ਆ ਜਾਂਦਾ। ਤਾਂ ਬੁਨਿਆਦੀ ਤੌਰ ਦੇ ਉੱਤੇ ਜਿਹੜਾ ਵੈਸਟਰਨ ਮਾਈਂਡ ਆ ਉਹ ਇਹ ਸੋਚਦਾ ਹੈ ਕਿ ਜਿਹੜੀ ਤੀਜੀ ਦੁਨੀਆ ਦੇ ਮੁਲਕ ਨੇ, ਖਾਸ ਕਰਕੇ ਏਸ਼ੀਆ ਤੇ ਅਫਰੀਕਾ ਦੇ, ਇਹ ਪਛੜੇ ਹੋਏ ਮੁਲਕ ਨੇ, ਇਹ ਪਛੜੇ ਹੋਏ ਮੁਲਕ ਹੋਣ ਕਰਕੇ ਇਹ ਪੁਰਾਣੇ ਸਮੇਂ 'ਚ ਰਹਿ ਰਹੇ ਨੇ, ਉਹ ਹੈ ਕੰਟੈਂਪਰਰੀ ਦੌਰ ਦੇ ਵਿੱਚ ਹੀ ਲੇਕਿਨ ਉਹ ਅਤੀਤ 'ਚ ਹੀ ਵਿਚਰ ਰਹੇ ਹੈਗੇ ਆ। ਇਸੇ ਕਰਕੇ ਜਦੋਂ ਹੀਗੈਲੀਅਨ ਟਾਈਮ ਨੂੰ ਵੀ ਤੁਸੀਂ ਦੇਖੋ ਤਾਂ ਉਹ ਵੀ ਇਸੇ ਤਰ੍ਹਾਂ ਦੀ ਗੱਲ ਕਰਦਾ ਹੈਗਾ। ਹੀਗਲ ਜਦੋਂ ਕਹਿੰਦਾ ਕਿ ਜਿਹੜੀਆਂ ਸਾਡੀਆਂ ਓਰੀਅੰਟ ਸਿਵਿਲਾਈਜੇਸ਼ਨਸ ਨੇ ਇਤਿਹਾਸ ਤੋਂ ਬਾਹਰ ਰਹਿ ਗਈਆਂ ਨੇ, ਉਹ ਬੇਸਿਕਲੀ ਇਲੈਕਟ੍ਰੋਨਿਕ ਟਾਈਮ ਦੀ ਹੀ ਗੱਲ ਕਰ ਰਿਹਾ। ਉਹ ਕਹਿੰਦਾ ਕਿ ਇਤਿਹਾਸ ਦਾ ਸੂਰਜ ਜਿਹੜਾ ਸੀਗਾ ਉਹ ਚੜਿਆ ਤਾਂ ਸੀ ਪੂਰਬ ਤੋਂ,
लेकिन वो पूरे का पूरा जदों जवान गुरूर ते पहुंचया तां वो आया आके पछम दे विच ते अफ्रीका च तां कहिंदा इह कदे वड़िया ही नहीं सूरज जिहड़ा हैगा उत्थे तां कोई जानकारी है ही नहीं उत्थे तां किसे तरह की कोई नॉलेज ही है नहीं कि जिहड़ी है वो अफ्रीका हमेशा तो विरमा रहा। इसे तरह तुसीं हुसलर नूं हालांकि मैं बहुत वड्डा थिंकर मानदा लेकिन उहदे लिए ट्रैप दे विच आउंदा वो एक थां दे उत्ते लिखदा कि जिहड़ा सिर्फ वैसट है उही सारी दी सारी दुनिया नूं एकता दे सूत्र च परो सकदा। सारी दुनिया का पछमीकरण सारी दुनिया की वैस्टनाइजेशन ही इस संसार की होनी है हो के रहना है, है ना। इसे तरह पोएट है किपलिंग उहदी पढ़ो एक किता कविता जिहदे विच उह कहिंदा हैगा द ईस्ट इज द ईस्ट एंड द वैसट इज द वैसट बोथ कैन नैवर बी मीट। मतलब तुसीं देखो कि मेरे कहण का मतलब है कि जो इक्वैलिटी जस्टिस डेमोक्रेसी मॉडर्निटी जे पाक पवित्र शब्द जिहड़े हैगे आ ये जिहड़े सानू दित्ते गए इहदे पिछे एक पावर रिलेशनस का ताणा बाणा भी काम कर रहा है। तो जिहड़ी मॉडर्निटी नूं कांत यूनीवर्सल कह रहा वो उस किस्म की यूनीवर्सल नहीं हैगी। इहदे विच जदों असीं अपने कल्चर स्पैसीफिक तो इहनूं समझण की कोशिश करते हाँ तो यह मसला जिहड़ा है ये उलझना शुरू हो जाता है। एक मैनूं गल याद आ रही है ज़ियाउद्दीन सरदार ने किताब लिखी है ओरिएंटलिज्म उहदे विच उह गल करदा कि मार्को पोलो की जिहड़ी ट्रैवलॉग हैगी आ चीन बारे उहदे करके सारी दुनिया चीन नूं जाणदी और वह कहता कि हकीकत यह है कि मार्को पोलो ने अपनी जी कहानी आ वह एक गोस्ट स्टोरीज लिखण वाले राइटर जिहदा नाम सीगा रुस्टी सैलो शायद उस तो लिखवाई। हुण वह जानता सीगा कि लोगों को किहो जिहियां कहानियां पसंद ने वह अतीत दीयां गल्लां कर रहा उहदे विच जो पछम ने बहुत पहला हंडाया तो उसनों चीन नाल जोड़ के पेश कर रहा पछमी मन उसनों जिहड़ा हैगा वह एक्सैप्ट कर रहा तो उसनों समझ रहा कि असी ही इस सारी की सारी जिहड़ी हैगी आ इह मॉडर्निटी जिहड़े हैगे आ इनू चलाउण वाले इसनू शुरू करन वाले असी लोग हैगे। पर जिहड़ी ये मॉडर्न जिहड़ी मॉडर्निटी वैसटर्न मॉडर्निटी दी आ उहदे तीन आस्पैक्ट जिहड़े हैगे आ तुसीं देखो तां उह उभर के साडे कोल हुण सामणे आउंदे आ। उह किहड़े आस्पैक्ट ने पहली गल इह आ कि इह लॉजिक ते रैशनैलिटी नूं जो तुसीं कांत दीआं गल्लां दे विच वी इह गल सुणी हैगी आ उहनूं आधार बणाउंदी आ ते कहिंदी आ कि पुराने जमाने दे विच लोक विश्वास दे उत्ते चलदे सीगे हुण उह लॉजिक दे उत्ते चलदे आ रैशनैलिटी दे उत्ते चलदे आ। दूजी इह लीनियर हिस्टरी दी गल करदी आ इतिहास जिहड़ा हैगा उह हमेशा बेहतर तो फिर होर बेहतर हुंदा जांदा है कि पुराने समय तो हुंदा समा बेहतर आ आने वाला इस तो बेहतर होएगा एक किस्म की लीनियर हिस्टरी जिहड़ी आ उह चल रही हैगी आ जिहड़ा साडे कोल समय का कंसैप्ट सी उह गुलाई दे विच सी इत्थे लीनियर हिस्टरी हैगी आ। और तीजी चीज़ जिहड़ी आ मैन इज़ द मास्टर ऑफ द नेचर कि आदमी जिहड़ा है उह कुदरत दा मालिक आ उह जो चाहे उह कर सकता है। हुण जदों नीचे गल कहिंदा हैगा कि गॉड इज़ डैड एंड वी हैव किल्ड हिम तां बुनियादी तौर दे उत्ते उह मनुख दे जन्म की पेशनगोई कर रहा है और फूको इसनों बाद जो समझने की कोशिश करता तो यही कहता कि मनुख की घाट बुनियादी तौर पर मॉडर्निटी का मसला मनुख तो पैदा ही मॉडर्न दौर के होया उस तो पहला तो वह कोई हाशिए के उत्ते विचर रहा है पहली बार जो सेंटर के आता है। तो जी गल मैं इतने सारी इस कहनी चाह रहा यह हैगा कि पछम च जो आधुनिक मनुख की घाट का सिद्धांतक चौकटा वो भावें फलसफे राही प्रवान चढ़िया पर यह बुनियादी तौर के उत्ते जो हकीकी रूप के आया तो यह कादे राही बनया कि नेशन स्टेट के कंसैप्ट राही बनया। नेशन स्टेट नूं जमहूरीयत दे नाल जुड़िया गया जमहूरीयत नूं कॉन्स्टीट्यूशन दे नाल जुड़िया गया तो कॉन्स्टीट्यूशन नूं सिटीजन दे नाल जुड़िया गया। तो बुनियादी तौर के उत्ते मन्निया गया कि जिहड़ियां साडियां पुरानियां पछाणां सी एथनिक किस्म दियां कल्चरल किस्म दियां रिलीजियस किस्म दियां लिंगुइस्टिक आइडेंटिटी सीगियां मॉडर्न आइडेंटिटी सीगियां ये सारिया दियां सारिया ब्लर हो गई इस मॉडर्न आइडेंटिटी दे विच उह सिटीजन दी आइडेंटिटी दे विच कन्वर्ट हो गई। तो जिहड़ा सिटीजन आ उह मॉडर्न ह्यूमन बीइंग आ उहनूं कॉन्स्टीट्यूट कीता कॉन्स्टीट्यूशन ने उहदियां राइट्स ने ड्यूटीज़ ने ते उहदे हिसाब नाल उहनूं निभा रहा हैगा। तो एक फिलोसफिकल बहस आ उस फिलोसफिकल बहस दे विचों जिहड़ा प्रैक्टिकल जिहड़ा चीज़ सामने उभर के आई उह इह डेमोक्रेटिक सैटअप आ और जिहदे आधार दे उत्ते वैसे ही मंनदा हैगा कि असीं दुनिया नूं बेहतरीन चीज़ जिहड़ी हैगी आ उह दित्ती आ। सो इत्थे मेरा इह पहला पड़ाव जिहड़ा है गल्लबात दा उह खत्म हुंदा जिहदे विच मैं इह दस्सण दी कोशिश कीती आ कि जिहड़ा वैसटर्न मॉडर्निटी का सारे का सारा जिहड़ा है मसला वह किस किस्म का है उहदे थरैटिकल जिहड़े हैगे ने उह किस किस्म की उहदी उह है नुहार सारी दी सारी। हुण मैं दूजे पड़ाव दे उत्ते आउणा है और दूजा पड़ाव मेरा जिहड़ा है पंजाब ते पंजाबी अदब दे हवाले दे नाल इस चीज़ नूं समझण की कोशिश है। तो जदों मैं पंजाब दे हवाले नाल अपनी गल शुरू करदा तां मैनूं दो चीज़ां याद आउंदियां ने कि दो तरह के किसी कल्चर नूं समझण दे लई दो आस्पैक्ट बहुत इंपॉर्टेंट ने। एक नूं असीं कहिंदे आ आर्कियोलॉजिकल सिग्नीफाइड्स और दूजे नूं असीं कहिंदे आ अस्थैटिक सिग्नीफाइड्स। आर्कियोलॉजिकल जिदा के ना तो ही पता लगता है कि चीज़ा वस्तां मनुखां नाल संबंध रखते हैं और अस्थैटिक ना तो ही कला साहित्य इन्होंने चीज़ों के नाल।
ਹੁਣ ਪੰਜਾਬ ਦਾ ਜਿਹੜਾ ਇਹ ਖਿੱਤਾ ਹੈ ਇਹਦੇ ਵਿੱਚ ਪਹਿਲੀ ਵਾਰ ਇਹ ਜਿਹੜਾ ਮੈਡੀਵੀਅਲ ਦੌਰ ਆ ਜਿਹਨੂੰ ਕਾਂਤ ਨਿੰਦ ਰਿਹਾ ਹੈ ਉਹਦੇ ਮੁਕਾਬਲੇ ਸਾਡੇ ਕੋਲ ਪਹਿਲੀ ਵਾਰ ਇਹ ਵਾਪਰਦਾ ਕਿ ਆਰਕਿਓਲੋਜੀਕਲ ਤੇ ਅਸਥੈਟਿਕਲ ਸਿਗਨੀਫਾਈਡ ਇੱਕ ਦੂਜੇ ਦੇ ਨੇੜੇ ਆਉਂਦੇ ਆ, ਇੱਕ ਦੂਜੇ ਨਾਲ ਮਿਲਦੇ ਆ, ਇੱਕ ਦੂਜੇ 'ਚ ਜਜ਼ਬ ਹੁੰਦੇ ਆ। ਹੁਣ ਦੋ ਚੀਜ਼ਾਂ ਵਾਪਰਦੀਆਂ ਨੇ, ਨੌਵੀਂ ਦਸਵੀਂ ਸਦੀ ਤੁਸੀਂ ਦੇਖੋ ਕਿ ਮਾਡਰਨ ਇੰਡੀਅਨ ਲੈਂਗੁਏਜਸ ਜਿਹੜੀਆਂ ਨੇ ਉਹ ਡਿਵੈਲਪ ਹੋ ਰਹੀਆਂ ਨੇ, ਅਪਰਭ੍ਰੰਸ਼ ਤੋਂ ਪਹਿਲਾਂ ਨੇ, ਉਸ ਤੋਂ ਪਹਿਲਾਂ ਪ੍ਰਕਿਰਤਾਂ ਸੀ, ਫਿਰ ਸੰਸਕ੍ਰਿਤ ਸੀ ਉਸ ਤੋਂ ਪਹਿਲਾਂ, ਤਾਂ ਪਹਿਲੀ ਵਾਰ ਇਹ ਮਾਡਰਨ ਇੰਡੀਅਨ ਲੈਂਗੁਏਜਸ ਜਿਹੜੀਆਂ ਨੇ ਉਹ ਡਿਵੈਲਪ ਹੁੰਦੀਆਂ ਨੇ। ਔਰ ਦੂਜੀ ਗੱਲ ਜਿਹੜੀ ਇੰਪੋਰਟੈਂਟ ਆ, ਇਹ ਇੱਕ ਤਰ੍ਹਾਂ ਦਾ ਮੈਂ ਮੰਨਦਾ ਕਿ ਆਰਕਿਓਲੋਜੀਕਲ ਸਿਗਨੀਫਾਈਡ ਆ, ਔਰ ਇਹਦੇ ਵਿੱਚ ਜਿਹੜੇ ਸਾਡੇ ਭਗਤ ਨੇ, ਜਿਹੜੇ ਸਾਡੇ ਸੂਫੀ ਨੇ, ਜਿਹੜੇ ਸਾਡੇ ਗੁਰੂ ਸਾਹਿਬਾਨ ਨੇ, ਉਹ ਇਸ ਸਾਰੀ ਦੀ ਸਾਰੀਆਂ ਲੈਂਗੁਏਜਸ ਦੇ ਵਿੱਚ ਆਪਣੀ ਗੱਲ ਕਹਿਣੀ ਸ਼ੁਰੂ ਕਰਦੇ ਆ, ਉਹਨੂੰ ਅਸਥੈਟਿਕਲ ਸਿਗਨੀਫਾਈਡ ਦੇ ਨਾਲ ਜੋੜ ਦਿੰਦੇ ਆ। ਜਿਹੜੀ ਮਾਡਰਨਿਟੀ ਦੇ ਵਿੱਚ ਜਾ ਕੇ ਗੱਲ ਵਾਪਰਦੀ ਆ ਵੈਸਟ ਦੇ ਵਿੱਚ, ਕਿ ਉੱਥੇ ਜਿਹੜਾ ਆਰਕਿਓਲੋਜੀਕਲ ਤੇ ਅਸਥੈਟਿਕਲ ਸਿਗਨੀਫਾਈਡ ਜਦੋਂ ਮਾਡਰਨਿਟੀ ਦੇ ਵਿੱਚ ਇਕੱਠੇ ਹੋਣੇ ਸ਼ੁਰੂ ਹੁੰਦੇ ਆ, ਸਾਡੇ ਕੋਲ ਇਸ ਮੀਡੀਵਲ ਪੀਰੀਅਡ ਦੇ ਵਿੱਚ ਸ਼ੁਰੂ ਹੋ ਜਾਂਦੇ ਹੈਗੇ ਆ। ਤੋ ਇਹ ਪੋਸੀਬਲ ਨਹੀਂ, ਹੁਣ ਇੰਨਾ ਸਮਾਂ ਵੀ ਹੈ ਨਹੀਂ ਕਿ ਮੈਂ ਸਾਰੇ ਮੀਡੀਵਲ ਪੀਰੀਅਡ ਦੇ ਲਿਟਰੇਚਰ ਬਾਰੇ ਗੱਲ ਕਰਾਂ, ਤਾਂ ਮੈਂ ਮੁੱਢਲੇ ਤੌਰ ਦੇ ਉੱਤੇ ਨਾਨਕ ਬਾਣੀ ਨੂੰ ਆਧਾਰ ਬਣਾ ਕੇ ਆਪਣੀ ਗੱਲ ਨੂੰ ਜਿਹੜਾ ਹੈ ਸਮਝਣ ਦੀ ਕੋਸ਼ਿਸ਼ ਕਰਾਂਗਾ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈ ਨਾਨਕ ਬਾਣੀ 'ਚ ਵਾਪਰ। ਗੁਰੂ ਨਾਨਕ ਦੀ ਵਿਲੱਖਣਤਾ ਦੇ ਬਾਰੇ 'ਚ ਮੈਂ ਇੱਕ ਕੋਟ ਤੋਂ ਆਪਣੀ ਗੱਲ ਸ਼ੁਰੂ ਕਰਦਾ। ਪ੍ਰੋਫੈਸਰ ਪੂਰਨ ਸਿੰਘ 20ਵੀਂ ਸਦੀ ਦੇ ਇੱਕ ਵੱਡੇ ਸਾਹਿਤਕਾਰ ਤੇ ਥਿੰਕਰ ਹੋਏ ਆ, ਉਹ ਇੱਕ ਥਾਂ ਦੇ ਉੱਤੇ ਲਿਖਦਾ ਹੈ ਅੰਗਰੇਜ਼ੀ ਦੇ ਵਿੱਚ, ਕੋਟ, ਗੁਰੂ ਨਾਨਕ ਪੋਰਡ ਲਾਈਫ ਇਨ ਟੂ ਅਸ, ਵੀ ਵਰ ਕ੍ਰੀਏਟਡ ਅ ਨਿਊ ਬਾਏ ਹਿਸ ਲਵ ਫੋਰ ਅਸ, ਹੀ ਡਿਡ ਨਿਟ ਅਸ ਵਿਦ ਦਾ ਯੂਨੀਵਰਸ ਐਂਡ ਹੀ ਵੇਵ ਦਾ ਡਿਜ਼ਾਈਨ ਆਫ ਦਾ ਇਨਫੀਨਾਈਟ ਇਨ ਟੂ ਦਾ ਟੈਕਸਚਰ ਆਫ ਅਵਰ ਸੋਲ, ਦ ਨਿਊ ਵਰਲਡ ਵਾਸ ਲੇਡ ਅਪੋਨ ਬਿਫੋਰ ਅਵਰ ਆਈਜ਼ ਇਨ ਹਿਸ ਵਿਜ਼ਨ, ਦ ਵੇਲ ਵਾਸ ਆਲਮੋਸਟ ਟੋਰਨ ਅਸੰਡਰ ਐਂਡ ਦਿਸ ਸਪਿਰਚੁਅਲ ਯੂਨੀਵਰਸ ਆਫ ਲਵ ਵਾਸ ਓਪਨ ਟੂ ਅਵਰ ਵਿਜ਼ਨ। ਹੁਣ ਇਹ ਜਿਹੜੀ ਗੱਲ ਉਹ ਕਰ ਰਿਹਾ ਹੈਗਾ ਕਿ ਨਿਊ ਵਰਲਡ ਸਾਡੇ ਸਾਹਮਣੇ ਰੱਖਿਆ ਗਿਆ, ਇੱਕ ਨਵੀਂ ਬੁਣਤੀ ਬੁਣ ਦਿੱਤੀ, ਇਹਨੂੰ ਮੈਂ ਥੋੜ੍ਹੀ ਜਿਹੀ ਅੱਗੇ ਵਿਸਥਾਰ ਦੇਣ ਦੀ ਕੋਸ਼ਿਸ਼ ਕੀਤੀ ਆਪਣੀ ਗੱਲਬਾਤ ਦੇ ਵਿੱਚ। ਇਹਦੇ ਲਈ ਵੀ ਹਵਾਲਾ ਮੈਂ ਪੱਛਮ ਦੇ ਵਿੱਚੋਂ ਲੈਣਾ, ਔਰ ਹਵਾਲਾ ਹੈ ਫਰਾਇਡ ਦਾ। ਫਰਾਇਡ ਇਹ ਕਹਿੰਦਾ ਹੈਗਾ ਕਿ ਜਿਹੜਾ ਮਾਡਰਨ ਬੀਂਗ ਬਣਿਆ, ਐਗਜ਼ਿਸਟੈਂਸ਼ੀਅਲ ਬੀਂਗ ਜਿਹੜਾ ਕੰਸਟੀਟਿਊਟ ਹੋਇਆ, ਉਹ ਦੋ ਚੀਜ਼ਾਂ ਤੋਂ ਬਣਿਆ। ਇੱਕ ਨੂੰ ਉਹ ਕਹਿੰਦਾ ਲੈਂਗੁਏਜ, ਔਰ ਦੂਸਰਾ ਹੈਗਾ ਲਾ। ਲੈਂਗੁਏਜ ਨੇ ਬੰਦੇ ਨੂੰ ਘੜਿਆ, ਨਵੇਂ ਕਿਸਮ ਦੀ ਲੈਂਗੁਏਜ ਆਈ ਔਰ ਨਵੇਂ ਕਿਸਮ ਦਾ ਕਾਨੂੰਨ ਬਣਿਆ, ਔਰ ਇਸ ਕਾਨੂੰਨ ਨੇ ਬੰਦੇ ਨੂੰ ਘੜਿਆ। ਇਸ ਕਾਨੂੰਨ ਨੂੰ ਈਡੀਪਲ ਲਾ ਕਹਿੰਦਾ ਹੈ, ਲਾ ਆਫ ਫਾਦਰ ਕਹਿੰਦਾ ਹੈਗਾ। ਇਹਦੇ 'ਚ ਦੋ ਚੀਜ਼ਾਂ ਬੜੀਆਂ ਹਨ, ਇੱਕ ਹੈਗੀ ਆ ਟੈਬੂ ਔਰ ਦੂਸਰੀ ਹੈ ਟੋਟਮ। ਟੈਬੂ ਦਾ ਮਤਲਬ ਹੈ ਪ੍ਰੋਹਿਬਿਸ਼ਨ, ਕਿ ਇਹ ਕੰਮ ਕਰਨਾ, ਇਹ ਕੰਮ ਨਹੀਂ ਕਰਨਾ ਹੈ, ਔਰ ਦੂਸਰੀ ਆ ਕਰੋਗੇ ਤਾਂ ਕੀ ਮਿਲੂਗਾ? ਪਨਿਸ਼ਮੈਂਟ। ਤਾਂ ਟੋਟਮ ਜਿਹੜੀ ਹੈਗੀ ਉਹ ਪਨਿਸ਼ਮੈਂਟ ਨਾਲ ਜੁੜਿਆ ਹੋਇਆ। ਜਦੋਂ ਫੂਕੋ ਡਿਸਿਪਲਨ ਐਂਡ ਪਨਿਸ਼ ਲਿਖਦਾ ਹੈ, ਤਾਂ ਉਹ ਇਹਦੀ ਗੱਲ ਕਰਦਾ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਡਿਸਿਪਲਨ ਆ ਉਹ ਬੁਨਿਆਦੀ ਤੌਰ ਦੇ ਉੱਤੇ ਪਨਿਸ਼ਮੈਂਟ ਦੇ ਰਾਹੀਂ ਕ੍ਰੀਏਟ ਕੀਤਾ ਜਾਂਦਾ ਹੈ। ਦੇ ਉੱਤੇ ਬਾਡੀ ਨੂੰ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਦੇ ਨਾਲ ਗੁਲਾਮ ਬਣਾਇਆ ਜਾਂਦਾ ਹੈਗਾ ਸਿਸਟਮ ਦਾ। ਔਰ ਸਿਸਟਮ ਬੜੀ ਇੰਟਰਸਟਿੰਗ ਗੱਲ ਇਹ ਹੈਗੀ ਆ ਕਿ ਇਹਦੀ ਐਟਮੋਲੋਜੀ ਨੂੰ ਦੇਖੋ ਤਾਂ ਸਿਸਟਮ ਵਰਡ ਬਣਿਆ ਸਟੇਨਾਏ ਤੋਂ, ਔਰ ਸਟੇਨਾਏ ਦਾ ਮਤਲਬ ਹੁੰਦਾ ਕਬਜ਼ਾ ਕਰਨਾ। ਤਾਂ ਤੁਹਾਡੇ ਉੱਤੇ ਕਬਜ਼ਾ ਕਰਕੇ ਹੀ ਕੋਈ ਸਿਸਟਮ ਸਿਸਟਮ ਬਣਦਾ ਹੈਗਾ। ਤਾਂ ਇਹ ਜਿਹੜਾ ਡਿਸਿਪਲਨ ਹੈਗਾ ਇਹਦੇ ਪੈਰਲਲ ਇੱਕ ਹੋਰ ਚੀਜ਼ ਆ ਜਿਹੜੀ ਗੁਰੂ ਨਾਨਕ ਸਾਨੂੰ ਦਿੰਦੇ ਆ, ਉਹ ਹੈਗਾ ਆਰਡਰ। ਇਹ ਜੇ ਕ੍ਰਿਸ਼ਨਾ ਮੂਰਤੀ ਇੱਕ ਫਿਲੋਸਫਰ ਹੈ ਜਿਹੜਾ ਇਹਦੀ ਗੱਲ ਕਰਦਾ ਡਿਸਿਪਲਨ ਤੇ ਆਰਡਰ 'ਚ ਕੀ ਫਰਕ ਹੈਗਾ। ਹੁਣ ਜਿਹੜਾ ਇਹ ਆਰਡਰ ਹੈ ਇਹ ਸੈਲਫ ਇੰਪੋਜ਼ਡ ਆ, ਇਹ ਬਾਹਰੋਂ ਨਹੀਂ ਪੈਦਾ ਹੋਇਆ ਹੈਗਾ। ਉਹ ਕਹਿੰਦੇ ਆ ਕਿ ਬੰਦੇ ਦਾ ਜਨਮ ਜਿਹੜਾ ਹੈ ਬੁਨਿਆਦੀ ਤੌਰ ਦੇ ਉੱਤੇ ਦੋ ਤਰ੍ਹਾਂ ਦਾ, ਇੱਕ ਕੁਦਰਤੀ ਜਨਮ ਔਰ ਦੂਸਰਾ ਉਹਦਾ ਇੰਸਟੀਟਿਊਸ਼ਨ ਦੇ ਵਿੱਚ ਜਨਮ ਹੈਗਾ। ਬੰਦਾ ਉਦੋਂ ਬੰਦਾ ਬਣਦਾ ਸਾਡੇ ਸਿਸਟਮ 'ਚ ਆ ਕੇ ਜਦੋਂ ਇੰਸਟੀਟਿਊਸ਼ਨਲਾਈਜ਼ ਜਨਮ ਲੈਂਦਾ ਹੈ। ਜਨੇਯੂ ਪਾਉਣਾ ਇੰਸਟੀਟਿਊਸ਼ਨਲਾਈਜ਼ ਹੋਣਾ ਹੈਗਾ, ਉਸ ਤੋਂ ਪਹਿਲਾਂ ਕੁਦਰਤੀ ਜਨਮ ਹੋ ਚੁੱਕਿਆ, ਪਰ ਤਾਂ ਤੁਸੀਂ ਬ੍ਰਾਹਮਣ ਖੱਤਰੀ ਬਣੋਗੇ ਜਾਂ ਵੈਸ਼ ਜਾਂ ਹਿੰਦੂਇਜ਼ਮ ਦੇ ਵਿੱਚ ਤਾਂ ਪ੍ਰਵੇਸ਼ ਕਰੋਗੇ ਜੇ ਤੁਸੀਂ ਜਨੇਯੂ ਦੀ ਰਸਮ ਕਰੋਗੇ। ਗੁਰੂ ਨਾਨਕ ਇੱਥੇ ਕੀ ਕਰਦੇ ਆ, ਉਹ ਜਿਹੜਾ ਇਹ ਇੰਸਟੀਟਿਊਸ਼ਨਲ ਕਿਸਮ ਦਾ ਬਰਥ ਆ ਉਹਨੂੰ ਚੈਲੰਜ ਕਰ ਦਿੰਦੇ ਹੈਗੇ ਆ, ਉਹ ਈਡੀਪਲ ਲਾ ਨੂੰ ਹੀ ਚੈਲੰਜ ਕਰਦੇ ਆ, ਔਰ ਉਹਦੀ ਥਾਂ ਦੇ ਉੱਤੇ ਕੋਸਮੋਸ ਲਾ ਰੱਖਦੇ ਆ ਸਾਡੇ ਸਾਹਮਣੇ। ਉਹ ਕੀ ਕਹਿੰਦੇ ਆ, ਉਹ ਹੁਕਮ ਦੀ ਗੱਲ ਕਰਕੇ ਇਹ ਕਹਿ ਦਿੰਦੇ ਆ ਉਹਦੇ ਵਿੱਚ ਕਿ ਜਿਹੜਾ ਜਨੇਯੂ ਆ ਇਹ ਦਇਆ, ਸੰਤੋਖ, ਸੱਤ ਇਹਨਾਂ ਚੀਜ਼ਾਂ ਦੇ ਵਿੱਚ ਪਿਆ ਹੋਇਆ ਹੈ। ਇਸੇ ਤਰ੍ਹਾਂ ਦੇ ਨਾਲ ਉਹ ਦੂਜੀ ਗੱਲ ਕਰਦੇ, ਜਦੋਂ ਆਰਤੀ ਦੀ ਗੱਲ ਕਰਦੇ ਆ, ਉਹ ਕਹਿੰਦੇ ਆ ਕਿ ਜਿਹੜੀ ਧੂਫ, ਜੋਤ, ਆਹ ਤੁਸੀਂ ਥਾਲ ਦੇ ਵਿੱਚ ਲੈ ਕੇ ਬੈਠੇ ਹੋ ਚੀਜ਼ਾਂ, ਇਹਨਾਂ ਨਾਲ ਆਰਤੀ ਜਿਹੜੀ ਤੁਸੀਂ ਕਰ ਰਹੇ ਹੋ ਇਹਦੀ ਥਾਂ ਦੇ ਪੂਰਾ ਕੋਸਮੋਸ ਆਰਤੀ 'ਚ ਲੱਗਿਆ ਹੋਇਆ ਹੈਗਾ। ਸਾਰੇ ਸੂਰਜ, ਚੰਨ, ਹਵਾ, ਬਨਸਪਤੀ ਇਹ ਸਾਰੀਆਂ ਚੀਜ਼ਾਂ ਉਸ ਆਰਤੀ ਦੇ ਵਿੱਚ ਨੇ। ਤਾਂ ਉਹ ਸਾਰੇ ਦੇ ਸਾਰੇ ਜਿਹੜੇ ਸਾਡੇ ਪ੍ਰੋਸੈਸ ਹੈਗੇ ਨੇ ਇਸ ਇੰਸਟੀਟਿਊਸ਼ਨਲਾਈਜ਼ ਧਰਮ ਦੇ, ਉਹਨਾਂ ਇੰਸਟੀਟਿਊਸ਼ਨਲਾਈਜ਼ ਨੂੰ ਇੰਸਟੀਟਿਊਸ਼ਨ 'ਚੋਂ ਕੱਢ ਕੇ ਕੋਸਮੋਸ ਨਾਲ ਜੋੜ ਦਿੰਦੇ ਆ। ਇਸੇ ਤਰ੍ਹਾਂ ਜਦੋਂ ਯੋਗੀਆਂ ਦੀ ਗੱਲ ਕਰਦੇ ਆ, ਉਹ ਇਹ ਕਿਹੋ ਕਹਿੰਦੇ ਆ ਕਿ ਯੋਗੀ ਹੋਣਾ ਬੁਰੀ ਗੱਲ ਆ, ਉਹ ਕਹਿੰਦੇ ਆ ਏਕ ਦ੍ਰਿਸ਼ਟ ਕਰ ਸੰਸਰ ਜਾਣੇ ਯੋਗੀ ਕਹੀਏ ਸੋ। ਯੋਗੀ ਉਹ ਆ ਜਿਹੜਾ ਸਾਰਿਆਂ ਨੂੰ ਇੱਕ ਨਜ਼ਰ ਨਾਲ ਦੇਖਣ ਯੋਗ ਹੋ ਸਕੇ ਜਿਹੜਾ ਹੈ। ਤਾਂ ਬੁਨਿਆਦੀ ਤੌਰ ਦੇ ਉੱਤੇ
ਉਹ ਕੀ ਕਰਦੇ ਹੈਗੇ ਆ, ਉਹ ਇੱਕ ਨਵੇਂ ਸਪੇਸ ਨੂੰ ਪ੍ਰੋਡਿਊਸ ਕਰ ਰਿਹਾ, ਜਿਹਨੂੰ ਹੈਨਰੀ ਲੈਫਬੇਅਰ ਦੀ ਲੈਂਗੁਏਜ ਕਿਹਾ ਜਾਵੇ ਤਾਂ ਪ੍ਰੋਡਕਸ਼ਨ ਆਫ ਸਪੇਸ ਕਹਿੰਦਾ ਹੈਗਾ, ਕਿ ਕਿਸੇ ਚੀਜ਼ ਨੂੰ ਉਹਦੇ ਪੁਰਾਣੇ ਸਿਗਨੀਫਾਈਡ ਤੋਂ ਤੋੜ ਕੇ ਉਹਨੂੰ ਕੋਸਮੋਸ ਦੇ ਸਿਗਨੀਫਾਈਡ ਦੇ ਨਾਲ ਜੋੜ ਦਿੰਦੇ ਆ। ਹੁਣ ਇਹ ਇੱਕ ਕਮਾਲ ਦੀ ਗੱਲ ਜਿਹੜੀ ਹੈਗੀ ਆ, ਜਿਹੜੀ ਸਾਡੀ ਸਾਨੂੰ ਇਹ ਲੱਗਦਾ ਹੈਗਾ ਕਿ ਆਧੁਨਿਕਤਾ ਦੇ ਵਿੱਚ ਇਹ ਗੱਲਾਂ ਥੋੜ੍ਹਾ ਹੁੰਦੀਆਂ ਹੈਗੀਆਂ ਨੇ। ਹੁਣ ਸਾਡੀ ਰੂੜ ਹੋਈ ਸਿਗਨੀਫਿਕੇਸ਼ਨ ਨੂੰ ਤੋੜਨਾ ਜਿਹੜਾ ਹੈ ਇਹ ਮਾਡਰਨਿਟੀ ਦਾ ਕੰਮ ਆ। ਮਾਡਰਨਿਟੀ ਨੇ ਇੱਦਾਂ ਹੀ ਕੀਤਾ ਵੈਸਟ ਦੇ ਵਿੱਚ, ਲੇਕਿਨ ਜਦੋਂ ਸਾਡੇ ਹੋ ਰਹੀ ਆ ਤਾਂ ਅਸੀਂ ਉਸਨੂੰ ਐਕਸੈਪਟ ਨਹੀਂ ਕਰ ਰਹੇ ਹੈਗੇ। ਹੁਣ ਇਹਦਾ ਕਾਰਨ ਕੀ ਹੈਗਾ? ਕਾਰਨ ਇਹ ਆ ਕਿ ਅਸੀਂ ਕਨਸੈਪਚੁਅਲ ਕਿਸਮ ਦੀ ਲੈਂਗੁਏਜ ਦੇ ਆਦੀ ਹੋ ਚੁੱਕੇ ਆ, ਜਿਹੜੀ ਮੈਂ ਵੀ ਬੋਲ ਰਿਹਾ ਕਨਸੈਪਚੁਅਲ ਲੈਂਗੁਏਜ ਹੈਗੀ ਆ, ਪਰ ਸਾਡੀ ਜਿਹੜੀ ਗੱਲਬਾਤ ਹੋਈ ਆ ਮਟੀਰੀਅਲ ਪੀਰੀਅਡ ਦੇ ਵਿੱਚ ਉਹ ਕਨਸੈਪਚੁਅਲ ਨਹੀਂ ਹੈ, ਉਹ ਬੁਨਿਆਦੀ ਤੌਰ ਤੇ ਕ੍ਰੀਏਟਿਵ ਹੈ, ਕ੍ਰੀਏਟਿਵ ਲੈਂਗੁਏਜ ਦੇ ਵਿੱਚ ਉਸਨੂੰ ਕਿਹਾ ਗਿਆ। ਤਾਂ ਜਿਹੜੀ ਵੈਸਟਰਨ ਮਾਡਰਨਿਟੀ ਆ ਉਹ ਕੀ ਕਰ ਰਹੀ ਆ? ਉਹ ਲੀਗਲ ਸਬਜੈਕਟ ਪੈਦਾ ਕਰ ਰਹੀ ਹੈ। ਔਰ ਜਿਹੜਾ ਸਾਡਾ ਮੱਧਕਾਲੀ ਲਿਟਰੇਚਰ ਆ, ਚਾਹੇ ਕਬੀਰ ਆ, ਆਪਾ ਪਰ ਕਾ ਮਿਟ ਗਿਆ, ਚਾਹੇ ਉਹ ਬੁੱਲੇ ਸ਼ਾਹ ਹੈ ਜਦੋਂ ਕਹਿੰਦਾ ਰਾਂਝਾ ਰਾਂਝਾ ਕਰਦੀ ਨਹੀਂ ਮੈਂ ਆਪੇ ਰਾਂਝਾ ਹੋਈ, ਉਹ ਕੀ ਕਰ ਰਹੇ ਹੈਗੇ ਆ? ਉਹ ਕੁਦਰਤੀ ਜੀ ਦੀ ਗੱਲ ਕਰ ਰਹੇ ਹੈਗੇ ਆ, ਜਿਹਦੇ ਵਿੱਚ ਜੀ ਜੰਤ ਬਨਸਪਤੀ ਸਾਰੀਆਂ ਚੀਜ਼ਾਂ ਸ਼ਾਮਿਲ ਨੇ, ਉਹ ਕੋਈ ਲੀਗਲ ਸਬਜੈਕਟ ਨਹੀਂ ਹੈ ਗੱਲਾਂ। ਹੁਣ ਇਹ ਜਿਹੜਾ ਲੀਗਲ ਸਬਜੈਕਟ ਵੈਸਟਰਨ ਮਾਡਰਨਿਟੀ ਪੈਦਾ ਕਰ ਰਹੀ ਹੈ, ਇਹ ਕਾਰਟੇਸ਼ੀਅਨ ਸਬਜੈਕਟ ਆ, ਜਿਹਦੇ ਵਿੱਚ ਸੈਲਫ ਅਲੱਗ ਆ ਤੇ ਅਦਰ ਅਲੱਗ ਹੈਗਾ, ਲੇਕਿਨ ਜਿਹੜਾ ਸਾਡਾ ਜੀ ਪੈਦਾ ਹੋ ਰਿਹਾ ਉਹ ਕਾਇਨਾਤੀ ਜਸ਼ਨ ਦੇ ਵਿੱਚ ਇਕਸੁਰ ਹੈਗਾ ਜਿਹੜਾ ਹੈਗਾ। ਉਹਨਾਂ ਦਾ ਜੀਵ ਜਿਹੜਾ ਉਹ ਐਗਜ਼ਿਸਟੈਂਸ਼ੀਅਲ ਆ, ਬੀਇੰਗ ਆ, ਮੇਰੀ ਆਪਣੀ ਹੋਂਦ ਕੀ ਆ, ਇਹਦੀ ਲੜਾਈ ਲੜ ਰਿਹਾ। ਸਾਡੇ ਨੇ ਟੂ ਬੀ ਹੋ ਜਾਣਾ, ਮੈਂ ਹੋ ਕੀ ਸਕਦਾ ਹਾਂ। ਔਰ ਖਾਸ ਤੌਰ ਦੇ ਉੱਤੇ ਕਨਸੈਪਚੁਅਲ ਲੈਂਗੁਏਜ ਦੀ ਥਾਂ ਦੇ ਉੱਤੇ ਕ੍ਰੀਏਟਿਵ ਲੈਂਗੁਏਜ ਵਰਤੀ ਜਾ ਰਹੀ ਹੈਗੀ। ਤੋਂ ਆਰਗੂਮੈਂਟ ਮੇਰਾ ਇਹ ਹੈ ਕਿ ਹਾਈਡੈਗਰ ਇਸ ਗੱਲ ਨੂੰ ਵੀ ਕਹਿੰਦਾ ਹੈਗਾ ਕਿ ਬਸਤੀਵਾਦ ਤੋਂ ਬਾਅਦ ਕੀ ਹੋਇਆ, ਸਾਰੀ ਦੁਨੀਆ ਪੱਛਮ ਦੇ ਸਿਰਜੇ ਨੁਕਤੇ ਨਿਗਾਹ ਤੋਂ ਹੀ ਮਤਲਬ ਆਪਣੀ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਉਸਨੇ। ਇਹਦੇ ਨਾਲ ਕੀ ਹੋਇਆ ਕਿ ਸਾਨੂੰ ਲੱਗਿਆ, ਅਸੀਂ ਉਹ ਕਹਿੰਦਾ ਹੈਗਾ ਕਿ ਹੁਣ ਤੁਸੀਂ ਪੂਰਬ ਦੀ ਗੱਲ ਹੀ ਨਹੀਂ ਕਰ ਸਕਦੇ ਹੈਗੇ, ਕਿਉਂਕਿ ਜਿਹੜੀ ਲੈਂਗੁਏਜ ਤੁਸੀਂ ਵਿਚਰ ਰਹੇ ਹੋ, ਜਿਹੜੀ ਤੁਸੀਂ ਆਲੇ ਦੁਆਲੇ ਸਾਰਾ ਕੁਛ ਬਣਾ ਰੱਖਿਆ ਹੈ ਉਹ ਸਾਰਾ ਵੈਸਟ ਹੀ ਦਿੱਤਾ ਹੋਇਆ, ਕਰਕੇ ਸਿਰਫ ਕਲਪਨਾ ਚ ਆ, ਸਿਰਫ ਤਸੱਵਰ ਦੇ ਵਿੱਚ ਆ, ਜਿਉਂ ਅਸੀਂ ਵੈਸਟ ਦੇ ਵਿੱਚ ਹੀ ਰਹੇ ਹਾਂ। ਇਹਦੇ ਨਾਲ ਕੀ ਹੋਇਆ, ਜਿਹੜੀ ਸਾਡੀ ਮੱਧਕਾਲੀ ਸਾਹਿਤ ਦੀ ਵਿਲੱਖਣਤਾ ਸੀਗਾ ਉਹਦਾ ਅਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ, ਕਿਉਂਕਿ ਇਹਦੇ ਵਿੱਚ ਸਾਨੂੰ ਲੱਗਦਾ ਕਿ ਨਾ ਜਮਹੂਰੀਅਤ ਦੀ ਗੱਲ ਕੀਤੀ ਗਈ ਆ, ਨਾ ਨੇਸ਼ਨ ਸਟੇਟ ਦੀ ਗੱਲ ਕੀਤੀ ਗਈ ਆ, ਨਾ ਲੌਜਿਕ ਦੀ ਗੱਲ ਕੀਤੀ ਗਈ ਆ। ਇਸ ਕਰਕੇ ਮਸਲੇ ਸਾਨੂੰ ਲੱਗਦੇ ਹੀ ਨਹੀਂ ਕਿ ਮਾਡਰਨ ਹੋ ਸਕਦੇ ਨੇ, ਪਰ ਆਪਣੇ ਵੱਖਰੇ ਕੀਮਤ ਪ੍ਰਬੰਧ ਕਰਕੇ ਜਿਹੜਾ ਸਾਡਾ ਮਟੀਰੀਅਲ ਲਿਟਰੇਚਰ ਹੈ ਉਹ ਇੱਕ ਖਾਸ ਕਿਸਮ ਦੀ ਨਵੀਨ ਚੇਤਨਾ ਜਿਹੜੀ ਹੈਗੀ ਆ ਉਹਨੂੰ ਜ਼ਰੂਰ ਰੀਕੰਸਟਰਕਟ ਕਰਦਾ। ਬੇਸ਼ੱਕ ਇਹ ਵੈਸਟਰਨ ਮਾਡਰਨਿਟੀ ਵਰਗੀ ਮਾਡਰਨਿਟੀ ਨਹੀਂ ਹੈ, ਇਹਨੂੰ ਇੱਕ ਵੱਖਰੇ ਮਸਲੇ ਵਜੋਂ, ਪਹਿਲੀ ਗੱਲ ਤਾਂ ਮੇਰਾ ਇਹ ਸੁਝਾਅ ਹੈ, ਸਾਨੂੰ ਸਮਝਣ ਦੀ ਜ਼ਰੂਰਤ ਹੈ। ਹੁਣ ਮੈਂ ਤੀਸਰੇ ਤੇ ਆਖਰੀ ਹਿੱਸੇ ਦੇ ਉੱਤੇ ਆਉਣਾ, ਜਿਹਦੇ ਵਿੱਚ ਮੈਂ ਜਿਹੜੀ ਕਲੋਨੀਅਲ ਮਾਡਰਨਿਟੀ ਹੈਗੀ ਆ, ਜਿਹੜਾ ਸਾਡਾ ਬੁਨਿਆਦੀ ਮਸਲਾ ਹੈ, ਔਰ ਅਸੀਂ ਸੋਚਦੇ ਹਾਂ ਕਿ ਕਲੋਨਲਿਜ਼ਮ ਦੇ ਆਉਣ ਨਾਲ ਹੀ ਮਾਡਰਨਿਟੀ ਸਾਡੇ ਦੁਆਲੇ ਆਈ, ਹੁਣ ਮੈਂ ਉਹਦੇ ਹਵਾਲੇ ਦੇ ਨਾਲ ਕੁਛ ਗੱਲਾਂ ਉਸ ਲਿਟਰੇਚਰ ਨੂੰ ਲੈ ਕੇ ਜਿਹੜਾ ਕਲੋਨੀਅਲ ਪੀਰੀਅਡ ਦੇ ਵਿੱਚ ਲਿਖਿਆ ਗਿਆ ਜਾਂ ਉਸ ਤੋਂ ਥੋੜ੍ਹਾ ਅੱਗੇ ਪਿੱਛੇ ਲਿਖਿਆ ਗਿਆ, ਉਹਨੇ ਕਿਸ ਤਰ੍ਹਾਂ ਦੇ ਨਾਲ ਇਸ ਨੂੰ ਦੇਖਣ ਦੀ ਕੋਸ਼ਿਸ਼ ਕੀਤੀ। ਇੱਥੇ ਵੀ ਇਹ ਸੰਭਵ ਨਹੀਂ, ਮੁਮਕਿਨ ਨਹੀਂ ਹੈ ਮੇਰੇ ਲਈ ਕਿ ਮੈਂ ਪੂਰੇ ਦੇ ਪੂਰੇ ਮਾਡਰਨਿਟੀ ਦੇ ਆਸਪੈਕਟਸ ਜਿਹੜੇ ਹੈਗੇ ਨੇ ਬਹੁਤ ਖਿਲਰੇ ਹੋਏ ਨੇ, ਬਿਖਰੇ ਹੋਏ ਨੇ, ਔਰ ਕਿਉਂਕਿ ਮੈਂ ਇੱਕ ਗੱਲ ਇੱਕ ਦਾਇਰੇ ਦੇ ਵਿੱਚ ਕਰਨਾ ਚਾਹੁੰਦਾ ਸੀ, ਇਸ ਕਰਕੇ ਮੈਂ ਕੀ ਕੀਤਾ, ਉਹ ਚੁਣਿਆ ਪੱਖ ਜਿਹਦੇ ਵਿੱਚ ਮਾਡਰਨਿਟੀ ਆਪਣੇ ਵਿਹਾਰਕ ਰੂਪ ਦੇ ਵਿੱਚ ਪੇਸ਼ ਹੁੰਦੀ ਆ, ਦੈਟ ਇਜ਼ ਨੇਸ਼ਨ ਸਟੇਟ ਸਿਟੀਜ਼ਨ ਦਾ ਕਨਸੈਪਟ ਜਿਹੜਾ ਹੈ, ਜਿਹੜਾ ਮੈਂ ਜਿਹਦੇ ਬਾਰੇ ਮੈਂ ਉੱਪਰ ਗੱਲ ਕਰਕੇ ਆਇਆ। ਤੋਂ ਮੈਂ ਦੇਖਣ ਦੀ ਕੋਸ਼ਿਸ਼ ਕੀਤੀ ਕਿ ਪੰਜਾਬੀ ਅਦਬ ਜਿਹੜਾ ਹੈ ਉਹ ਨੇਸ਼ਨ ਸਟੇਟ ਦੇ ਮਸਲੇ ਨੂੰ ਕਿਵੇਂ ਮੁਖਾਤਬ ਹੁੰਦਾ, ਔਰ ਕੀ ਇਹ ਉਵੇਂ ਹੀ ਮੁਖਾਤਬ ਹੁੰਦਾ ਜਿਵੇਂ ਵੈਸਟ ਦੇ ਵਿੱਚ ਹੋਇਆ ਜਾ ਰਿਹਾ ਸੀ, ਜਾਂ ਇਹਦੀਆਂ ਕੁਛ ਵੱਖਰੀਆਂ ਰਵਾਇਤਾਂ ਨੇ ਜਿਹਨਾਂ ਦੇ ਰਾਹੀਂ ਇਹ ਹੋ ਰਿਹਾ। ਇਹ ਸਾਰਾ ਮਸਲਾ ਜਿਹੜਾ ਹੈ ਮੈਂ ਇਸ ਨੂੰ ਇਸ ਤੀਜੇ ਜਿਹੜਾ ਹਿੱਸਾ ਹੈਗਾ ਆਪਣੇ ਲੈਕਚਰ ਦਾ ਉਹਦੇ ਵਿੱਚ ਤੁਹਾਡੇ ਨਾਲ ਸਾਂਝਾ ਕਰੂੰਗਾ। ਹੁਣ ਜਿਹੜਾ ਨੇਸ਼ਨ ਆ, ਇੱਕ ਗੱਲ ਮੈਂ ਇੱਥੇ ਸਪਸ਼ਟ ਕਰ ਦਿਆਂ ਕਿ ਜਦੋਂ ਮੈਂ ਨੇਸ਼ਨ ਸਟੇਟ ਦੀ ਗੱਲ ਕਰ ਰਿਹਾ ਤਾਂ ਇਹ ਤੋਂ ਮੇਰਾ ਮਤਲਬ ਕਿਸੇ ਕੌਮ ਜਾਂ ਸੁਬਾਨ ਜਾਂ ਨਸਲ ਦੀ ਸਾਂਝ ਤੋਂ ਪੈਦਾ ਹੋਈ ਹੋਈ ਕੋਈ ਖਾਸ ਕਿਸਮ ਦੀ ਜਿਹੜੀ ਹੈਗੀ ਆ, ਜਿਸਨੂੰ ਖਾਸ ਤੌਰ ਦੇ ਉੱਤੇ ਪੋਲੀਟੀਕਲ ਸਾਇੰਸ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ, ਉਸ ਕਿਸਮ ਦਾ ਜਿਹੜਾ ਹੈਗਾ ਸਟੇਟ ਉਹ ਤੋਂ ਨਹੀਂ ਹੈਗੀ। ਜਦੋਂ ਮੈਂ ਨੇਸ਼ਨ ਸਟੇਟ ਦੀ ਗੱਲ ਕਰ ਰਿਹਾ ਤਾਂ ਮੇਰੇ ਲਈ ਮਸਲਾ ਜਿਹੜਾ ਹੈਗਾ ਉਹ ਇਹ ਆ ਕਿ ਨੇਸ਼ਨ ਸਟੇਟ ਜਿਹੜੀਆਂ ਕੰਸਟਰਕਟਡ ਹੁੰਦੀਆਂ ਨੇ, ਇਮੈਜਿਨ ਹੁੰਦੀਆਂ ਨੇ, ਔਰ ਮੇਰਾ ਇਹ ਨੁਕਤਾ ਲਿਹਾਜ਼ਾ ਜਿਹੜਾ ਹੈ ਉਹ ਬੈਂਡਿਕ ਐਂਡਰਸਨ ਜਿਹੜਾ ਹੈਗਾ ਉਹਦੇ ਤੋਂ ਮੈਂ ਮੁਤਾਸਰ ਹੋ ਕੇ ਆਪਣੀ ਗੱਲ ਕਹਿ ਰਿਹਾ। ਹੁਣ ਐਂਡਰਸਨ ਜਿਹੜਾ ਬੁਨਿਆਦੀ ਮਸਲਾ ਸਾਡੇ ਸਾਹਮਣੇ ਲਿਆਂਦਾ ਉਹ ਇਹ ਕਹਿੰਦਾ ਹੈਗਾ ਕਿ ਜਿਹੜੇ ਨੇਸ਼ਨਸ ਨੇ ਜਾਂ ਨੈਸ਼ਨਲਿਜ਼ਮ ਹੈ ਬੁਨਿਆਦੀ ਤੌਰ ਦੇ ਉੱਤੇ ਨੇਸ਼ਨ ਇਜ਼ ਐਨ ਇਮੈਜਿਨਡ ਕਮਿਊਨਿਟੀ। ਕੋਟ ਕਰਦਾ ਮੈਂ ਉਹਨੂੰ, ਉਹ ਕਹਿੰਦਾ ਇੱਕ ਥਾਂ ਦੇ ਉੱਤੇ, ਵਟ ਆਈ ਐਮ ਪ੍ਰਪੋਜ਼ਿੰਗ ਇਜ਼ ਦੈਟ ਨੈਸ਼ਨਲਿਜ਼ਮ ਹੈਜ਼ ਟੂ ਬੀ ਅੰਡਰਸਟੂਡ ਬਾਈ ਅਲਾਈਨਿੰਗ ਇਟ ਨਾਟ ਵਿਦ ਸੈਲਫ ਕੌਂਸ਼ੀਅਸਲੀ ਹੈਲਡ ਪੋਲੀਟੀਕਲ ਆਈਡੀਓਲੋਜੀਜ਼ ਬਟ ਵਿਦ ਲਾਰਜ ਕਲਚਰਲ ਸਿਸਟਮ ਦੈਟ ਸੀਕ੍ਰੇਟ। ਬਹੁਤ ਇੰਪੋਰਟੈਂਟ ਹੈਗਾ ਕਲਚਰ ਜਿਹੜਾ ਹੈ, ਕਲਚਰਲ ਜਿਹੜਾ ਫੀਨੋਮੀਨਾ ਹੈਗਾ ਉਹ ਬਹੁਤ ਇੰਪੋਰਟੈਂਟ ਆ ਨੇਸ਼ਨ ਨੂੰ ਸਮਝਣ ਦੇ ਲਈ, ਨੈਸ਼ਨਲਿਜ਼ਮ ਨੂੰ ਸਮਝਣ ਦੇ ਲਈ ਜਿਹੜਾ ਹੈ। ਤਾਂ ਹੁਣ ਮੈਂ ਇਹ ਦੇਖਣਾ ਚਾਹੁੰਦਾ ਸੀਗਾ ਕਿ ਸਾਡੇ ਕੋਲ ਕੀ ਕੋਈ ਨੇਸ਼ਨ ਦੀ ਗੱਲ ਹੋਈ ਆ ਪ੍ਰੀ ਕਲੋਨੀਅਲ ਪੀਰੀਅਡ ਦੇ ਵਿੱਚ?
तो मैं साढ़े फोक लोर च लभन की कोशिश की कि पंजाबी फोक सोंग्स जिहड़े ने लोक गीतां दे विच जदों हैगा की किते साढ़े कोल कोई जिक्र है इस किस्म का, तो उहदे विच साढ़े कोल नेशन स्टेट जिहड़ी नूं असीं अज समझ रहे हां उहदा कोई जिक्र नहीं, लेकिन देश शब्द बहुत वरत्या जांदा। तो मैं कुछ कोट करना कि जिहड़ा मैनूं लभिया कि किस किस्म दे नाल देश जिहड़ा हैगा उह वरत्या गया, तां उह पहला कोटेशन है, हरिए नहीं रस भरीए खजूरे किस दिता इन्नी दूरे, बाबल तां मेरा देसां दा राजा उस दिता इन्नी दूरे। दूजा है, कणकां ते छोलियां दा खेत हौली हौली निसरेगा, बाबल धरमी दा देस हौली हौली विसरेगा। इस तरह की एक होर कोट है, अंबियां नूं तरसेंगी छड के देस दुआबा। और एक है, देस मेरे दे बांके गभरू मस्त अलड़ मुटियारा, प्रेम लड़ी विच इंज परोते ज्यों कुंजां दियां डारां, देस पंजाब दियां खिड़ियां रहन बहां। हुण कमाल की गल यह आ कि देश किसी एक अर्थ दे विच नहीं वरत्या, पेके घर के रूप दे विच वरत्या गया वह देश आ, प्रदेश हो गया जिथे सहुरे घर कुड़ी जा रही है, अपना पिंड अपनिया बरूहां देश ने, देश दुआबा एक खिता जिहड़ा है वह देश आ, और एक सूबा जिसनों असीं मान लैने हुण स्टेट पंजाब वह एक देश के दे रूप दे विच उभर रही है। तो पंजाबी लोक गीतां दे विच किसी पोलीटिकल नेशन या जोग्राफिकल जिहड़ा खिता है उहदी गल नहीं की गई, जदों नेशन दे हवाले नाल की गई, जदों देश की गल की जाती है तो देश एक कल्चरल स्पेस के तौर के उत्ते पंजाबी फोक लिटरेचर के सामने आता। इस तरह के नाल मैं देखने की कोशिश की कि जो फोक लिटरेचर इदा है तो जिहड़ा साडा उस दौर का जिहड़ा प्री कलोनियल पीरियड है उहदे विच जिहड़ा लिटरेचर लिखा जा रहा सीगा मुख धारा का जिहनूं असीं अदब कहने आ, उहदे विच किस किस्म की जिहड़ी हैगी आ देश बारे या स्टेट बारे या नेशन बारे गल हुई है। तो मैनूं दो तीन थां दे उत्ते हिंद दा या पंजाब दा जिक्र लभिया, वह मैं तुहाडे नाल सांझा कर रहा, वह तुसीं सारयां ने तकरीबन सुनिया होना किते ना किते। पहली बार जिहड़ा हिंद हिंदुस्तान शब्द की वरतों हुंदी आ वह गुरु नानक बाणी च ही हुंदी आ, 16वीं सदी दे विच वह कहिंदे आ खुरासान खसमाना किया हिंदुस्तान डराया। हुण हिंदुस्तान दा इत्थे मतलब मोटे मोटे तौर दे उत्ते देखिए तां लोधी सल्तनत जिहड़ी चल रही आ उस समय दी उसनू जिहड़ा हैगा मुखातब होके कहा गया है जिहदे उत्ते बाबर हमला कर रहा है। दूजी वारिस शाह दी हीरा 18वीं सदी दे विच लिखी जाती है और उहदे विच एक थां दे उत्ते जिक्र आउंदा है, सुरमा नैणा दी धार विच फब रिहा चढ़िया हिंद ते कटक पंजाब दा जी। बुनियादी तौर दे उत्ते हीर दी खूबसूरती दी गल हो रही है, पर पंजाब दी फौज हिंदुस्तान दी जिहड़ी हैगी आ फौज दे उत्ते जिहड़ी हैगी आ उह हमला करदी दिखाई गई। और तीजा, बिल्कुल जदों कलोनलिज्म शुरू हुंदा उस दौर दे विच जंगनामा सिंघां ते फिरंगियां लिखिया जांदा है और शाह मुहम्मद अपनी गल करदा 19वीं सदी दे विच जिहड़ा हैगा उह कहिंदा हैगा कि जंग हिंद पंजाब दा होण लगा, दोवें पातशाही फौजां भारियां ने। हुण एक पासे हिंदुस्तान दी फौज आ जिहड़ी कि अंग्रेजी बरतानवी फौज आ जिहदे विच बिहारी ते बंगाली शामिल हैगे आ, और दूजे पासे खालसा फौज जिहड़ी हैगी आ उहदे मुकाबले दे विच खड़ी आ। तां हुण साडे कोल जिहड़ी नेशन स्टेट आ जिहड़ी नूं कि इह मन्निया जांदा वैस्ट दे विच कि मॉडर्निटी दे आउण दे नाल नेशन स्टेट कंसट्रक्ट हुंदी आ, उह उस किस्म दे नाल साडे लिटरेचर दे विच कंसट्रक्ट हुंदी किते वी दिखाई नहीं दे रही, उह बिल्कुल वक्खो वक्खरी किस्म दीआं तरीके दे नाल उहदे बारे गल हो रही आ। तां जिहड़ी एंडरसन जिहड़ी गल कर रिहा सी जदों थर्ड वर्ल्ड नेशन दी गल करदा तां उह इह कहिंदा हैगा कि जिहड़ी तीजी दुनिया दे विच नैशनलिज़म पैदा होया उस साडे यूरोप दे नैशनलिज़म दी नकल दे विच पैदा होया, किसी ना किसी चीज़ को इतों के जो नैशनलिस्ट थे उन्होंने लग्या किसी को रूस का वधिया लग्या मॉडल, किसी को इंग्लैंड का मॉडल वधिया लग्या, किसी को अमेरिका के नैशनलिज्म का मॉडल वधिया लग्या, तो उन्होंने उसकी नकल के उसनों एक्सैप्ट कर लिया है। तो हुण बुनियादी तौर के उत्ते जो एंडरसन का मसला है यह भी प्रॉब्लमैटिक है, वो इस करके प्रॉब्लमैटिक आ कि यूरोपियन थिंकरस को यह लगता है कि यूरोप इज़ द ट्रू ऑब्जेक्ट ऑफ हिस्ट्री, उत्थी पैदा होंगी है, तो रैसट ऑफ द वर्ल्ड इज़ टू कॉपी, यह तो उन्होंने सिर्फ कॉपी करन दे लई जिहड़ा हैगा वह। हुण इत्थे एक इंटरवीन जिहड़ा हैगा उह पार्था चैटर्जी करता है। पार्था चैटर्जी की कहिंदा हैगा, उह एक लेख लिखता हैगा हूज इमेजिनड कम्यूनिटी, और उहदे विच उह कहिंदा हैगा कि जदों असीं इस बगे सगीर दे जिहड़ा नैशनलिस्ट सारी मूवमेंट्स हैगी उहदी गल करनी आ तां असीं उहनूं दो हिस्सिआं च वंड सकदे हां, एक है मटीरियल डोमेन और दूसरा है कल्चरल डोमेन। उह कहिंदा कि असीं वैसटर्न मॉडर्निटी नूं एक्सैप्ट कीता मटीरियल डोमेन च नो डाउट, लेकिन जितों तक कल्चरल डोमेन की गल सीगी उहदे विच असीं उहनूं रिजैक्ट कर दिता पूरी तरह दे नाल। तां उह एक टर्म वरतदा इत्थे लिबरल डायलीमिया, उह कहिंदा कि असीं इस नूं एक डायलैक्ट्स दे विच देखिया, हुंगारे दे तौर दे उत्ते असीं उहनूं एक्सैप्ट कर लिया जिहड़ियां चीज़ां मटीरियल आसपैक्ट दे विच सीगियां, और जिहड़ियां नॉन मटीरियल आसपैक्ट्स आ रहे कल्चरल आसपैक्ट सी उसनूं असीं बिल्कुल जिहड़ा हैगा डिसकार्ड कीता है।
ਹੁਣ ਉਹ ਬੁਨਿਆਦੀ ਤੌਰ ਦੇ ਉੱਤੇ ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਐਂਡਰਸਨ ਜਦੋਂ ਵੈਸਟਰਨ ਮਾਡਰਨਿਟੀ ਦੀ ਜਾਂ ਵੈਸਟਰਨ ਨੈਸ਼ਨਲਿਜ਼ਮ ਦੀ ਗੱਲ ਕਰ ਰਿਹਾ ਤਾਂ ਉਹ ਦੋ ਚੀਜ਼ਾਂ ਦੀ ਬਹੁਤ ਇੰਪੋਰਟੈਂਸ ਮੰਨਦਾ। ਇੱਕ ਉਹ ਕਹਿੰਦਾ ਪ੍ਰਿੰਟ ਕੈਪੀਟਲਿਜ਼ਮ ਔਰ ਦੂਸਰਾ ਉਹ ਕਹਿੰਦਾ ਹੈਗਾ ਕੌਮੀ ਭਾਸ਼ਾ। ਪ੍ਰਿੰਟ ਕੈਪੀਟਲਿਜ਼ਮ ਦੇ ਵਿੱਚ ਕੀ ਹੁੰਦਾ ਹੈਗਾ, ਉਹ ਕਹਿੰਦਾ ਹੈਗਾ ਕਿ ਅਖਬਾਰ ਲਿਖੇ ਜਾਣੇ ਸ਼ੁਰੂ ਹੋਏ, ਨਾਵਲ ਸ਼ੁਰੂ ਹੋਇਆ, ਨਾਵਲ ਦੇ ਨਾਲ ਜਿਹੜਾ ਹੈਗਾ ਲੋਕਾਂ ਨੇ ਦੂਰ ਦੁਰੇਡੇ ਵਾਸਤੇ ਲੋਕਾਂ ਨੇ ਵੀ ਇੱਕ ਦੂਜੇ ਨੂੰ ਆਪਣੇ ਨੇੜੇ ਤਸੱਵਰ ਸ਼ੁਰੂ ਕੀਤਾ ਤਾਂ ਇਸ ਤਰ੍ਹਾਂ ਦੇ ਨਾਲ ਇੱਕ ਇਮੇਜੈਂਟ ਕਮਿਊਨਿਟੀ ਪੈਦਾ ਹੋਈ। ਔਰ ਪੰਜਾਬ 'ਚ ਜਦੋਂ ਛਾਪੇਖਾਨੇ ਲੱਗਦੇ ਆ ਤਾਂ ਪੰਜਾਬ ਦੇ ਛਾਪੇਖਾਨੇ ਦੋ ਤਰ੍ਹਾਂ ਦਾ ਕੰਮ ਕਰਦੇ ਆ। ਇੱਕ ਤਾਂ ਈਸਾਈ ਲਿਟਰੇਚਰ ਛਪ ਰਿਹਾ ਇੱਕ ਛਾਪੇਖਾਨਿਆਂ ਦੇ ਵਿੱਚ ਤਾਂ ਉਹਨੂੰ ਦੂਰ ਦੂਰ ਤੱਕ ਵੰਡਿਆ ਜਾ ਰਿਹਾ ਹੈ, ਦੂਜੇ ਪਾਸੇ ਜਿਹੜਾ ਲਿਟਰੇਚਰ ਆ ਖਾਸ ਤੌਰ ਉੱਤੇ ਸਿੱਖ ਜਿਹੜਾ ਉਹਨੂੰ ਕਾਊਂਟਰ ਕਰਦੇ ਹੈਗੇ ਆ, ਉਹ ਸਿੱਖ ਪਛਾਣ ਦੀ ਜਿਹੜੀ ਰੀਪ੍ਰਜੈਂਟੇਸ਼ਨ ਆ ਉਸ ਨੂੰ ਸਾਡੇ ਸਾਹਮਣੇ ਲਿਆ ਰਿਹਾ। ਔਰ ਨਾਵਲ ਤਾਂ ਉਹਨਾਂ ਸਮਿਆਂ ਦੇ ਵਿੱਚ ਕਿਤੇ ਸਾਨੂੰ ਨੇੜੇ ਤੇੜੇ ਵੀ ਦਿਖਾਈ ਨਹੀਂ ਦਿੰਦਾ ਹੈਗਾ ਕਿ ਉਹ ਉਸ ਕਿਸਮ ਦੀ ਆਈਡੈਂਟੀ ਬਹੁਤ ਘੱਟ ਨਾਵਲ ਲਿਖਿਆ ਜਾ ਰਿਹਾ ਤੇ ਜਿਹੜਾ ਲਿਖਿਆ ਵੀ ਜਾ ਰਿਹਾ ਉਹਨੂੰ ਪੜ੍ਹਨ ਵਾਲੇ ਲੋਕ ਹੀ ਬਹੁਤ ਘੱਟ ਨੇ ਤਾਂ ਉਹ ਕਿਸ ਤਰ੍ਹਾਂ ਦੇ ਨਾਲ ਇਮੈਜਿਨ ਕਮਿਊਨਿਟੀ ਬਣ ਸਕਦੇ ਆ ਪੋਸੀਬਲ ਹੀ ਹੈ ਨਹੀਂ। ਦੂਜੀ ਜਿਹੜੀ ਜ਼ੁਬਾਨ ਦਾ ਮਸਲਾ ਹੈ, ਕੌਮੀ ਜ਼ੁਬਾਨ ਜਿਹੜੀ ਹੈਗੀ ਆ ਉਹਦਾ ਮਸਲਾ ਤਾਂ ਬਹੁਤ ਹੀ ਪੇਚੀਦਾ ਹੈ ਪੰਜਾਬ ਦੇ ਹਵਾਲੇ ਦੇ ਨਾਲ ਦੇਖੀਏ। ਹੁਣ ਜਦੋਂ ਇੱਥੇ ਮੈਂ ਗੱਲ ਕਰਨਾ ਚਾਹੁੰਦਾ ਕਿ ਲਾਰਡ ਮੈਕਾਲੇ ਜਦੋਂ 1833 ਦੇ ਵਿੱਚ ਨਵੀਂ ਨੀਤੀ ਲੈ ਕੇ ਆਉਂਦਾ, ਫਿਰ 2 ਫਰਵਰੀ 1835 ਨੂੰ ਇੱਕ ਖਰੜਾ ਜਿਹੜਾ ਹੈਗਾ ਉਹਦਾ ਪੇਸ਼ ਕੀਤਾ ਜਾਂਦਾ ਹੈਗਾ, ਉਸ ਖਰੜੇ ਨੂੰ ਭਾਰਤ ਦੀ ਸਿੱਖਿਆ ਨੀਤੀ ਜਿਹੜੀ ਹੈਗੀ ਆ ਉਹ ਮੰਨ ਲਿਆ ਜਾਂਦਾ, ਉਹਦੇ 3 ਹਿੱਸੇ ਨੇ ਬੜੇ ਇੰਪੋਰਟੈਂਟ। ਪਹਿਲੀ ਵਿੱਚ ਤਾਂ ਉਹ ਜਿਹੜਾ 1813 ਦਾ ਚਾਰਟਰ ਸੀਗਾ ਉਸ ਐਕਟ ਦੀ ਸੋਧ ਕਰਦੇ ਆ ਕੁਛ ਥੋੜ੍ਹੀ ਬਹੁਤ ਜਿਹੜੀ ਹੈਗੀ। ਦੂਜੇ ਹਿੱਸੇ ਦੇ ਵਿੱਚ ਉਹ ਕੀ ਕਰਦੇ ਆ, ਹਿੰਦੁਸਤਾਨੀ ਜ਼ੁਬਾਨਾਂ ਨੂੰ ਬਾਹਰ ਕਰ ਦਿੰਦੇ ਆ ਤੇ ਅੰਗਰੇਜ਼ੀ ਨੂੰ ਮੀਡੀਅਮ ਆਫ ਇੰਸਟਰਕਸ਼ਨ ਬਣਾ ਦਿੰਦੇ ਆ। ਔਰ ਤੀਜੇ ਹਿੱਸੇ ਦੇ ਵਿੱਚ ਉਹ ਇਸ ਗੱਲ ਦੀ ਵਕਾਲਤ ਕਰਦੇ ਆ ਕਿ ਕਿਉਂ ਅਸੀਂ ਇਹ ਅੰਗਰੇਜ਼ੀ ਲਾਈ ਆ, ਅੰਗਰੇਜ਼ੀ ਪੜ੍ਹਨ ਦੇ ਕੀ ਕੀ ਫਾਇਦੇ ਨੇ। ਉੱਥੇ ਉਹ ਇੱਕੋ ਗੱਲ ਇਹ ਵੀ ਕਹਿੰਦਾ ਹੈਗਾ ਮਕਾਲੇ ਕਿ ਇੱਕ ਪਾਸੇ ਸ਼ੇਕਸਪੀਅਰ ਦੇ ਰਾਈਟਿੰਗਸ ਦੀ ਮੇਰੇ ਕੋਲ ਇੱਕ ਅਲਮਾਰੀ ਹੋਵੇ ਤੇ ਦੂਜੇ ਪਾਸੇ ਹਿੰਦੁਸਤਾਨ ਦਾ ਯਾਨੀ ਕਿ ਉਹ ਸੰਸਕ੍ਰਿਤ ਤੇ ਫਾਰਸੀ ਦੀ ਗੱਲ ਕਰਦੇ ਆ, ਦੋਵਾਂ ਜ਼ੁਬਾਨਾਂ ਦਾ ਪੂਰਾ ਲਿਟਰੇਚਰ ਹੋਵੇ ਤੇ ਮੈਂ ਤਰਜੀਹ ਦਊਂਗਾ ਆਪਣੀ ਸ਼ੇਕਸਪੀਅਰ ਦੀ ਅਲਮਾਰੀ ਨੂੰ ਕਿਉਂਕਿ ਉਹ ਜ਼ਿਆਦਾ ਬਿਹਤਰ ਆ। ਇਹ ਸਾਰੇ ਦਾ ਸਾਰਾ ਹਿੰਦੁਸਤਾਨ ਦਾ ਜੇ ਅਦਬ ਦੇਖੀਏ ਤਾਂ ਉਹਦੇ ਮੁਕਾਬਲੇ ਜਿਹੜਾ ਹੈ ਉਹ ਕੁਛ ਵੀ ਨਹੀਂ ਹੈਗਾ ਜਿਹੜਾ ਹੈ। ਤਾਂ ਇਹ ਜਦੋਂ ਐਕਟ ਲਾਗੂ ਹੋ ਜਾਂਦਾ ਅੰਗਰੇਜ਼ੀ ਜ਼ੁਬਾਨ ਜਿਹੜੀ ਹੈਗੀ ਆ ਉਹ ਬਣ ਜਾਂਦੀ ਆ ਸਾਡੇ ਲਈ। ਹੁਣ ਬਹੁਤ ਸਾਰੇ ਲੋਕ ਭਰਤੀ ਹੁੰਦੇ ਆ, ਉਹਨਾਂ ਦੀ ਮਜਬੂਰੀ ਆ, ਉਹ ਅੰਗਰੇਜ਼ੀ ਦੇ ਵਿੱਚ ਪੜ੍ਹਦੇ ਆ, ਖਾਸ ਤੌਰ 'ਤੇ ਬੰਗਾਲੀ ਬਾਬੂ ਜਿਹੜੇ ਸਾਹਮਣੇ ਆਉਂਦੇ ਆ ਉਹ ਇਸ ਤੌਰ ਦੇ ਉੱਤੇ ਸਵੀਕਾਰ ਕਰ ਲੈਂਦੇ, ਐਕਸੈਪਟ ਕਰ ਲੈਂਦੇ ਆ, ICS ਕਰਨ ਦੇ ਲਈ ਉਹ ਅੰਗਰੇਜ਼ੀ ਜ਼ੁਬਾਨ ਦਾ ਜਿਹੜਾ ਹੈਗਾ ਸਹਾਰਾ ਲੈਂਦੇ ਆ। ਪਰ ਉਹ ਜਦੋਂ ਆਪਣੀ ਮਾਤ ਬੋਲੀ ਦੀ ਗੱਲ ਕਰਦੇ ਆ, ਜਦੋਂ ਆਪਣੇ ਕਲਚਰ ਦੀ ਗੱਲ ਕਰਦੇ ਆ, ਜਦੋਂ ਆਪਣੀ ਟ੍ਰੈਡੀਸ਼ਨ ਦੀ ਗੱਲ ਕਰਦੇ ਆ ਤਾਂ ਉਹ ਆਪਣੀ ਮਾਂ ਬੋਲੀ ਨੂੰ ਹੀ ਕਰਦੇ। ਉਹਨਾਂ ਨੇ ਇਹ ਵੰਡ ਕਦੇ ਐਕਸੈਪਟ ਨਹੀਂ ਕੀਤੀ ਹੈਗੀ, ਉਹ ਹਿੰਦੂ ਮੁਸਲਮਾਨ ਦੇ ਨਾਂ 'ਤੇ ਬੇਸ਼ੱਕ ਲੜ ਲੈਣ ਲੇਕਿਨ ਜ਼ੁਬਾਨ ਦੇ ਨਾਂ ਦੇ ਉੱਤੇ ਉਹ ਸਾਂਝੇ ਰਹੇ। ਪਰ ਦੂਜੇ ਪਾਸੇ ਪੰਜਾਬ ਦਾ ਮਸਲਾ ਕੌਮੀ ਜ਼ੁਬਾਨ ਦੇ ਨਾਂ ਦੇ ਉੱਤੇ ਬਿਲਕੁਲ ਹੀ ਵੱਖਰਾ ਹੋ ਜਾਂਦਾ ਹੈਗਾ। ਪੰਜਾਬੀ ਜਿਹੜੇ ਹੈਗੇ ਨੇ, ਤੁਸੀਂ ਦੇਖੋ ਬੜੀ ਇੰਟਰਸਟਿੰਗ ਗੱਲ ਕੀ ਵਾਪਰਦੀ ਆ, 18ਵੀਂ ਸਦੀ ਦੇ ਵਿੱਚ ਜਿਹੜਾ ਸਿੱਖ ਸਾਹਿਤ ਲਿਖਿਆ ਜਾ ਰਿਹਾ ਉਹ ਬ੍ਰਿਜ ਭਾਸ਼ਾ 'ਚ ਲਿਖਿਆ ਜਾ ਰਿਹਾ ਮੋਸਟਲੀ, ਲੇਕਿਨ ਜਦੋਂ ਹੀ 20ਵੀਂ ਸਦੀ ਆਉਂਦੀ ਆ ਭਾਈ ਵੀਰ ਸਿੰਘ ਤੋਂ ਬਾਅਦ ਇੱਕਦਮ ਹੀ ਸਾਡੇ ਸ਼ੁਰੂ ਹੁੰਦਾ ਟ੍ਰੈਂਡ ਜਿਹੜਾ ਹੈਗਾ ਉਹ ਪੰਜਾਬੀ 'ਚ ਲਿਖਣ ਦਾ ਸ਼ੁਰੂ ਹੋ ਜਾਂਦਾ ਔਰ ਸਿੱਖ ਜਿਹੜੇ ਹੈਗੇ ਆ ਉਹ ਪੰਜਾਬੀ ਜ਼ੁਬਾਨ ਨੂੰ ਜਿਹੜਾ ਹੈਗਾ ਆਪਣੀ ਜ਼ੁਬਾਨ ਕਹਿਣਾ ਸ਼ੁਰੂ ਕਰ ਦਿੰਦੇ ਆ। ਉਸ ਦੌਰ ਦੇ ਵਿੱਚ 18ਵੀਂ ਸਦੀ ਦੇ ਵਿੱਚ ਜਿੰਨਾ ਵੀ ਪੰਜਾਬੀ ਲਿਟਰੇਚਰ ਲਿਖਣ ਵਾਲੇ ਲੋਕ ਹੈਗੇ ਆ ਉਹ ਮੁਸਲਮਾਨ ਨੇ, ਲੇਕਿਨ 20ਵੀਂ ਸਦੀ ਦੇ ਵਿੱਚ ਆ ਕੇ ਉਹ ਉਰਦੂ ਨੂੰ ਜਿਹੜਾ ਹੈਗਾ ਉਹਨੂੰ ਉਹਦੀ ਰੀਪ੍ਰਜੈਂਟੇਸ਼ਨ ਵੀ ਕਰਨੀ ਸ਼ੁਰੂ ਕਰ ਦਿੰਦੇ ਹੈਗੇ। ਹਿੰਦੂਆਂ ਨੂੰ ਲੱਗਦਾ ਕਿ ਹਿੰਦੀ ਸਾਡੀ ਜ਼ੁਬਾਨ ਆ, ਉਹਨਾਂ ਦਾ ਝੁਕਾਅ ਉਸ ਪਾਸੇ ਹੋਣਾ ਸ਼ੁਰੂ ਹੋ ਜਾਂਦਾ। ਆਰੀਆ ਸਮਾਜ ਜਿਹੜੀ ਹੈਗੀ ਪੂਰੀ ਮੂਵਮੈਂਟ ਚਲਾਉਂਦਾ ਹੈਗਾ ਕਿ ਕਿਸ ਤਰ੍ਹਾਂ ਦੇ ਨਾਲ ਅਸੀਂ ਇਸ ਜ਼ੁਬਾਨ ਨੂੰ ਜਿਹੜਾ ਹੈਗਾ ਉਸ ਨੂੰ ਐਕਸੈਪਟ ਕਰੀਏ ਕਿਉਂਕਿ ਸਾਡੇ ਵੇਦਾਂ ਦੀ ਜ਼ੁਬਾਨ ਹੈਗੀ ਆ ਜਾਂ ਉਹਦੇ ਨਾਲ ਸੰਸਕ੍ਰਿਤ ਨਾਲ ਜੁੜੀ ਹੋਈ ਆ, ਸੰਸਕ੍ਰਿਤ ਦੇ ਬਹਾਨੇ ਨਾਲ ਹਿੰਦੀ ਦੀ ਗੱਲ ਕੀਤੀ ਜਾਂਦੀ ਹੈਗੀ ਆ। ਤੋ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਉਹ ਇਹ ਆ ਕਿ ਸਾਡੀ ਨੈਸ਼ਨੈਲਿਟੀ ਜਿਹੜੀ ਹੈਗੀ ਆ ਉਹ ਨਾ ਤਾਂ ਕਿਸੇ ਕੌਮੀ ਜ਼ੁਬਾਨ ਦੇ ਦੁਆਲੇ ਪੈਦਾ ਹੋਈ, ਨਾ ਹੀ ਕਿਸੇ ਪ੍ਰਿੰਟ ਕੈਪੀਟਲਿਜ਼ਮ ਦੇ ਨਾਲ ਇਹਦਾ ਕੋਈ ਤਾਲੁਕ ਹੈ। ਇਹਦਾ ਜਿਹੜਾ ਬੇਸ ਹੈਗਾ ਉਹ ਕਲਚਰਲ ਡੋਮੇਨ ਹੈ ਔਰ ਕਲਚਰਲ ਡੋਮੇਨ ਜਿਹੜਾ ਹੈਗਾ ਉਹਦੀਆਂ ਜੜ੍ਹਾਂ ਜਿਹੜੀਆਂ ਨੇ ਕਿਸੇ ਵੈਸਟਰਨ ਥਿੰਕਿੰਗ ਦੇ ਵਿੱਚ ਨਹੀਂ ਪਈਆਂ ਹੋਈਆਂ ਹੈਗੀਆਂ, ਉਹ ਸਾਡੀ ਆਪਣੀ ਥੋਟ ਪ੍ਰੋਸੈਸ ਦੇ ਵਿੱਚ ਵੀ ਪਈਆਂ ਹੋਈਆਂ ਨੇ, ਸਾਨੂੰ ਉਹ ਲੱਭਣ ਦੀ ਜ਼ਰੂਰਤ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਇੱਥੇ ਕਿ ਜਦੋਂ ਕਲੋਨੀਅਲ ਦੌਰ ਆ ਤਾਂ ਬਹੁਤ ਸਾਰੀਆਂ ਮੂਵਮੈਂਟਸ ਚੱਲਦੀਆਂ ਨੇ ਐਂਟੀ ਕਲੋਨੀਅਲ ਮੂਵਮੈਂਟਸ, ਉਹਨਾਂ ਦੇ ਵਿੱਚੋਂ ਇੱਕ ਮੂਵਮੈਂਟ ਆ ਨਾਮਧਾਰੀ ਮੂਵਮੈਂਟ। ਨਾਮਧਾਰੀ ਮੂਵਮੈਂਟ ਦੇ ਵਿੱਚ ਬਹੁਤ ਲਿਟਰੇਚਰ ਵੀ ਲਿਖਿਆ ਗਿਆ ਔਰ ਇੱਕ ਲਿਟਰੇਚਰ ਖਾਸ ਤੌਰ ਦੇ ਉੱਤੇ ਜਦੋਂ ਸਤਿਗੁਰੂ ਰਾਮ ਸਿੰਘ ਉਹਨਾਂ ਦੇ ਨੂੰ ਜਿਹੜਾ ਹੈਗਾ ਜਲਾਵਤਨ ਕਰਕੇ ਰੰਗੂਨ ਭੇਜ ਦਿੱਤਾ ਗਿਆ ਤਾਂ ਉਹਨਾਂ ਦੀ ਯਾਦ ਦੇ ਵਿੱਚ 12 ਮਾਹ ਲਿਖੇ ਗਏ। ਤਾਂ ਇੱਕ ਭਾਈ ਚੰਦਾ ਸਿੰਘ ਹੋਏ ਨੇ ਉਹਨਾਂ ਦਾ ਇੱਕ 12ਵਾਂ ਹੈ, ਇਹਦੇ ਬਾਰੇ ਡੇਟ ਕੋਈ ਐਗਜੈਕਟ ਨਹੀਂ ਪਤਾ ਲੱਗ ਸਕੀ, ਇੱਕ ਅੰਦਾਜ਼ਾ ਹੈ ਕਿ 1870 ਦੇ ਦੌਰ ਦੇ ਵਿੱਚ ਇਹ ਲਿਖਿਆ ਗਿਆ। ਉਹ ਇਸਦੇ ਵਿੱਚ ਕਹਿੰਦੇ ਆ, ਸਤਿਗੁਰ ਹੋਰ ਹੁਕਮ ਚੜਾਏ, ਸਾਰੀ ਸੰਗਤ ਤਾਂ ਹੀ ਸੁਣਾਏ, ਇਹ ਮਲੇਛ ਲੰਡਣੋਂ ਆਏ, ਇਹਨਾਂ ਬੁੱਚੜਖਾਨੇ ਲਾਏ, ਸਾਨੂੰ ਦੁੱਖ ਗਊਆਂ ਦਾ ਖਾਏ, ਸਿੰਘੋ ਸੀਸ ਦੇਵ ਨੇ ਆਏ ਨਾਏ ਕਰਤਾਰ। ਹੁਣ ਇਹਦੇ ਵਿੱਚ ਦੇਖੋ ਤੁਸੀਂ, ਉਹ ਕਿਸੇ ਨੇਸ਼ਨ ਜਾਂ ਕਿਸੇ ਉਸ ਤਰ੍ਹਾਂ ਦੀ ਸਟੇਟ ਦੀ ਗੱਲ ਨਹੀਂ ਕਰ ਰਹੇ, ਉਹਨਾਂ ਲਈ ਮਸਲਾ ਇਸ ਕਿਸਮ ਦਾ ਹੈ ਕਿ
ਹੁਣ ਇੱਥੇ ਸਾਰੇ ਦਾ ਸਾਰਾ ਜਿਹੜਾ ਹੈਗਾ ਅੰਗਰੇਜ਼ਾਂ ਵਾਸਤੇ ਮੁਗਲਾਂ ਲਈ ਜਿਹੜਾ ਸ਼ਬਦ ਮਲੇਛ ਸੀ ਉਹਦੀ ਵਰਤੋਂ ਕੀਤੀ ਜਾ ਰਹੀ ਹੈ, ਗਾਂ ਰੱਖਿਆ ਅਤੇ ਬੁੱਚੜਖਾਨਿਆਂ ਦਾ ਵਿਰੋਧ ਕੀਤਾ ਜਾ ਰਿਹਾ, ਕੁਰਬਾਨੀ ਦਾ ਜਜ਼ਬਾ ਹਿੰਦੁਸਤਾਨੀ ਹੈ ਸਿੱਖੀ ਹੈ ਉਹਦੇ ਲਈ ਜਿਹੜਾ ਹੈਗਾ। ਤੋ ਨੈਚੁਰਲੀ ਉਹ ਬਰਤਾਨਵੀ ਸਾਮਰਾਜ ਦੇ ਵਿਰੋਧ ਚ ਹੈਗੇ ਆ, ਪਰ ਇਹ ਨਾਬਰੀ ਜਿਹੜੀ ਹੈਗੀ ਆ ਇਹ ਨਾਬਰੀ ਦਾ ਜਿਹੜਾ ਸਾਰਾ ਸਾਰਾ ਧੁਰਾ ਬਣ ਰਿਹਾ ਹੈਗਾ ਉਹ ਧੁਰਾ ਜਿਹੜਾ ਹੈਗਾ ਉਹ ਸਿਆਸੀ ਨਹੀਂ ਹੈਗਾ, ਉਹ ਸਿਆਸੀ ਹੋਣ ਦੀ ਥਾਂ ਤੇ ਸੋਸ਼ੋ ਕਲਚਰਲ ਹੈ। ਇਸੇ ਤਰ੍ਹਾਂ ਦੇ ਨਾਲ ਤੁਸੀਂ ਸਿੰਘ ਸਭਾ ਮੂਵਮੈਂਟ ਦਾ ਲਿਟਰੇਚਰ ਦੇਖੋ, ਹੈ ਨਾ, ਇਹ ਸਾਰੇ ਦਾ ਸਾਰਾ ਲਿਟਰੇਚਰ ਜਿਹੜਾ ਹੈਗਾ ਇਹ ਕਲੋਨਲਿਜ਼ਮ ਦਾ ਕਲਚਰਲ ਰਿਸਪੋਂਸ ਆ, ਪੋਲੀਟੀਕਲ ਰਿਸਪੋਂਸ ਨਹੀਂ ਹੈਗਾ। ਹੁਣ ਇਹਦੇ ਵਿੱਚ ਕੀ ਕਰਦੇ ਆ, ਭਾਈ ਵੀਰ ਸਿੰਘ ਦੇ ਨਾਵਲਾਂ ਨੂੰ ਪੜ੍ਹੋ, ਉਹਨਾਂ ਦੇ ਨਾਵਲਾਂ ਦੇ ਵਿੱਚ ਕੀ ਆ ਕਿ ਸਿੱਖ ਪਛਾਣ ਦਾ ਗੌਰਵ 18ਵੀਂ ਸਦੀ ਦੇ ਕਰੈਕਟਰ ਸਿਰਜੇ ਜਾ ਰਹੇ ਹੈਗੇ, ਔਰ ਉਹਨਾਂ ਕਰੈਕਟਰ ਦੇ ਜਿਹੜੇ ਵਿੱਚ ਨੇ ਉਹਦੇ ਵਿੱਚ ਦਿਖਾਇਆ ਗਿਆ ਕਿ ਮੁਗਲ ਸਾਮਰਾਜ ਦੇ ਨਾਲ ਸਿੱਖ ਪਾਤਰ ਟਕਰਾਉਂਦੇ ਨੇ ਤੇ ਉਸ ਟਕਰਾਹਟ ਦੇ ਵਿੱਚੋਂ ਹੀ ਉਹਦੇ ਕਰੈਕਟਰ ਜਿਹੜੇ ਹੈਗੇ ਨੇ ਉਹ ਡਿਸਕ੍ਰਾਈਬ ਹੋ ਰਹੇ। ਪਰ ਮਸਲਾ ਭਾਈ ਵੀਰ ਸਿੰਘ ਲਈ ਇੰਨਾ ਹੀ ਨਹੀਂ ਹੈ ਕਿ 18ਵੀਂ ਸਦੀ ਦੀ ਗੱਲ ਤੁਹਾਡੇ ਨਾਲ ਕੋਈ ਸਾਂਝੀ ਕਰਨਾ ਚਾਹੁੰਦਾ, ਮਸਲਾ ਇਹ ਆ ਕਿ 20ਵੀਂ ਸਦੀ ਦੇ ਵਿੱਚ ਸਿੱਖ ਵੀ ਈਸਾਈ ਬਣਦੇ ਜਾ ਰਹੇ ਆ, ਪਰ ਸਿੱਖਾਂ ਨੂੰ ਈਸਾਈ ਬਣਨ ਤੋਂ ਰੋਕਣ ਦੇ ਲਈ ਇਹ ਦੱਸਿਆ ਜਾ ਰਿਹਾ ਕਿ ਜਦੋਂ ਤੁਹਾਡੇ ਤੇ ਇੰਨਾ ਬੁਰਾ ਦੌਰ ਸੀ ਉਦੋਂ ਵੀ ਤੁਸੀਂ ਸਿੱਖੀ ਤੋਂ ਬੇਮੁਖ ਨਹੀਂ ਹੋਏ ਤਾਂ ਭਾਈ ਹੁਣ ਕਿਉਂ ਹੋ ਰਹੇ ਹੈਗੇ ਹੋ। ਤਾਂ ਇਸ ਤਰ੍ਹਾਂ ਦੇ ਨਾਲ ਇੱਕ ਵੰਗਾਰ ਪੈਦਾ ਕਰ ਰਿਹਾ ਸਿੱਖਾਂ ਦੇ ਲਈ ਔਰ ਇੱਕ ਕਲਚਰਲ ਰਿਸਪੋਂਸ ਪੈਦਾ ਕਰ ਰਿਹਾ ਹੈਗਾ। ਤਾਂ ਜਿਹੜੀ ਗੱਲ ਪਾਰਥਾ ਚੈਟਰਜੀ ਕਹਿ ਰਿਹਾ ਸੀਗਾ ਕਿ ਰਿਲੀਜੀਅਸ ਡੋਮੇਨ ਜਿਹੜੀ ਹੈਗੀ ਆ ਉਹਦੇ ਵਿੱਚ ਜਿਹੜਾ ਹੈਗਾ ਉਹ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਕਾਊਂਟਰ ਕਰ ਰਹੇ ਹੈਗੇ ਆ ਕਲੋਨਲਿਜ਼ਮ ਨੂੰ ਔਰ ਆਪਣੀ ਮਾਡਰਨਿਟੀ ਉਹਦੇ ਵਿੱਚੋਂ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਪਰ ਸਿਰਫ ਇਹੀ ਨਹੀਂ ਹੋਇਆ ਹੈਗਾ, ਦੂਜੇ ਪਾਸੇ ਇੱਕ ਬਿਲਕੁਲ ਵੱਖਰੇ ਕਿਸਮ ਦਾ ਵਿਜ਼ਨ ਵੀ ਹੈ, ਉਹਦੀ ਵੀ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੂੰਗਾ, ਉਹ ਹੈ ਗਦਰ ਲਹਿਰ। ਗਦਰ ਲਹਿਰ ਦੇ ਵਿੱਚ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਹੈਗਾ, ਨੇਸ਼ਨ ਸਟੇਟ ਤੁਹਾਨੂੰ ਬਹੁਤ ਕਲੀਅਰ ਕੱਟ ਤਰੀਕੇ ਨਾਲ ਉਹਦੇ 'ਚ ਦਿਖੂਗੀ ਜਿਹੜੀ ਹੈਗੀ। ਗਦਰ ਦੀ ਗੂੰਜ ਦੇ ਵਿੱਚ ਇੱਕ ਕਵਿਤਾ ਛਪੀ ਆ, ਉਹਦੀਆਂ ਲਾਈਨਾਂ ਸੁਣੋ ਇਸ ਬੰਦ ਦੇ ਵਿੱਚ ਕੀ ਕਿਹਾ ਗਿਆ। ਉਹ ਕਹਿੰਦੇ ਆ, ਹਿੰਦ ਦਾ ਵਪਾਰਕਾਰ ਰੋੜਿਆ ਜਹਾਨ ਉੱਤੋਂ ਆਪਣਾ ਵਪਾਰ ਅਸਮਾਨ ਤੇ ਚੜਾ ਲਿਆ, ਘਟਨਾ ਗੁਜ਼ਾਰੀ ਮਾਰ ਧਾੜ ਕੀਤੀ ਹਿੰਦ ਵਿੱਚ, ਓਲੇ ਓਲੇ ਧਨ ਇੰਗਲੈਂਡ ਨੂੰ ਪਹੁੰਚਾ ਲਿਆ, ਕੀਤੀ ਬੰਦ ਵਿਦਿਆ ਸਕੂਲ ਅਖਬਾਰ ਚੰਗੇ, ਹਿੰਦ ਦੇ ਨਿਵਾਸੀਆਂ ਨੂੰ ਮੂਰਖ ਬਣਾ ਲਿਆ। ਹੁਣ ਇਹਦੇ ਵਿੱਚ ਧਿਆਨ ਦਿਓ ਕਿਹੜੀਆਂ ਕਿਹੜੀਆਂ ਗੱਲਾਂ ਆਈਆਂ ਨੇ, ਵਪਾਰ, ਦੂਸਰੇ ਨੰਬਰ ਦੇ ਉੱਤੇ ਜਿਹੜੀ ਗੱਲ ਆਈ ਹੈਗੀ ਆ ਧਨ, ਵਿਦਿਆ, ਸਕੂਲ, ਅਖਬਾਰ, ਹਿੰਦ ਦੇ ਨਿਵਾਸੀ। ਹੁਣ ਇਹ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਉਹ ਨੇ ਜਿਨ੍ਹਾਂ ਨੂੰ ਅਸੀਂ ਮਾਡਰਨਿਟੀ ਦੇ ਨਾਲ, ਜਿਨ੍ਹਾਂ ਨੂੰ ਅਸੀਂ ਨੈਸ਼ਨਲਿਜ਼ਮ ਦੇ ਨਾਲ, ਜਿਨ੍ਹਾਂ ਨੂੰ ਅਸੀਂ ਸਿਟੀਜ਼ਨਸ਼ਿਪ ਦੇ ਨਾਲ ਜੋੜ ਕੇ ਦੇਖਦੇ ਹਾਂ, ਔਰ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਗਦਰ ਮੂਵਮੈਂਟ ਦੀ ਪੋਇਟਰੀ ਦੇ ਵਿੱਚ ਆ ਰਹੀਆਂ। ਇਸੇ ਤਰ੍ਹਾਂ ਦੇ ਨਾਲ ਗਦਰ ਦੀ ਗੂੰਜ ਇੱਕ ਅਖਬਾਰ ਛਪਦਾ, ਉਹਦੇ ਵਿੱਚ 1933 ਦੇ ਵਿੱਚ ਇੱਕ ਅਪੀਲ ਛਪਦੀ ਹੈਗੀ ਆ, ਉਹਦੇ ਵਿੱਚ ਕਿਹਾ ਗਿਆ, ਗੁਲਾਮ ਹਿੰਦੁਸਤਾਨ ਦੇ ਬੰਧਨ ਕੱਟਣ ਵਾਸਤੇ ਤੜਪ ਰਹੇ ਕੌਮ ਪ੍ਰਸਤਾਂ ਨੂੰ ਇਨਕਲਾਬੀ ਰਸਤੇ ਪਰ ਲਿਆਉਣਾ ਬੜਾ ਜ਼ਰੂਰੀ ਹੈ, ਗਦਰ ਪ੍ਰੈਸ ਇਨਕਲਾਬੀ ਸਾਹਿਤ ਪੈਦਾ ਕਰਨ ਵਾਸਤੇ ਰਾਤ ਦਿਨ ਕਰ ਰਿਹਾ ਹੈ ਤੇ ਅਣਖੀ ਹਿੰਦੁਸਤਾਨੀਆਂ ਨੂੰ ਦੁਸ਼ਮਣ ਪਰ ਕਰਾਰੀ ਸੱਟ ਮਾਰਨ ਵਾਸਤੇ ਵੰਗਾਰ ਰਿਹਾ ਹੈ, ਵਿਦੇਸ਼ੀ ਹਕੂਮਤ ਵਾਸਤੇ ਮੌਤ ਦਾ ਸੁਨੇਹਾ ਲਿਜਾਣ ਵਾਲਾ ਇਹ ਗਦਰੀ ਸਾਹਿਤ ਸਿੱਧਾ ਦੇਸ਼ ਨਹੀਂ ਭੇਜਿਆ ਜਾ ਸਕਦਾ, ਪਰ ਜੋ ਸੱਜਣ ਜੇਲ੍ਹ ਰੂਪੀ ਦੇਸ਼ ਤੋਂ ਬਾਹਰ ਹਨ ਉਹ ਖੁਸ਼ਕਿਸਮਤ ਹਨ ਕਿਉਂਕਿ ਉਹ ਹਰ ਤਰ੍ਹਾਂ ਦਾ ਇਨਕਲਾਬੀ ਸਾਹਿਤ ਸੁਖੈਣੀ ਹਾਸਲ ਕਰ ਸਕਦੇ ਹਨ ਤੇ ਕਈਆਂ ਢੰਗਾਂ ਨਾਲ ਦੇਸ਼ ਵਿੱਚ ਵੀ ਘੱਲ ਸਕਦੇ ਨੇ। ਤੋ ਹੁਣ ਇਹ ਬਿਲਕੁਲ ਹੀ ਇੱਕ ਵੱਖਰੀ ਕਿਸਮ ਦਾ ਜਿਹੜਾ ਹੈ ਏਜੰਡਾ ਪੈਦਾ ਹੋ ਰਿਹਾ ਹੈ। ਤੋ ਜਿੱਥੇ ਗਦਰ ਲਹਿਰ ਦੀ ਕਵਿਤਾ ਆਜ਼ਾਦੀ, ਜਮਹੂਰੀਅਤ ਤੇ ਰਾਸ਼ਟਰਵਾਦ ਦਾ ਏਜੰਡਾ ਡਿਵੈਲਪ ਕਰ ਰਹੀ ਆ, ਉੱਥੇ ਸਿੰਘ ਸਭਾ ਲਹਿਰ ਜਾਂ ਨਾਮਧਾਰੀ ਲਹਿਰ ਦੀ ਜਿਹੜੀ ਪੋਇਟਰੀ ਹੈਗੀ ਆ ਉਹ ਅਤੀਤ ਦੇ ਗੌਰਵ ਦੇ ਦੁਆਲੇ ਸੈਂਟਰਲਾਈਜ਼ ਹੋਈ ਪਈ ਆ। ਜਦੋਂ ਤੱਕ ਇਹ ਪੋਸਟ ਕਲੋਨੀਅਲ ਦੌਰ ਦੇ ਵਿੱਚ ਪਹੁੰਚਦੀ ਆ ਤਾਂ ਬਿਲਕੁਲ ਹੀ ਵੱਖਰਾ ਮੰਜ਼ਰ ਆ ਜਾਂਦਾ। ਮੋਹਨ ਸਿੰਘ ਦੀ ਕਵਿਤਾ ਦੇ ਵਿੱਚ ਜਿਹੜਾ ਪੰਜਾਬ ਜਿਹੜਾ ਸੀਗਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਿਆ ਸੀਗਾ ਉਹ ਹੁਣ ਇੱਥੇ ਆ ਕੇ ਕੀ ਬਣ ਜਾਂਦਾ ਹੈ, ਭਾਰਤ ਹੈ ਵਾਂਗ ਮੁੰਦਰੀ ਵਿੱਚ ਨਗ ਪੰਜਾਬ। ਉਹਦੇ ਵਿੱਚ ਉਹ ਕਹਿੰਦਾ, ਗੰਗਾ ਬਣਾਵੇ ਦੇਵਤੇ, ਜਮਣਾ ਬਣਾਵੇ ਦੇਵੀਆਂ, ਆਸ਼ਕ ਮਗਰ ਬਣਾ ਸਕੇ ਪਾਣੀ ਚੜਾਵ ਦਾ, ਭਾਰਤ ਹੈ ਵਾਂਗ ਮੁੰਦਰੀ ਵਿੱਚ ਨਗ ਪੰਜਾਬ। ਹੁਣ ਇੱਥੇ ਉਹਦੇ ਲਈ ਇੱਕ ਬਿਲਕੁਲ ਵੱਖਰੇ ਕਿਸਮ ਦਾ ਜਿਹੜਾ ਹੈਗਾ ਉਹ ਬਣ ਜਾਂਦਾ ਹੈ। ਇੱਕ ਬਿਲਕੁਲ ਹੀ ਵੱਖਰੀ ਡਾਇਮੈਂਸ਼ਨ ਤੁਸੀਂ ਦੇਖੋਗੇ ਪੂਰਨ ਸਿੰਘ ਦੇ ਲਿਟਰੇਚਰ ਦੇ ਵਿੱਚ। ਪੂਰਨ ਸਿੰਘ ਦੀ ਵਿਲੱਖਣਤਾ ਹੈ ਕਿ ਉਹ ਪਹਿਲਾ ਪੰਜਾਬੀ ਚਿੰਤਕ ਹੈਗਾ ਜਿਹੜਾ ਪੂਰੇ ਦੇ ਪੂਰੀ ਕਲੋਨੀਅਲ ਮਾਡਰਨਿਟੀ ਨੂੰ ਕਾਟੇ ਹੇਠ ਰੱਖ ਲੈਂਦਾ ਹੈ। ਉਹ ਇੱਕ ਥਾਂ ਦੇ ਉੱਤੇ ਲਿਖਦਾ ਹੈ, ਕੋਟ, ਆਧੁਨਿਕਵਾਦ ਜਿਸ ਵਿੱਚ ਸਾਰੇ ਪੰਥਾਂ ਨੂੰ ਇੱਕ ਉਦਾਰਵਾਦੀ ਧਰਮ ਦਾ ਹਿੱਸਾ ਬਣਾਉਣਾ, ਇੱਕ ਨਿਰਾਕਾਰ ਈਸ਼ਵਰ 'ਚ ਵਿਸ਼ਵਾਸ ਜਿਹੇ ਸੰਕਲਪ ਸ਼ਾਮਲ ਹਨ, ਅਸਲ ਵਿੱਚ ਨਿੱਜੀ ਸ਼ਰਧਾ ਤੋਂ ਪੂਰਾ ਪ੍ਰਬੰਧ ਹੈ। ਸੱਚੇ ਧਰਮ ਦੇ ਵਿਕਾਸ ਲਈ ਸਾਨੂੰ ਸਾਰੇ ਸਮਿਆਂ 'ਚ ਪ੍ਰਚਲਿਤ ਅੰਧ ਵਿਸ਼ਵਾਸਾਂ ਤੇ ਮਿੱਥਾਂ ਦੀ ਲੋੜ ਹੈ। ਦੇਖੋ ਉਨਤੀ ਗੱਲ ਕਰ ਰਿਹਾ, ਜਿਨ੍ਹਾਂ ਨੂੰ ਇਹ ਭੱਦਰਪੁਰਸ਼ ਝਾੜੂ ਨਾਲ ਸਾਫ਼ ਕਰਨ 'ਚ ਰੁੱਝੇ ਹੋਏ ਨੇ, ਜਿੱਦਾਂ ਐਡਾਰਨੋ ਤੇ ਹਕਾਈਮਰ ਆਪਣੀ ਡਾਇਲੈਕਟਸ ਆਫ ਐਨਲਾਈਟਨਮੈਂਟ ਦੇ ਵਿੱਚ ਸਵਾਲ ਪੈਦਾ ਕਰ ਰਹੇ ਸੀਗੇ ਉਹ ਕਰ ਰਿਹਾ, ਕੋਸਮੋਪੋਲੀਟਨ ਕਿਸਮ ਦਾ ਕਲਚਰ ਸਿਰਜਣ ਦੀ ਕੋਸ਼ਿਸ਼ ਕਰ ਰਿਹਾ, ਖੁੱਲ੍ਹੇ ਕੁੰਡ ਕਵਿਤਾ ਲਿਖ ਰਿਹਾ, ਗੋਇਟੇ ਜਰਮਨੀ ਦਾ ਗੀਤ ਗਾਉਂਦਾ, ਮਿੱਠਾ ਉਹ ਕਵੀ ਗੁਰਸੂਰਤ ਦਾ, ਫਰਾਂਸ ਦਾ ਬੋਰੋ ਪੀਂਦਾ ਰਸ, ਗੀਤਾ ਉਪਨਿਸ਼ਦ ਕਾਵਿਆ ਦਾ, ਐਮਰਸਨ ਤੇ ਵਿਟਮਨ ਇਸੇ ਕਾਵਿਕ ਰਸ ਦੇ ਮੋਹੇ ਪਏ, ਇਹਨਾਂ ਕਵੀਆਂ ਵਿੱਚ ਹਨ ਸਿੱਖ ਸੂਰਤ ਦੀਆਂ ਦਮਕਾਂ। ਹੁਣ ਪੂਰਨ ਸਿੰਘ ਬੇਸ਼ਿਕ ਕੋਸਮੋਪੋਲੀਟਨ ਕਲਚਰ ਦੀ ਗੱਲ ਕਰ ਰਿਹਾ ਹੈ ਜਿਹਦੇ 'ਚ ਜਰਮਨੀ ਦਾ ਗੋਇਟੇ ਵੀ ਹੈ, ਫਰਾਂਸ ਦਾ ਬੋਰੋ ਹੈ, ਅਮਰੀਕੀ ਕਵੀ ਵਾਲਟ ਵਿਟਮਨ ਹੈ, ਇੱਕੋ ਸਪੇਸ 'ਚ ਨੇ, ਪਰ ਇਹ ਸਪੇਸ ਕਿਹੜੀ ਹੈ ਦੇਖਣ ਵਾਲੀ, ਸਪੇਸ ਹੈ ਸਿੱਖ ਸੂਰਤ। ਤਾਂ ਬੁਨਿਆਦੀ
वो अपनी कल्चरल स्पेस को टुटना नहीं चाहता है, वो मॉडर्निटी की भी गल कर रहा और लेकिन वो उसनों भी बनाए रखना चाहता। तो ये कुछ एग्जाम्पल जिहड़ियां मैं तुहाडे नाल शेयर कीतियां, हुण इन्हां दे राही मैं जिहड़ा कंकलूडिंग गल अपनी कहनी चाहुंदा हाँ, टाइम काफ़ी हो चुका है कि वो ये आ कि बस्तीवादी दौर के पंजाबी अदब के हवाले नाल साडी कोई एक किस्म की मॉडर्निटी नहीं। इस दौर का साहित आपो अपनी रणनीति तहत अपनी मॉडर्निटी के खासे को डिफाइन करता है। इन आदि लिखतों में वैसटर्न मॉडर्निटी बारे हुंगारा भी शामिल है ते नावरी भी। बस्तीवाद से आधुनिकता के रल गड होने कारण इसका जवाब यूनीवर्सल मॉडर्निटी के चौकट नहीं समाता, सगों कल्चरल स्पैसीफिक है, साढ़े अपने कल्चरल स्पैसीफिक जुड़िया हुआ है। पंजाब बस्तीवाद की मुखालफत लिए सिरजे प्रतिक्रमा का रणखेत्र भाषा धर्म और सभ्याचार के दुआले केंद्रित हो जाता है। नो डाउट कि आर्थिकता ते सियासत भी इस प्रतिरोध का अखाड़ा बनते हैं, पर वह भी अपने प्रगटावे कल्चरल ते रिलीजियस मुहावरे भी इस्तेमाल करते हैं। पंजाबी साहित्य में आधुनिकता के प्रसार को ना तो निरोल पछमी आधुनिकता की नकल कहा जा सकता है ते ना ही ये निरीपुरी अपने अतीत के विरसे की उपज है। ये एक डायलैक्ट के विचों पैदा हुई है ते इस डायलैक्ट के विचों ही पंजाबी साहित्य की इस आधुनिकता के मॉडल को समझने की जरूरत है। सो ये मेरी बुनियादी तौर के उत्ते जी आर्ग्यूमेंट सी और ये बारे जी हैगी असी चर्चा जारी रखा। मैं तौहीद जी इस दे नाल ही अपनी गल जी हैगी समाप्त करना, थोड़ा बहुत बहुत शुक्रिया तौहीद जी। जी सर बहुत शुक्रिया, बहुत जबरदस्त गलबात रही। कुछ साढ़े को कुछ सवाल भी आए। मैं पहला सवाल जिला प्रोफेसर सुखदेव सोल होर वालों जिला आया, उन्हों का क्वेश्चन है कि वट इज़ फिलोसॉफिकल डेफिनेशन ऑफ मॉडर्निटी, लिविंग लिटरेचर एंड रिलीजन अपार्ट, डू वी फाइंड प्लेस ऑफ अ मटीरियल कंडीशंस इन मॉडर्निटी। सॉरी मैं समझ नहीं दोबारा, मैं तुम्हें क्वेश्चन शो भी कर देना ताकि थोड़ा समझ दे विच छोटा है, पढ़िया नहीं जा रहा है। अच्छा जी मैं तुम्हें पढ़ देना। हां जी वट इज़ फिलोसॉफिकल डेफिनेशन ऑफ मॉडर्निटी, Leaving literature and religion apart, do we find place of material conditions in modernity? जेरी देखो जेड़ा material conditions हैगियां ने इहदे च मैं जेरी गल करना चाहूँगा वो गल करनी चाहूँगा ऑगबर्न दे हवाले दे नाल। ऑगबर्न जदों कल्चरल लैग की गल करता तो वह डिफाइन करता हैगा कि दो आस्पैक्ट दे कल्चरल आस्पैक्ट ने साडे कोल, एक है मटीरियल कल्चरल आस्पैक्ट और दूसरा है नॉन मटीरियल कल्चरल आस्पैक्ट। कल्चरल जो नॉन मटीरियल कल्चरल आस्पैक्ट आदि गति तब्दीली है बहुत तेजी वापरती है, रैपिड स्पीड के नाल। असी बलदा की खेती करते उस तो बाद ट्रैक्टर आ गए तो असं बिना किसी वो लिहाज के एक्सैप्ट कर लिया। मॉडर्निटी जो मटीरियल आस्पैक्ट के आती है तो उसनों एक्सैप्ट करना जोड़ा है बहुत सौखा होंगे, तो उसू असी किसी न किसी मटीरियल आस्पैक्ट क्योंकि सूँ सहूलत देंगे तो वो बारे असं कोई गुरेज नहीं करते। रेल लाइन विछियाँ असी वो रेलवे को इस्तेमाल करना शुरू कर दिता, कोई अंग्रेजों का विरोध नहीं किया। साडे जिहड़ियां हैगियां ने नहरां बनाईयां, असी नहरां दा कदे विरोध नहीं किया, सानूं लग्गिया कि इह साडे लई बड़ा लाहेवंद काम हैगा। पर जदों उह साडे सोशो कल्चरल आस्पैक्ट दे विच जिहनूं मैं कह रहा कि कल्चरल जिहनूं ऑगबर्न कह रहा सीगा कि कल्चरल जिहड़ा आस्पैक्ट हैगा नॉन मटीरियल कल्चरल आस्पैक्ट हैगा उहदे विच जदों कोई तब्दीली वापरदी आ तां उहनूं कोई सोसाइटी एक्सैप्ट सौखियां ते छेती तरीके दे नाल नहीं करदी हैगी। इहदे नाल की हुंदा हैगा कि खप्पा पैदा हो जांदा। वैसट दे विच जदों इह वापरदा हैगा मटीरियल आस्पैक्ट के बदलन के नाल नाल ही नॉन मटीरियल आस्पैक्ट, क्योंकि उत्थे अखबार आता है नावल आता है तो वह सारिया चीज़ा वो नाल ही इको गति दे विच तब्दील होंदिया ने। थोड़ा थोड़ा उत्थे कल्चरल लैग है पर वह पछड़ेवा उन्ना वड्डा नहीं है, साढ़े ये पछड़ेवा बहुत वड्डा। इहदी एक एग्जाम्पल मैं तुहानू दवा कि अज भी जिहड़े लोग साढ़े NRI बन चुके ने 50-50 साल हो गए बाहर रहिंदे आ, लेकिन इहदे बावजूद उन्होंने उत्थों दे सारे मटीरियल आस्पैक्ट्स नूं एक्सैप्ट कर लिया है, लेकिन अज भी जदों उन्हां दे बच्चे कितें होर विआह करन दी किसी होर कल्चर च करन दी गल करदे आ जां कोई इस तरह की गल करदे आ तो वह उहदे उत्ते सवाल पैदा करदे आ और वह उसनूं बर्दाश्त नहीं कर सकते हैगे। तो ये अगर तुम साडा जिहड़ा डायस्पोरिक लिटरेचर आ उहनूं पढ़न की कोशिश करोगे तो वह भी तुहानूं बहुत सारे हवाले जिहड़े हैगे ने इस किस्म के मिलणगे। तो यह जिहड़ा है मटीरियल आस्पैक्ट ते नॉन मटीरियल आस्पैक्ट ऑफ जिहड़ी हैगी आ इहदे आधार दे उत्ते ही तुसीं मॉडर्निटी दे इस आस्पैक्ट नूं समझ सकदे जी। तो हिच जी सर राजपाल सिंह ने उन्होंने कहा कि सर एक सवाल ए भी है कि पश्चिम दी मॉडर्निटी उत्थों दी सोसाइटी विचों भी देख सकदे आ, बट साडे मेडिवल पीरियड वाली मॉडर्निटी नूं असीं कदे सोसाइटी विच अचीव
कर सके हैं क्वेश्चन मार्क जो गुरु नानक साहिब दी फिलोसफी दी भी गल कीती है उस तरह दी सोसाइटी बनी है किसे टाइम ते देखो जिहड़ा एक फिलोसफिकल आस्पेक्ट हुंदा उहदे विच एक यूटोपिया क्रिएट किया जाता है जिन्हें भी थिंकर ने वो एक किस्म का तुहाडे सामने एक मॉडल पेश करते हैं पर एक सोसाइटी ने किस रूप दे विच उसनू लेना और की उसनू बनना या की उहदा वह बनना एक विहारक तौर दे उत्ते की ये पॉसिबिलिटी बन सकती है वो तो सानू सारे नू पता कि वह अज तक भी नहीं बन सकी तो ना ही शायद कदे उस तरह की पॉसिबिलिटी जिस किस्म के साड़िया डिजायरस ने जिहड़े लालच ने फ्राई ने एक बहुत सोहनी गल की सी कि जिथे आके असी फेल हो जाने वो ये आ कि बुनियादी तौर पर एक बच्चे की फितरत जिहड़ी हैगी ना उहदे विच भी बहुत चीज़ें इहो जिहियां भरिया हुई ने कि तुसीं उसनू एक चीज़ दिओ तो उहदे तों वापस लैके दिखाओ वापस ही नहीं दिओ पोजैशन एक कब्जे की भावना जिहड़ी हैगी आ तो इस किस्म के नाल जदों असीं मार्क्सिज़म की भी गल करते हैं कि वड्डे पद्धर के उत्ते ये जिहड़ी साडे अंदर ग्रीड हैगी आ वह सानू किते ना किते वो सवाल करती हैगी आ तो रियलिटी दे विच की ये पॉसीबल है या नहीं है इहदा मैं देखो कोई तसली बख्श जवाब नहीं दे सकांगा कि कोई इदां दी पॉसीबिलिटी हो सकती है। हाँ पर एक थरैटिकल परसपैक्टिव के उत्ते जिहड़ी गलबात कीती उहनू जरूर असी जिहड़ा हैगा वह सामने लिया सकते हैं क्योंकि उहदे नाल पॉसीबिलिटी बनी रहिंदी आ कि कदे ना कदे किसी ना किसी रूप दे विच ये पॉसीबल हो सकता बिकॉज होप इज़ द लास्ट थिंग वी लूज। जी साडे नाल मोहम्मद शफीक साहब ने उन्होंने क्वेश्चन किया कि पंजाबी लोग जिहड़े ने वो इंडस्ट्रियल एज चो नहीं गुजरे हाउ कैन दे अडॉप्ट मॉडर्निटी पंजाबी लोग इंडस्ट्रियल नहीं होंदे हाँ जी पंजाबी लोग जिहड़े ने वो डिडंट पास थ्रू द इंडस्ट्रियल एज हाउ पंजाबियों बारे जिहड़ा साडा खास किस्म दा ना मैं इहनू कहिंदा होंगा स्टीरियोटाइप्स जिहड़े हैगे आ ना ये बड़े खतरनाक चीज़ हुंदे आ स्टीरियोटाइप्स हुंदे आ कि असीं कम्यूनिटी नूं एक खास किस्म दीआं कोट्स दे विच ही समझण दी कोशिश करदे आ और सानूं लगदा हैगा कि उहदे बारे एक खास किस्म दी बण जांदी आ मसलन जट्टां बारे जिद्दां पंजाब दे विच एक खास किस्म दा जिहड़ा हैगा उह डायलॉग बण गिआ ते उसे स्टीरियोटाइप्स दे विच उहनां नूं देखिआ जाणा शुरू हो गिआ। पंजाब दी जिहड़ी हिंदू कम्यूनिटी आ अगर तुसीं देखो कि लाहौर दा पुराना समां देखो उस समय दे विच खास किस्म दी इंडस्ट्रियल जिहड़ा हैगा हब आ उह बणिआ होइआ हैगा और जदों ये तुसी देखो कि मैं भी नहीं इस गल्ल नूं समझ सकिया सीगा पिछले पांच साल तो मैं दिल्ली रह रहा मैं दिल्ली आके महसूस किया कि इन्हां ने किस तरह के नाल अपनियां कल्चरल रूट्स जिहड़ियां हैगियां ने उन्हां तो बिल्कुल वक्रे टुट के नवीं थां दे उत्ते आके अपने आप नूं इंडस्ट्रियल तौर दे उत्ते एस्टैबलिश किया। मैनूं किसे इत्थों दे लोकल बंदे ने जिहड़ा मुस्लिम बंदा सीगा दिल्ली दा पुराना रहिण वाला उहनें दस्सिया कि इन्हां लोकां ने की कीता कि जिन्हें आके जदों इत्थे इन्हां कोल कुछ भी नहीं सीगा ते इन्हां ने एक बोरी मसलन खरीद ली तो वह आई हैगी 5 रुपए की चीनी की बोरी तो 5 रुपए की वेचनी शुरू कर दी तो सानू लग्या कि ये मुनाफा की खट्टणगे तो जी बोरी सी चवानी दवानी की जी विकती सी वो वेच के उन्होंने मुनाफा कमाना शुरू कर दिता तो वह कहता कि साढ़े लिए तो हिंदू पंजाबी तो वड्डा कोई इंडस्ट्रियलिस्ट ही है नहीं गा जिहड़ा हैगा तो ये क्योंकि असी जदों पंजाबीयत की गल करते हैं तो असी सिख तो मुसलमानों तो शामिल करते हैं पर आम तौर के उत्ते जी हिंदू सोसायटी आनू इस बिल्कुल बहर कड़ दें तो सानू यह भी देखना चाहिए है ये तो खास गलबात होनी चाहिए है। मैं एक सुझाव भी दूंगा जिहड़ा हैगा कि खास तौर दे उत्ते इंडस्ट्रियल जिहड़ी हिंदुस्तान दी तुसीं देखो कि वड्डी इंडस्ट्री नूं एस्टैबलिश करन दे विच बहुत जिहड़े पंजाबी आ उहनां दा वड्डा रोल रहा ना सिर्फ उत्थे दी ईवन जिहड़ी बालीवुड दी वड्डी इंडस्ट्री जिहड़ी एस्टैबलिश हुई उहदे विच तुसीं देखो कि बहुत लोग जिहड़े हैगे ने यश चोपड़ा तों लै के वड्डे नां जिहड़े हैगे ने उह पंजाबी हैगे आ तो इहो जिही गल नहीं कि इंडस्ट्रियल नहीं हैगे हैगे आ पर उह इक खास किस्म दी कम्यूनिटी आ जिहड़ी इंडस्ट्री नूं ट्रीट कर रही है पर साडे नाल उहदा डायलॉग नहीं हो रहा है असीं उसनों अपने डायलॉग च बाहर कर रखिया उन्होंने लगता कि डायलॉग की जरूरत ही नहीं क्योंकि उन्होंने लगता कि बिजनेस परसपैक्टिव साडे लई ज़्यादा है हमने तो यह एक बड़ी इंपॉर्टेंट है कि असी एक प्लेटफॉर्म के उत्ते उस कम्यूनिटी नूं अपने नाल बिठा के ते एक गलबात जिहड़ी हैगी आ उसनों अगे कर सकते जी जी बिल्कुल क्वेश्चन साडे कोल प्रोफेसर कमलेश मोहन होर वल्लों है कि असी ट्रेडिशन नूं तुसीं किस तरह डिफाइन करदे हो की डेफिनेशन है ट्रेडिशन दी देखो कोई इस किस्म की मेरे कोई डेफिनेशन नहीं कि मैं ट्रडिशन या मॉडर्निटी पर्टिकुलरली क्योंकि ट्रडिशन जी है बुनियादी तौर के उत्ते जो कांत गल करता तो वह तो यह कह दिता है कि जो कुछ असी मॉडर्निटी कर रहे हैं वो जो कुछ नहीं सीगा वह ट्रडिशन सी कि जो भी कुछ पुराना सीगा वह सब दकियानुसी सीगा और जो नव आया वह सब कुछ ही बेहतर है जिमें मैं तुम्हें गल की है कि लीनियर हिस्टरी असी मानते हैं तो जो लीनियर हिस्टरी की गल करते हैं तो लीनियर हिस्टरी के मनिया जाता है कि इतिहास का हर नवा पड़ा अपने पुराने पड़ा तो बेहतर होंगे और पिछले कारण भी है कारण यह आ कि जी कल्चरल लैग वाली गल मटीरियल आस्पैक्ट तो असं हमेशा बेहतर वालू ही जा रहे होंगे
पुराने जमाने दे विच हमेशा ही साडे कोल औजार संद ते सारे दा सारा साजो समान जिहड़ा हैगा उह लिमिटेड गिनती दे विच सी। मॉडर्न जमाने दे विच उह साडे नालों उहदियां टैक्नीक्स दे विच वी फर्क आया, साइंटिफिक टैंपरामेंट दे विच वी टैक्नीक फर्क आया हैगा। बुनियादी तौर दे उत्ते विज्ञानक लभतां तों बाद जदों साडी सोसाइटी चेंज होने लई शुरू हुंदी हैगी आ ਤਾਂ ਉਸਨੂੰ ਅਸੀਂ ਜਿਹੜਾ ਹੈਗਾ ਇਹ ਮੰਨ ਲੈਂਦੇ ਹਾਂ ਕਿ ਇਹ ਮਾਡਰਨ ਦੌਰ ਆ ਗਿਆ। ਔਰ ਇਸ ਤੋਂ ਪਹਿਲਾਂ ਦਾ ਜਿਹੜਾ ਸਮਾਂ ਸੀ ਜਿਹਦੇ ਵਿੱਚ ਅਸੀਂ ਅੰਧ ਵਿਸ਼ਵਾਸੀ ਸੀਗੇ, ਅਸੀਂ ਇੱਕ ਖਾਸ ਕਿਸਮ ਦੀ ਜਿਹੜੀ ਹੈਗੀ ਆ ਸੋਚ ਰੱਖਦੇ ਸੀਗੇ, ਅਸੀਂ ਤਰਕ ਨਾਲ ਨਹੀਂ ਸੋਚਦੇ ਸੀ, ਜੋ ਪਵਿੱਤਰ ਕਿਤਾਬਾਂ ਸਾਨੂੰ ਕਹਿ ਦਿੰਦੀਆਂ ਸੀ ਅਸੀਂ ਉਸਨੂੰ ਹੀ ਮੰਨ ਲੈਂਦੇ ਸੀਗੇ, ਆਪਣੀ ਕੋਈ ਬੌਧਿਕ ਉਹਦਾ ਅਵਸਥਾ ਦਾ ਇਸਤੇਮਾਲ ਨਹੀਂ ਕਰਦੇ ਸੀ, ਕਾਂਤ ਦੇ ਹਵਾਲੇ ਨਾਲ ਮੈਂ ਕਹਿ ਰਿਹਾ ਉਹ ਟ੍ਰੈਡੀਸ਼ਨ ਸੀਗੀ। ਪਰ ਮੇਰਾ ਇਹ ਮੰਨਣਾ ਹੈਗਾ ਕਿ ਟ੍ਰੈਡੀਸ਼ਨ ਜਿਹੜੀ ਵੀ ਹੁੰਦੀ ਹੈਗੀ ਆ ਉਹ ਅੱਜ ਵੀ ਟ੍ਰੈਡੀਸ਼ਨ ਹੋ ਸਕਦੀ ਆ, ਤੁਹਾਡੀ ਕੱਲ੍ਹ ਦੀ ਗੱਲ ਵੀ ਟ੍ਰੈਡੀਸ਼ਨ ਹੋ ਸਕਦੀ ਹੈ, ਸਦੀਆਂ ਪੁਰਾਣੀ ਗੱਲ ਵੀ ਟ੍ਰੈਡੀਸ਼ਨ ਹੋ ਸਕਦੀ ਹੈਗੀ ਆ, ਕਿਉਂਕਿ ਮੇਰਾ ਇਹ ਮੰਨਣਾ ਹੈਗਾ ਕਿ ਸਮਾਂ ਜਿਹੜਾ ਹੈ ਉਹ ਲੀਨੀਅਰ ਨਹੀਂ ਹੁੰਦਾ ਹੈਗਾ। ਸਮੇਂ ਦੇ ਵਿੱਚ ਇੱਕੋ ਸਮੇਂ ਦੇ ਵਿੱਚ ਭੂਤ, ਵਰਤਮਾਨ ਤੇ ਭਵਿੱਖ ਇਕੱਠੇ ਹੁੰਦੇ ਆ, ਸਮਾਂ ਹਮੇਸ਼ਾ ਗੁਲਾਈ ਦੇ ਵਿੱਚ ਜਿਹੜਾ ਹੈਗਾ ਉਹ ਚੱਲਦਾ ਹੈਗਾ। ਔਰ ਇਸ ਕਰਕੇ ਅਗਰ ਟਾਈਮ ਤੇ ਸਪੇਸ ਦੀ ਕੰਸਟਰਕਸ਼ਨ ਨੂੰ ਅਸੀਂ ਥੋੜ੍ਹਾ ਜਿਹਾ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਇਸ ਮਸਲੇ ਨੂੰ ਥੋੜ੍ਹਾ ਜਿਹਾ ਅਸੀਂ ਨਿਖਾਰ ਕੇ ਇਹ ਗੱਲ ਕਰ ਸਕਦੇ ਹੈਗੇ ਆ ਕਿ ਟ੍ਰੈਡੀਸ਼ਨ, ਜਿਵੇਂ ਹੁਣ ਤੁਸੀਂ ਬਹੁਤ ਸਾਰੀਆਂ ਗੱਲਾਂ ਦੇਖੋਗੇ ਪੋਸਟ ਮਾਡਰਨਿਟੀ ਨੇ ਕੀਤੀਆਂ ਨੇ, ਤਾਂ ਪੋਸਟ ਮਾਡਰਨਿਟੀ ਦੀਆਂ ਅੱਧੀਆਂ ਤੋਂ ਵੱਧ ਗੱਲਾਂ ਉਹ ਨੇ ਜਿਹੜੀਆਂ ਕਿ ਮਾਡਰਨਿਟੀ ਨੇ ਡਿਸਕਾਰਡ ਕੀਤੀਆਂ ਸੀਗੀਆਂ ਔਰ ਟ੍ਰੈਡੀਸ਼ਨ ਦਾ ਹਿੱਸਾ ਸੀਗੀਆਂ। ਤਾਂ ਕੀ ਅਸੀਂ ਇਹ ਮੰਨ ਲਈਏ ਕਿ ਪੋਸਟ ਮਾਡਰਨਿਟੀ ਇੱਕ ਤਰ੍ਹਾਂ ਦੀ ਟ੍ਰੈਡੀਸ਼ਨ ਹੀ ਹੈਗੀ ਆ? ਨਹੀਂ, ਇਹ ਵੀ ਨਹੀਂ ਹੈਗਾ। ਲੇਕਿਨ ਇਹ ਹਮੇਸ਼ਾ ਇੱਕ ਦੂਜੇ ਦੇ ਨਾਲ ਜਿਹੜੀਆਂ ਹੈਗੀਆਂ ਨੇ ਖਹਿ ਕੇ ਚੱਲਦੀਆਂ ਨੇ, ਇਸ ਕਰਕੇ ਟ੍ਰੈਡੀਸ਼ਨ ਕੱਲ ਦੀ ਵੀ ਹੋ ਸਕਦੀ ਆ, ਟ੍ਰੈਡੀਸ਼ਨ ਇੱਕ ਲੰਮੀ ਸਮੇਂ ਦੀ ਵੀ ਹੋ ਸਕਦੀ ਆ। ਕੋਈ ਇੱਕ ਖਾਸ ਕਿਸਮ ਦੀ ਡੈਫੀਨੇਸ਼ਨ ਜਿਹੜੀ ਕਿ ਬਣਾ ਰਿਹਾ ਵੈਸਟ, ਉਹ ਡੈਫੀਨੇਸ਼ਨ ਵਾਲਾ ਚੱਕਰ ਸਾਨੂੰ ਬਹੁਤ ਵਿਗਾੜਦਾ ਹੈ। ਅਸੀਂ ਹਰ ਚੀਜ਼ ਨੂੰ ਇੱਕ ਕਨਸੈਪਚੁਅਲ ਲੈਂਗੁਏਜ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਉਹਦੀ ਡੈਫੀਨੇਸ਼ਨ ਭਾਲਦੇ ਹਾਂ ਤੇ ਉਹਦੇ ਆਧਾਰ ਦੇ ਉੱਤੇ ਉਹਨੂੰ ਡਿਫਾਈਨ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਉਹੀ ਕਾਂਤ ਨੇ ਬਣਾਈ, ਉਹਨੇ ਇਸੇ ਤਰ੍ਹਾਂ ਨਾਲ ਟ੍ਰੈਡੀਸ਼ਨ ਡਿਫਾਈਨ ਕੀਤਾ। ਮੈਂ ਕਾਂਤ ਦੇ ਹਵਾਲੇ ਨਾਲ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਹਦੇ ਲਈ ਟ੍ਰੈਡੀਸ਼ਨ ਇਹ ਆ, ਪਰ ਮੇਰੇ ਲਈ ਟ੍ਰੈਡੀਸ਼ਨ ਦੇ ਮਾਨੇ ਜਿਹੜੇ ਹੈਗੇ ਨੇ ਉਸ ਤੋਂ ਥੋੜ੍ਹੇ ਵੱਖਰੇ। ਜੀ ਜੀ ਸਰ, ਸਾਡੇ ਨਾਲ ਇੱਥੇ ਇੱਕ ਸਾਡੇ ਬੜੇ ਯੰਗ ਬੰਦੇ ਨੇ, ਸਾਡੇ ਨਾਲ ਹਿਸਟੋਰੀਅਨ ਨੇ, ਸੁਖਵੀਰ ਸਿੰਘ। ਉਹਨਾਂ ਨੇ ਇੱਕ ਕੁਐਸਚਨ ਕੀਤਾ ਕਿ ਨੇਸ਼ਨ ਲਈ ਕੌਮ ਦਾ ਵਰਡ ਯੂਜ਼ ਕਰਨਾ ਕਿੰਨਾ ਕੁ ਸਹੀ ਹੈ? ਨਹੀਂ ਹੈ ਸਾਡੇ ਕੋਲ ਹੁਣ ਨਹੀਂ ਟ੍ਰਾਂਸਲੇਸ਼ਨ ਕੋਈ ਸਹੀ ਹੋ ਜਿੱਦਾਂ ਦੀ ਵੀ ਹੈ, ਮਤਲਬ ਜਿਹੜੀ ਹੈ ਕਿ ਨਹੀਂ ਹੈ, ਉਹ ਮੈਂ ਮੰਨਦਾ ਹਾਂ ਕਿ ਉਹਦੇ ਲਈ ਕੌਮ ਸ਼ਬਦ ਸਹੀ ਨਹੀਂ। ਜੀ ਸਾਡੇ ਨਾਲ ਇੱਥੇ ਇੱਕ ਸਟੂਡੈਂਟ ਨੇ, ਉਹਨਾਂ ਨੇ ਅੰਜਲੀ, ਉਹਨਾਂ ਨੇ ਕਿਹਾ ਕਿ ਸਰ ਮੈਂ, ਮੇਰਾ ਇਹ ਕੁਐਸਚਨ ਹੈ ਕਿ ਮੈਂ ਜਿੰਨਾ ਵੀ ਪੰਜਾਬੀ ਲਿਟਰੇਚਰ ਹਲੇ ਤੀਕਰ ਪੜ੍ਹਿਆ ਹੈ ਉਹਦੇ ਵਿੱਚ ਮੋਸਟਲੀ ਸਾਡਾ ਲਿਟਰੇਚਰ ਮੋਡਰਨਿਟੀ ਦੇ ਅਕੋਰਡਿੰਗ ਇੰਨਾ ਵੱਧ ਨਹੀਂ ਵੇਖਿਆ ਜਾ ਸਕਦਾ। ਅਸੀਂ ਕਿਤੇ ਹਜੇ ਵੀ ਸਾਡਾ ਵਿਰਸਾ, ਸਾਡੇ ਹਿਸਟੋਰੀਕਲ ਐਸਪੈਕਟ ਨੂੰ ਸੰਭਾਲ ਕੇ ਰੱਖਿਆ ਹੈ, ਤੇ ਇਹ ਪੋਜ਼ਿਟਿਵ ਹੈ ਜਾਂ ਅਸੀਂ ਲੈਕ ਕਰ ਰਹੇ ਹਾਂ? ਇਹੀ ਮੈਂ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਆਪਣੀ ਸਾਰੀ ਗੱਲਬਾਤ ਦੇ ਵਿੱਚ ਕਿ ਅਸੀਂ ਕਿਤੇ ਵੀ ਉਸ ਤੋਂ ਟੁੱਟੇ ਨਹੀਂ ਹੈਗੇ। ਔਰ ਇਹ ਨਾ ਟੁੱਟਣਾ ਸਾਡੇ ਲਈ, ਮੈਨੂੰ ਤਾਂ ਲੱਗਦਾ ਹੈ ਕਿ ਸਾਡੇ ਲਈ ਇਹ ਸਾਡਾ ਸਟਰੋਂਗ ਪੁਆਇੰਟ ਹੈਗਾ ਕਿ ਅਸੀਂ ਨਹੀਂ ਟੁੱਟੇ ਹੈਗੇ। ਲੇਕਿਨ ਪਰ ਜਿੱਦਾਂ ਮੈਂ ਹੁਣ ਤੁਹਾਨੂੰ ਕਿਹਾ ਕਿ ਇਹ ਜਿਹੜਾ ਸਾਰੇ ਦਾ ਸਾਰਾ ਲਿਟਰੇਚਰ ਦੇ ਵਿੱਚ ਤਾਂ ਆਇਆ, ਪਰ ਜਦੋਂ ਇਹ ਲਿਟਰੇਚਰ ਜਿਹੜਾ ਹੈਗਾ ਉਹ ਹਿਸਟਰੀ ਜਾਂ ਸੋਸ਼ਲ ਸਾਇੰਸਿਸ ਦੇ ਵਿੱਚ ਤਬਦੀਲ ਹੋਣ ਦੀ ਗੱਲ ਦੇ ਉੱਤੇ ਅਸੀਂ ਪਹੁੰਚਦੇ ਹਾਂ, ਤਾਂ ਉੱਥੇ ਸਾਡੇ ਕੋਲ ਇੱਕ ਸਾਇੰਟੀਫਿਕ ਟੈਂਪਰਾਮੈਂਟ ਦੀ ਤਵੱਕੋ ਕੀਤੀ ਜਾਂਦੀ ਹੈ। ਔਰ ਸਾਇੰਟੀਫਿਕ ਟੈਂਪਰਾਮੈਂਟ ਦੇ ਲਈ ਇੱਕ ਖਾਸ ਕਿਸਮ ਦੀ, ਮੈਂ ਤੁਹਾਨੂੰ ਦੱਸਿਆ ਸੀਗਾ ਕਿ ਕੰਸੈਪਚੁਅਲ ਲੈਂਗੁਏਜ ਦੀ ਸਾਡੇ ਤੋਂ ਤਵੱਕੋ ਕੀਤੀ ਜਾਂਦੀ ਹੈ। ਲਿਟਰੇਚਰ ਕਦੇ ਵੀ ਉਸ ਉਹਦੇ ਵਿੱਚ ਨਹੀਂ ਹੁੰਦਾ, ਉਹਦੀ ਖਾਸ ਕਿਸਮ ਦੀ ਆਪਣੀ ਕ੍ਰੀਏਟਿਵ ਲੈਂਗੁਏਜ ਹੁੰਦੀ ਆ, ਉਹਨੂੰ ਕੰਸੈਪਚੁਅਲ ਸਿਸਟਮ 'ਚ ਢਾਲਣਾ ਪੈਂਦਾ। ਸਾਡੀ ਪ੍ਰੋਬਲਮ ਕੀ ਆ ਕਿ ਸਾਡੇ ਕੋਲ ਬਹੁਤ ਵੱਡਾ ਵਿਰਸਾ ਹੈ ਸਾਡੀ ਕ੍ਰੀਏਟਿਵ ਰਾਈਟਿੰਗਸ ਦਾ, ਪਰ ਸਾਡੀ ਪ੍ਰੋਬਲਮ ਇਹ ਆ ਕਿ ਅਸੀਂ ਉਸ ਨੂੰ ਕਿਸੇ ਕੰਸੈਪਚੁਅਲ ਫਰੇਮਵਰਕ ਦੇ ਵਿੱਚ ਨਹੀਂ ਪੈਦਾ ਕਰ ਸਕੇ। ਤੋ ਜਦੋਂ ਤੱਕ ਸਾਡੀ ਜਿਹੜੇ ਯੰਗ ਸਕਾਲਰਸ ਨੇ, ਇਹਨਾਂ ਦਾ ਬੁਨਿਆਦੀ ਮਸਲਾ ਹੀ ਇਹ ਹੋਣਾ ਚਾਹੀਦਾ ਹੈਗਾ ਕਿ ਸਾਡੇ ਕੋਲ ਜਿਹੜੀ ਇਹ ਕ੍ਰੀਏਟਿਵ ਕਿਸਮ ਦੀ ਥੋਟ ਪਈ ਹੋਈ ਆ, ਅੱਡ ਅੱਡ ਕਿਸਮ ਨਾਲ ਖਿਲਰੀ ਹੋਈ, ਇਹਨੂੰ ਕੀ ਅਸੀਂ ਇੱਕ ਖਾਸ ਕਿਸਮ ਦੇ ਕੰਸੈਪਚੁਅਲ ਮਾਡਲ 'ਚ ਰੀਫਰੇਮ ਕਰ ਸਕਦੇ ਹਾਂ? ਤਾਂ ਹੀ ਅਸੀਂ ਪੰਜਾਬ ਦੀ ਕੋਈ ਆਪਣੀ ਥਰੈਟੀਕਲ ਥਿੰਕਿੰਗ ਜਾਂ ਥੋਟ ਪ੍ਰੋਸੈਸ ਜਿਹੜਾ ਹੈਗਾ ਉਸਨੂੰ ਡਿਵੈਲਪ ਕਰ ਸਕਾਂਗੇ। ਜੀ ਜੀ ਸਰ, ਸਰ ਬਹੁਤ ਸ਼ੁਕਰੀਆ ਅੱਜ ਦੇ ਲੈਕਚਰ ਲਈ, ਤੁਸੀਂ ਅੱਜ ਸਾਡੇ ਲਈ ਟਾਈਮ ਕੱਢਿਆ। ਔਰ ਤੁਹਾਡੀ ਜ਼ਾਹਿਰ ਹੈ ਅੱਜ ਕੱਲ੍ਹ ਕਾਫੀ ਮਸਰੂਫੀਅਤ ਹੈ, ਤੁਸੀਂ ਆਪਣੇ ਇੱਕ ਜਿਹੜਾ ਕਿਤਾਬ ਦੇ ਹਵਾਲੇ ਨਾਲ ਕੰਮ ਕਰ ਰਹੇ ਹੋ। ਮੈਂ ਆਖਿਰ ਤੇ ਚਾਹਾਂਗਾ ਕਿ ਤੁਸੀਂ ਥੋੜ੍ਹਾ ਜਿਹਾ ਉਹਦੇ ਹਵਾਲੇ ਨਾਲ ਦੱਸੋ ਕਿ ਤੁਸੀਂ ਅੱਜ ਕੱਲ੍ਹ ਜਿਹੜਾ ਕੰਮ ਕਰ ਰਹੇ ਹੋ, ਔਰ ਫਿਰ ਅਸੀਂ ਜਿਹੜਾ ਹੈ ਲੈਕਚਰ ਨੂੰ ਵਾਇੰਡ ਅਪ ਕਰਾਂਗੇ। ਜੀ 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 ਪੰਜਾਬੀ ਅਕੈਡਮੀ ਦਿੱਲੀ ਜਿਹੜੀ ਹੈ ਇੱਕ ਸੰਸਥਾ, ਉਹ ਜਿੰਨੇ ਵੀ ਵੈਸਟਰਨ ਥਿੰਕਰਸ ਹੈਗੇ ਆ ਉਹਨਾਂ ਬਾਰੇ ਮੋਨੋਗ੍ਰਾਫ ਲਿਖਵਾਉਂਦੀ ਹੈ। ਉਹਦੇ ਵਿੱਚੋਂ ਇੱਕ ਪ੍ਰੋਜੈਕਟ ਉਹਨਾਂ ਨੇ ਮੈਨੂੰ ਸੌਂਪਿਆ ਹੈ ਜਿਹਦੇ ਵਿੱਚ ਫਲਸਤੀਨੀ ਚਿੰਤਕ ਜਿਹੜੇ ਅਮਰੀਕਾ 'ਚ ਰਹੇ ਐਡਵਰਡ ਸਈਦ,
ਉਹਨਾਂ ਦਾ ਮੋਨੋਗ੍ਰਾਫ ਲਿਖਣ ਲਈ ਉਹਨਾਂ ਨੇ ਮੈਨੂੰ ਕਿਹਾ ਸੀ। ਅੱਜ ਕੱਲ੍ਹ ਮੈਂ ਉਹਦੇ ਉੱਤੇ ਹੀ ਕੰਮ ਕਰ ਰਿਹਾ, ਉਹ ਮੁਕੰਮਲ ਹੋਣ ਦੇ ਨੇੜੇ ਹੀ ਹੈ। ਤੋ ਐਡਵਰਡ ਸਾਈਦ ਬਾਰੇ ਮੇਰਾ ਥੋੜ੍ਹਾ ਬਹੁਤ ਮੇਰੀ ਪੜ੍ਹਤ ਪਹਿਲਾਂ ਤੋਂ ਹੀ ਸੀ, ਕਿਉਂਕਿ ਮੇਰਾ ਜਿਹੜਾ ਪੀ ਐਚ ਡੀ ਦਾ ਕੰਮ ਸੀਗਾ ਉਹ ਓਰੀਐਂਟਲ ਸਟੱਡੀਜ਼ ਦੇ ਉੱਤੇ ਬੇਸ ਸੀਗਾ, ਔਰ ਇਸ ਕਰਕੇ ਮੈਂ ਓਰੀਐਂਟਲਿਜ਼ਮ ਪੜ੍ਹੀ ਸੀ। ਅਤੇ ਓਰੀਐਂਟਲਿਜ਼ਮ ਦੇ ਵਿੱਚ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਪਹਿਲੀ ਵਾਰ ਐਡਵਰਡ ਸਾਈਦ ਨੇ ਸਾਡੇ ਸਾਹਮਣੇ ਇਹ ਗੱਲ ਰੱਖੀ ਕਿ ਜਿਹੜਾ ਕਲੋਨਲਿਜ਼ਮ ਹੈ ਉਹ ਬੇਸਿਕਲੀ ਇਕੱਲੀ ਸੱਤਾ ਅਤੇ ਤਾਕਤ ਦੇ ਨਾਲ ਹੀ ਐਸਟੈਬਲਿਸ਼ ਨਹੀਂ ਕੀਤਾ ਗਿਆ, ਉਹਦੇ ਰਾਹੀਂ ਜਿਹੜੀ ਸਾਡੀ ਗਿਆਨ ਪਰੰਪਰਾ ਹੈ ਉਹਦੀਆਂ ਟੈਕਨੀਕਸ ਨੂੰ ਵੀ ਇਸਤੇਮਾਲ ਕੀਤਾ ਗਿਆ। ਬੇਸਿਕਲੀ ਉਹਨੇ ਦੋ ਜਿਹੜੇ ਥਿੰਕਰ ਸੀ ਆਪਣੇ ਉਸ ਸਮੇਂ ਦੇ ਜਿਹੜੇ ਉਹਨਾਂ ਨੂੰ ਆਧਾਰ ਬਣਾਇਆ, ਪਹਿਲਾ ਗ੍ਰੈਮਸ਼ੀ ਮਾਰਕਸਿਸਟ ਇਟੈਲੀਅਨ ਥਿੰਕਰ ਹੈ, ਔਰ ਦੂਸਰਾ ਮਿਸ਼ੇਲ ਫੂਕੋ ਜਿਹੜਾ ਫ੍ਰੈਂਚ ਥਿੰਕਰ ਹੈ। ਉਹਨੇ ਹੈਜਮਨੀ ਕੰਸੈਪਟ ਲਿਆ ਹੈ ਗ੍ਰੈਮਸ਼ੀ ਦਾ, ਔਰ ਉਸ ਰਾਹੀਂ ਦੱਸਿਆ ਹੈਗਾ ਕਿ ਜਿਹੜੀ ਹੈਜਮਨੀ ਕੰਸਟਰਕਟ ਕੀਤੀ ਜਾਂਦੀ ਆ ਉਹ ਸਿਰਫ ਫੋਰਸ ਰਾਹੀਂ ਨਹੀਂ ਕੰਸਟਰਕਟ ਕੀਤੀ ਜਾਂਦੀ ਹੈ, ਉਹ ਹੈਜਮਨੀ ਜਿਹੜੀ ਹੈਗੀ ਆ ਉਹ ਨਾਲ ਨਾਲ ਕੰਸੈਂਟ ਵੀ ਜ਼ਰੂਰੀ ਹੁੰਦੀ ਹੈ। ਲੋਕਾਂ ਦੀ ਕੰਸੈਂਟ ਨਾ ਹੋਵੇ ਤਾਂ ਉਹ ਹੈਜਮਨੀ ਜਿਹੜੀ ਹੈਗੀ ਆ ਉਹ ਕਦੇ ਵੀ ਨਹੀਂ ਹੋ ਸਕਦੀ ਹੈ। ਤਾਂ ਕਿਸ ਤਰ੍ਹਾਂ ਦੇ ਨਾਲ ਵੈਸਟ ਨੇ ਇਹ ਖਾਸ ਕਿਸਮ ਦਾ ਇੱਕ ਡਿਸਕੋਰਸ ਪੈਦਾ ਕੀਤਾ ਤਾਂ ਕਿ ਸਾਡੇ ਲੋਕਾਂ ਦੀ ਕੰਸੈਂਟ ਪੈਦਾ ਹੋ ਸਕੇ ਕਿ ਉਹ ਲੋਕ ਇੱਥੇ ਇਸ ਕਰਕੇ ਨਹੀਂ ਆਏ ਕੋਈ ਸਾਡੇ 'ਤੇ ਰਾਜ ਕਰ ਸਕਣ, ਉਹ ਇਸ ਕਰਕੇ ਆਏ ਨੇ ਕਿਉਂਕਿ ਉਹ ਇੱਕ ਸਿਵਿਲਾਈਜ਼ਡ ਮਿਸ਼ਨ ਚਲਾ ਰਹੇ ਆ, ਸਾਰੀ ਦੁਨੀਆ ਨੂੰ ਸਿਵਿਲਾਈਜ਼ਡ ਬਣਾਉਣਾ ਚਾਹੁੰਦੇ ਆ, ਉਹ ਇਸ ਕਰਕੇ ਇੱਥੇ ਆਏ ਨੇ। ਔਰ ਦੂਸਰਾ ਜਿਹੜਾ ਸੀਗਾ ਪਾਵਰ ਅਤੇ ਨੌਲੇਜ ਦਾ ਕੰਸੈਪਟ ਫੂਕੋ ਦਾ, ਉਹਨੇ ਇਸਤੇਮਾਲ ਕੀਤਾ ਹੈਗਾ ਜਿਹਦੇ ਵਿੱਚ ਉਹਨੇ ਕਿਹਾ ਕਿ ਗਿਆਨ ਬਾਰੇ ਆਮ ਤੌਰ ਦੇ ਉੱਤੇ ਅਸੀਂ ਇਹ ਸੋਚਦੇ ਹੈਗੇ ਹਾਂ ਕਿ ਇਹ ਪੋਲੀਟੀਕਲ ਨਹੀਂ ਹੁੰਦਾ ਹੈਗਾ, ਨੋਨ ਪੋਲੀਟੀਕਲ ਹੁੰਦਾ ਹੈਗਾ, ਲਿਟਰੇਚਰ ਦਾ ਪੋਲੀਟਿਕਸ ਨਾਲ ਕੀ ਸੰਬੰਧ। ਉਹਨੇ ਦੱਸਿਆ ਕਿ ਕਦੇ ਵੀ ਲਿਟਰੇਚਰ ਪੋਲੀਟਿਕਸ ਤੋਂ ਟੁੱਟਿਆ ਨਹੀਂ ਹੁੰਦਾ, ਨਾ ਕਿ ਦੁਨੀਆ ਦਾ ਕੋਈ ਵੀ ਹਿੱਸਾ ਜਿਹੜਾ ਹੈਗਾ ਪੋਲੀਟਿਕਸ ਤੋਂ ਉਹ ਵੱਖਰਾ ਨਹੀਂ ਹੋ ਸਕਦਾ ਹੈਗਾ। ਔਰ ਜਿੰਨਾ ਵੀ ਲਿਟਰੇਚਰ ਲਿਖਿਆ ਗਿਆ ਉਸ ਦੌਰ ਦੇ ਵਿੱਚ ਜਿਹੜਾ ਹੈਗਾ ਖਾਸ ਤੌਰ ਦੇ ਉੱਤੇ ਬ੍ਰਿਟੇਨ, ਫਰਾਂਸ ਔਰ ਇਹਨਾਂ ਦੇ ਕਲੋਨੀਆਂ ਦੇ ਬਾਰੇ ਦੇ ਵਿੱਚ ਉਹ ਕੁਝ ਲਿਖਿਆ ਗਿਆ ਹੈਗਾ, ਉਹ ਬੁਨਿਆਦੀ ਤੌਰ ਦੇ ਉੱਤੇ ਜਿਹੜਾ ਹੈਗਾ ਉਹਦਾ ਇੱਕ ਮਕਸਦ ਸੀਗਾ, ਉਹ ਮਕਸਦ ਇਹ ਸੀਗਾ ਕਿ ਪਾਵਰ ਨੂੰ ਗੇਨ ਕਰਨਾ। ਔਰ ਪਾਵਰ ਨੂੰ ਗੇਨ ਕਿਵੇਂ ਕੀਤਾ ਜਾ ਸਕਦਾ, ਉਹ ਨੌਲੇਜ ਰਾਹੀਂ ਕੀਤਾ ਜਾ ਸਕਦਾ। ਤਾਂ ਨੌਲੇਜ ਇੱਕ ਡੋਮੇਨ ਬਣੀ, ਉਸ ਡੋਮੇਨ ਨੂੰ ਜਿਹੜਾ ਹੈਗਾ ਉਹ ਕੰਸਟਰਕਟ ਕੀਤਾ ਗਿਆ ਬਾਅਦ ਦੇ ਵਿੱਚ ਜਿਹੜਾ ਹੈਗਾ ਪਾਵਰ ਦੇ ਰੂਪ ਦੇ ਵਿੱਚ। ਤੋ ਇਹ ਜੋ ਬੁਨਿਆਦੀ ਉਹਦਾ ਇੱਕ ਮਾਡਲ ਸੀ ਜਿਹੜਾ ਉਹਨੇ ਓਰੀਐਂਟਲਿਜ਼ਮ ਦੇ ਰੂਪ ਦੇ ਵਿੱਚ ਦਿੱਤਾ, ਲੇਕਿਨ ਉਹਦਾ ਕੰਮ ਹੋਰ ਬਹੁਤ ਗੱਲਾਂ ਦੇ ਵਿੱਚ ਬੜਾ ਕਮਾਲ ਦਾ ਹੈ, ਖਾਸ ਕਰਕੇ ਫਲਸਤੀਨ ਦੇ ਹਵਾਲੇ ਦੇ ਨਾਲ। ਤੋ ਫਲਸਤੀਨ ਜਿਹੜਾ ਹੈਗਾ ਇਜ਼ਰਾਈਲ ਨਾਲ ਉਹਦਾ ਕਿਸ ਕਿਸਮ ਦਾ ਜਿਹੜਾ ਰੌਲਾ ਹੈ ਉਹਦੇ ਬਾਰੇ ਮੇਰਾ ਇੱਕ ਚੈਪਟਰ ਹੈ। ਇੱਕ ਰਹਿਤਲ ਬਾਰੇ ਹੈ ਕਿ ਰਾਈਟਰ ਖਾਸ ਕਰਕੇ ਪਬਲਿਕ ਇੰਟਲੈਕਚੁਅਲ ਨੂੰ ਕਿਹੋ ਜਿਹਾ ਹੋਣਾ ਚਾਹੀਦਾ ਹੈ, ਉਹਦੇ ਬਾਰੇ ਇੱਕ ਚੈਪਟਰ ਹੈ। ਔਰ ਇੱਕ ਚੈਪਟਰ ਜਿਹੜਾ ਹੈਗਾ ਉਹ ਇਸ ਗੱਲ ਦੇ ਉੱਤੇ ਸੈਂਟਰਲਾਈਜ਼ ਕਰਦਾ ਹੈ ਕਿ ਐਡਵਰਡ ਸਾਈਦ ਦੀ ਜਿਹੜੀ ਬੁਨਿਆਦੀ ਕੰਸਟਰਕਸ਼ਨ ਹੈ ਘਾੜਤ ਆ ਉਹ ਕਿਸ ਤਰ੍ਹਾਂ ਦੇ ਹੋਈ, ਕਿਵੇਂ ਉਜੜਿਆ ਹੋਇਆ ਬੰਦਾ ਸੀਗਾ, ਹਿਜਰਤ ਉਹਦੀ ਹੱਡਾਂ ਦੇ ਵਿੱਚ ਰਚ ਗਈ ਸੀਗੀ, ਉਹ ਹਿਜਰਤ ਕਿਵੇਂ ਸਾਰੀ ਉਮਰ ਹੰਢਾਉਂਦਾ ਰਿਹਾ, ਔਰ ਉਹਦੀਆਂ ਲਿਖਤਾਂ ਦਾ ਸਭ ਤੋਂ ਅਹਿਮ ਜਿਹੜਾ ਸਿਗਨੀਫਾਈਡ ਬਣਿਆ ਉਹ ਹਿਜਰਤ ਬਣਿਆ। ਤੋ ਹਿਜਰਤ ਬਾਰੇ ਉਹਦੇ ਵਿੱਚ ਇੱਕ ਚੈਪਟਰ ਹੈ। ਤੋ ਇਸ ਤਰ੍ਹਾਂ ਦੇ 6-7 ਚੈਪਟਰ ਦੇ ਰਾਹੀਂ ਮੈਂ ਉਹ ਉਹਦੀ ਲਾਈਫ ਅਤੇ ਉਹਦੀਆਂ ਰਾਈਟਿੰਗਸ ਜਿਹੜੀਆਂ ਹੈਗੀਆਂ ਨੇ ਉਹਦੇ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਅਤੇ ਉਹ ਜਲਦੀ ਸ਼ਾਇਦ ਤੁਹਾਡੇ ਤੱਕ ਪਹੁੰਚੇ। ਜੀ ਸਰ, ਬਹੁਤ ਜ਼ਬਰਦਸਤ ਲੱਗਾ ਸਰ, ਬਹੁਤ ਹੀ ਚੰਗਾ, ਬਹੁਤ ਖੂਬਸੂਰਤ ਲੈਕਚਰ ਹੋਇਆ ਸਰ, ਬੜੇ ਕੁਐਸਚਨਸ ਵੀ ਜਿੰਨੇ ਅਸੀਂ ਕਰ ਸਕਨੇ ਇਸ ਟਾਈਮ ਦੇ ਵਿੱਚ ਕੀਤੇ। ਤੁਸੀਂ ਇੱਕ ਦਫਾ ਫੇਸਬੁੱਕ ਰਾਹੀਂ ਵੇਖ ਲੈਣਾ ਜਿਹੜੇ ਕਮੈਂਟ, ਔਰ ਯੂਟਿਊਬ ਤੇ ਵੀ ਵੇਖ ਲੈਣਾ ਜਿਹੜੇ ਕਮੈਂਟ ਔਰ ਆਏ ਹੋਣ, ਪਲੀਜ਼ ਉਹਨਾਂ ਨੂੰ ਸਰ ਤੁਸੀਂ ਰਿਪਲਾਈ ਕਰ ਦੇਣਾ, ਔਰ ਸਾਨੂੰ ਜਿਹੜਾ ਹੈ ਉਹ ਇੰਤਜ਼ਾਰ ਰਹੇਗਾ ਤੁਹਾਡੀ ਕਿਤਾਬ ਦੇ ਆਉਣ ਦਾ, ਤੇ ਫਿਰ ਅਸੀਂ ਉਹਦੇ ਹਵਾਲੇ ਨਾਲ ਕੋਈ ਸੈਸ਼ਨ ਜ਼ਰੂਰ ਕਰਾਂਗੇ ਸਰ। ਬਹੁਤ ਸ਼ੁਕਰੀਆ ਸਰ ਅੱਜ ਦੇ ਟਾਈਮ। ਬਹੁਤ ਬਹੁਤ ਸ਼ੁਕਰੀਆ ਤੁਹਾਡੇ ਜੀ, ਔਰ ਖਾਸ ਤੌਰ ਤੇ ਯੰਗ ਹਿਸਟੋਰੀਅਨਸ ਦਾ ਬਹੁਤ ਬਹੁਤ ਧੰਨਵਾਦ। ਜੀ ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ ਜਿਹੜੇ ਸਾਡੇ ਨਾਲ ਅੱਜ ਮੌਜੂਦ ਸਨ ਔਰ ਸਾਡੇ ਨਾਲ ਇਸ ਪੂਰੀ ਗੱਲਬਾਤ ਦੇ ਦੌਰਾਨ ਰਹੇ। ਜਿਹੜੇ ਲੋਕਾਂ ਦੇ ਕੁਐਸਚਨ ਮੈਂ ਨਹੀਂ ਲੈ ਸਕਿਆ, ਮੈਂ ਡਾਕਟਰ ਸਾਹਿਬ ਨੂੰ ਰਿਕੁਐਸਟ ਕਰ ਦਿੱਤੀ ਹੈ, ਉਹ ਜ਼ਰੂਰ ਵੇਖ ਲੈਣਗੇ, ਔਰ ਜਿਹਦਾ ਉਹ ਚਾਹੁਣ ਉਹ ਜਵਾਬ ਵੀ ਦੇ ਸਕਦੇ ਨੇ। ਅਸੀਂ ਜਿਸ ਤਰ੍ਹਾਂ ਹੁਣ ਲੈਕਚਰ ਸੀਰੀਜ਼ ਦਾ ਸਾਡਾ ਚੱਲ ਰਿਹਾ, ਇਸੇ ਤਰ੍ਹਾਂ ਹੀ ਹੁਣ ਅਸੀਂ ਕੱਲ੍ਹ ਜਿਹੜਾ ਸਾਡਾ ਹੈ 13 ਤਰੀਕ ਨੂੰ ਜਿਹੜਾ ਸਾਡਾ ਲੈਕਚਰ ਹੈ ਉਹ ਡਾਕਟਰ ਤਨਵੀਰ ਅੰਜਮ ਜੀ ਸਾਡੇ ਨਾਲ ਕੈਦ ਅਜ਼ਮ ਯੂਨੀਵਰਸਿਟੀ ਤੋਂ ਹੋਣਗੇ, ਔਰ ਉਹਨਾਂ ਦਾ ਸਾਡੇ ਨਾਲ ਕੱਲ੍ਹ ਲੈਕਚਰ ਹੋਏਗਾ। ਕੱਲ੍ਹ 9 ਵਜੇ ਉਸੇ ਟਾਈਮ ਦੇ ਮੁਤਾਬਕ ਹੀ ਅਸੀਂ ਇਸ ਲੈਕਚਰ ਨੂੰ ਔਨਲਾਈਨ ਕਰਾਂਗੇ। ਤੁਹਾਨੂੰ ਸਾਰੇ ਦੋਸਤਾਂ ਨੂੰ ਗੁਜ਼ਾਰਿਸ਼ ਹੈ ਕਿ ਕੱਲ੍ਹ ਵੀ ਤੁਸੀਂ ਉਹਦੇ 'ਚ ਰਲੋ, ਔਰ ਇੱਕ ਬਹੁਤ ਵੱਡੇ ਸਾਡੇ ਇੰਟਲੈਕਚੁਅਲ ਨੇ ਉਹਨਾਂ ਦੀ ਗੱਲਬਾਤ ਸੁਣੋ। ਪੋਸਟਰ ਵੀ ਸ਼ੇਅਰ ਕੁਛ ਦੇਰ ਦੇ ਵਿੱਚ ਪੋਸਟਰ ਵੀ ਸ਼ੇਅਰ ਕਰ ਦੇਵਾਂਗੇ ਅਸੀਂ। ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ, ਮਿਲਦੇ ਅਗਲੇ ਪ੍ਰੋਗਰਾਮ ਦੇ ਨਾਲ, ਰੱਬ ਰੱਖ।